ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ ਆਖਦਾ। ਸ਼ੁਕਰੀਆ ਜੀ। ਹੁਣ ਤੋਂ ਥੋੜ੍ਹੀ ਦੇਰ ਬਾਅਦ ਇੱਕ ਅਹਿਮ ਸਮਝੌਤਾ ਸਹੀਬੰਦ ਹੋਣ ਤੋਂ ਬਾਅਦ ਐਲਾਨਿਆ ਜਾਊਗਾ। ਸਾਂਝ ਪਾਉਂਦੇ ਹਾਂ ਤੁਹਾਡੇ ਨਾਲ ਕਿ ਦੇਸ਼ ਦੀ ਪੋਲੀਟਿਕਸ ਕਿਵੇਂ ਬਦਲ ਰਹੀ ਆ, ਔਰ ਕਿਸਾਨੀ ਅੰਦੋਲਨ ਦੇ ਦਰਮਿਆਨ ਚੀਜ਼ਾਂ ਜਿਵੇਂ ਵਾਪਰ ਰਹੀਆਂ ਨੇ, ਉਹਦੇ ਵੱਡੇ ਅਰਥ, ਮੋਕਲੇ ਅਰਥ ਕੀ ਨੇ, ਔਰ ਉਹਦੇ ਪਿੱਛੇ ਕੀ ਕੁਝ ਵਾਪਰ ਰਿਹਾ। ਕਿਸਾਨੀ ਨਾਲ ਜੁੜੇ ਬਹੁਤ ਸਾਰੇ ਮਾਮਲੇ ਦ੍ਰਿਸ਼ਟੀਗੋਚਰ ਹੋ ਰਹੇ ਆ ਲਗਾਤਾਰ। ਇੱਕ ਤਾਂ ਕਿਸਾਨੀ ਲੀਡਰਾਂ ਵੱਲੋਂ ਜਿਸ ਤਰੀਕੇ ਨਾਲ 29 ਤਰੀਕ ਤੱਕ ਦੇ ਪ੍ਰੋਗਰਾਮ ਟਾਲੇ ਗਏ ਨੇ, 29 ਨੂੰ ਅਗਲਾ ਫੈਸਲਾ ਹੋਣਾ ਹੈ, ਉਸ ਤੋਂ ਪਹਿਲਾਂ ਇਹਨਾਂ ਦੋਨਾਂ ਬਾਰਡਰਸ ਤੋਂ ਆਮ ਕਿਸਾਨ ਹੌਲੀ ਹੌਲੀ ਪਰਤ ਗਏ ਨੇ ਜਾਂ ਪਰਤਣੇ ਸ਼ੁਰੂ ਹੋ ਗਏ ਸੀਗੇ ਲਗਾਤਾਰ ਕੱਲ ਹੀ। ਔਰ ਉੱਥੇ ਹੁਣ ਪੋਕਲੇਨ ਜਾਂ ਦੂਜੀਆਂ ਮਸ਼ੀਨਾਂ ਜਿਹੜੀਆਂ JCB ਵਗੈਰਾ ਉਹ ਨਹੀਂ ਦਿਸ ਰਹੀਆਂ, ਤੇ ਇਕੱਠ ਦੇ ਵਿੱਚ ਕਾਫੀ ਕਮੀ ਆ ਰਹੀ ਹੈ। ਸਵਾਲ ਕਾਫੀ ਟੇਢੇ ਪੈ ਗਏ ਨੇ। ਉੱਧਰ ਜਿਹੜਾ FIR ਕਰਵਾਉਣ ਦਾ ਮਾਮਲਾ ਸੀ, ਇਹਦੇ ਉੱਤੇ ਹਰਿਆਣਾ ਪੁਲਿਸ ਇੱਕ ਹੋਰ ਦਾਅਵਾ ਕਰ ਰਹੀ ਹੈ ਜਿਹਦੀ ਲਗਾਤਾਰ ਗੱਲ ਹੋ ਰਹੀ ਹੈ। ਇਹਦੀ ਪੁਸ਼ਟੀ ਕੋਈ ਨਹੀਂ ਕਰ ਰਿਹਾ, ਲੇਕਿਨ ਰਿਊਮਰਸ ਦੇ ਰੂਪ 'ਚ ਆ ਰਿਹਾ ਕਿ ਪੰਜਾਬ ਪੁਲਿਸ ਆਖਰ ਕਿਉਂ ਪਿੱਛੇ ਹਟ ਰਹੀ ਹੈ, ਹੁਣ ਤੱਕ ਕਿਉਂ FIR ਦਰਜ ਨਹੀਂ ਕੀਤੀ ਗਈ। ਇਹਦੇ ਕੁਛ ਟੈਕਨੀਕਲ ਕਾਰਨ ਨੇ, ਸਿਆਸੀ ਕਾਰਨ ਨੇ, ਇਹ ਸਾਰੀਆਂ ਚੀਜ਼ਾਂ ਤੇ ਜਾਂਦੇ ਹਾਂ। ਇਹ ਮਾਮਲਾ ਸੁਪਰੀਮ ਕੋਰਟ 'ਚ ਵੀ ਗਿਆ, ਕਿਸਾਨਾਂ ਦੇ ਰਾਈਟਸ ਨੂੰ ਲੈ ਕੇ, ਅਧਿਕਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਨੋਟਿਸ ਹੋਇਆ 4 ਰਾਜਾਂ ਨੂੰ, ਕੇਂਦਰ ਨੂੰ। ਇਹ ਵੀ ਇੱਕ ਅਹਿਮ ਮਾਮਲਾ ਹੈ। ਲੇਕਿਨ ਦਰਮਿਆਨ ਦੇ ਵਿੱਚ ਕੱਲ੍ਹ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਇੱਕ ਕਾਂਗਰਸੀ ਚਿਹਰਾ, ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੋਲੋ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਨੇੜੇ ਨੇੜੇ ਸੀਗੇ, ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਦੋਲੋ ਸਾਹਿਬ BJP 'ਚ ਚਲੇ ਜਾਣਗੇ, ਕਿ BJP ਉਹਨਾਂ ਨੂੰ ਜਲੰਧਰ ਵਰਗੀ ਅਹਿਮ ਸੀਟ ਦੇ ਉੱਤੇ ਇਲੈਕਸ਼ਨ ਲੜਾ ਸਕਦੀ ਆ। ਵੈਸੇ ਰੌਲੇ ਨਵਜੋਤ ਸਿੰਘ ਸਿੱਧੂ ਦੇ ਵੀ ਬੜੇ ਪੈਂਦੇ ਸੀ, ਅਸੀਂ ਉਦੋਂ ਵੀ ਕਿਹਾ ਸੀਗਾ ਕਿ ਇਹਦੇ 'ਚ ਜ਼ਿਆਦਾ ਦਮ ਨਹੀਂ ਹੈ, ਲੇਕਿਨ ਨਵਜੋਤ ਸਿੰਘ ਸਿੱਧੂ ਤਾਂ ਮਨਾ ਕਰ ਚੁੱਕੇ ਨੇ। ਦੋਲੋ ਸਾਹਿਬ, ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਹੰਸਰਾਜ ਹੰਸਲੀ ਕਾਂਗਰਸ ਦੇ ਵਿੱਚੋਂ ਰਾਜ ਸਭਾ ਦਾ ਰਸਤਾ ਕਲੀਅਰ ਕਰ ਚੁੱਕੇ ਸੀ, ਦੋਲੋ ਨੇ ਵੀਟੋ ਕਰਤਾ, ਹੰਸ ਉਦੋਂ ਰਹਿ ਗਏ ਸੀ, ਨੋਮੀਨੇਸ਼ਨ ਹੋ ਗਈ ਸੀ, ਉਹਨਾਂ ਕਾਗਜ਼ ਭਰਤੇ ਸੀ, ਲੇਕਿਨ ਬਾਅਦ ਦੇ ਵਿੱਚ ਅਥਾਰਿਟੀ ਲੈਟਰ ਕਾਂਗਰਸ ਨੇ ਵਾਪਸ ਲੈ ਲਿਆ ਸੀ। ਹੰਸਰਾਜ ਹੰਸ ਖਫਾ ਹੋ ਗਏ, BJP 'ਚ ਚਲੇ ਗਏ, ਦਿੱਲੀ ਤੋਂ ਲੋਕ ਸਭਾ ਦੇ ਵਿੱਚ ਨੇ, ਪ੍ਰਧਾਨ ਮੰਤਰੀ ਦੇ ਨੇੜੇ ਨੇ। ਹੁਣ ਦੋਲੋ ਤੇ ਹੰਸ ਇੱਕੋ ਲਾਈਨ ਦੇ ਵਿੱਚ ਹੋ ਸਕਦੇ ਕਿ ਨਹੀਂ, ਇਹਦੇ ਉੱਤੇ ਵੀ ਜਾਣੇ ਆ, ਕਾਫੀ ਅਹਿਮ ਸਵਾਲ ਨੇ। ਇੱਕ ਸਵਾਲ ਹੋਰ ਕਿ NSA ਅਧੀਨ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਦੇ ਪਰਿਵਾਰਾਂ ਵੱਲੋਂ ਜਿਹੜੀ ਇੱਕ ਸਟ੍ਰਾਈਕ ਰੱਖੀ ਹੋਈ ਆ, ਵਿਰਾਸਤੀ ਮਾਰਗ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਨੂੰ ਜਾਂਦੇ ਰਾਹਾਂ ਤੇ, ਕੱਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਮਿਲੇ, ਕੀ ਹੁਣ ਇਹਦੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਵੀ ਮੁਦਾਖਲਤ ਕਰਨ ਜਾ ਰਹੇ ਨੇ? ਇਹ ਸਵਾਲ ਕਾਫੀ ਅਹਿਮ ਉੱਠੇ ਨੇ। ਗੂਗਲ ਨੂੰ ਨੋਟਿਸ ਦੇਣ ਦੀ ਗੱਲ, ਭਾਰਤ ਸਰਕਾਰ ਖਫਾ ਹੈ ਗੂਗਲ ਤੋਂ, ਮੋਦੀ ਸਾਹਿਬ ਤੇ ਉਹਨਾਂ ਦੀ ਜਿਹੜੀ ਸਰਚ ਦੇ ਵਿੱਚ ਕੁਝ ਆ ਰਿਹਾ, ਔਰ ਇਹ ਸਵਾਲ ਕਾਫੀ ਵੱਡੇ ਨੇ। ਇਹ ਹੁਣ ਜਿਹੜੇ ਇੰਟਰਨੈਸ਼ਨਲ ਪਲੇਟਫਾਰਮ ਨੇ, ਇਹਨਾਂ ਦੀ ਆਪਣੀ ਆਭਾ, ਇਹਨਾਂ ਦੀ ਗਰਮਾ, ਔਰ ਦੇਸ਼ ਦੇ ਆਪਣੇ ਪ੍ਰਚਲਿਤ ਰੀਤੀ ਰਿਵਾਜ, ਚੀਜ਼ਾਂ ਕਿਵੇਂ ਕਰਦੀਆਂ, ਅੱਗੇ ਇਲੈਕਸ਼ਨ ਆ, ਕੰਮ ਕਰਦੀਆਂ, ਇਹਦੇ ਉੱਤੇ ਜਾਣੇ ਸਾਰੇ ਮਾਮਲੇ। ਇੱਕ ਅਹਿਮ ਸਮਝੌਤਾ, ਉਹਦਾ ਜ਼ਿਕਰ ਥੋੜ੍ਹਾ ਜਿਹਾ ਅੱਗੇ ਜਾ ਕੇ ਕਰਦੇ ਹਾਂ। ਥੋੜ੍ਹੀ ਦੇਰ ਬਾਅਦ ਇੱਕ ਪ੍ਰੈਸ ਕਾਨਫਰੰਸ ਦੇਖਣ ਨੂੰ ਮਿਲ ਸਕਦੀ ਹੈ, ਲੇਕਿਨ ਉਸ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਕਿਸਾਨੀ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਆ। ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲਾ ਲੈ ਕੇ ਜਾਇਆ ਗਿਆ ਇੱਕ ਧਿਰ ਵੱਲੋਂ, ਔਰ ਇਹਦੇ ਨਾਲ ਨਾਲ ਹੁਣ ਜਿਹੜਾ 29 ਤੱਕ ਦੇ ਪ੍ਰੋਗਰਾਮ ਟਾਲੇ ਗਏ ਨੇ, ਉਹਦੇ ਨਾਲ ਲੋਕਾਂ ਦੇ ਵਿੱਚ, ਕਿਸਾਨਾਂ 'ਚ ਉਤਸ਼ਾਹ ਘਟਣਾ ਸ਼ੁਰੂ ਹੋਇਆ, ਲੀਡਰਸ਼ਿਪ ਤੇ ਸਵਾਲ ਖੜੇ ਹੋਣੇ ਸ਼ੁਰੂ ਹੋਏ ਆ। ਤੁਸੀਂ ਪ੍ਰੋਗਰਾਮ ਵੱਡਾ ਦੇ ਕੇ ਲੋਕਾਂ ਨੂੰ ਉਕਸਾ ਕੇ, ਇਹਨਾਂ ਰਾਹਾਂ ਤੇ ਮੰਗਾਂ ਜਾਇਜ਼ ਹੋਣ, ਉਹ ਇੱਕ ਵੱਖਰਾ ਪਹਿਲੂ ਆ, ਲੇਕਿਨ
ਇੱਕ ਜਿਹੜਾ ਤੁਹਾਡਾ ਤਰੀਕਾਕਾਰ ਹੁੰਦਾ ਉਹਦੇ ਵਿੱਚ ਬਹੁਤ ਦੂਰ ਤੱਕ ਸੋਚੇ ਬਿਨਾਂ ਅੱਗੇ ਵੱਧਦੇ ਜਾਣਾ ਤੇ ਫਿਰ ਪਿੱਛੇ ਹੋਣਾ, ਇਹ ਸਵਾਲ ਸਾਡੇ ਪੰਜਾਬ ਦੇ ਵਿੱਚ ਉੱਠਣ ਲੱਗੇ ਨੇ। ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ, ਇੱਕ ਸਵਾਲ ਹੋਰ ਵੀ ਆ ਰਿਹਾ ਸੀਗਾ ਕਿ ਪੰਜਾਬ ਪੁਲਿਸ FIR ਕਿਉਂ ਨਹੀਂ ਕਰ ਰਹੀ ਸ਼ੁਭਕਰਨ ਦੇ ਮਾਮਲੇ 'ਚ, ਕਿਉਂਕਿ ਪੰਜਾਬ ਸਰਕਾਰ ਬਹੁਤ ਜ਼ਿਆਦਾ ਆਲੋਚਨਾ ਦੇ ਘੇਰੇ 'ਚ ਆ। ਇਹਨਾਂ ਦੇ 1 ਕਰੋੜ ਦੀ ਆਫਰ ਨੂੰ ਵੀ ਇਨਕਾਰ ਕਰਤਾ ਗਿਆ, FIR ਦੀ ਮੰਗ ਕੀਤੀ ਗਈ ਆ, ਲੋਕਾਂ ਨੂੰ FIR ਦੇ ਵਿੱਚ ਸ਼ਾਮਲ ਕਰਨ ਦਾ ਰੌਲਾ ਪੈ ਰਿਹਾ। ਪਰ ਪੰਜਾਬ ਪੁਲਿਸ ਇਸ ਕਰਕੇ ਨਹੀਂ ਕਰ ਰਹੀ ਕਿ ਉਹਨਾਂ ਨੂੰ ਹਰਿਆਣੇ ਦੀ ਪੁਲਿਸ ਵੱਲੋਂ ਕੋਈ ਥ੍ਰੈਟ ਹੈ, ਉਹਨਾਂ ਨੂੰ ਸਰਕਾਰ ਤੋਂ ਸਰਕਾਰ ਤੱਕ ਇਹ ਮਾਮਲੇ ਕੰਪਲੈਕਸ ਹੋਣ ਦਾ ਪੰਗਾ ਹੈ। ਇੱਕ ਸਵਾਲ ਉੱਠ ਰਿਹਾ ਸੀ ਵੱਖ ਵੱਖ ਥਾਵਾਂ ਤੋਂ, ਜਿਹਦੀ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੋ ਰਹੀ, ਕਿ ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਕਿ ਸ਼ੁਭਕਰਨ ਦੀ ਮੌਤ ਉਹਨਾਂ ਦੇ ਏਰੀਏ ਦੇ ਵਿੱਚ ਹੋਈ ਹੈ। ਸੋ ਯੂਰਿਡਿਕਸ਼ਨ ਦਾ ਮਾਮਲਾ ਹੈ, ਅਧਿਕਾਰ ਖੇਤਰ ਦਾ ਮਾਮਲਾ ਹੈ ਕਿ ਇਹਦੇ ਉੱਤੇ ਪੰਜਾਬ ਪੁਲਿਸ FIR ਕਿਵੇਂ ਕਰ ਸਕਦੀ ਹੈ, ਸਵਾਲ ਵੀ ਹੈਗੇ ਆ। ਸੋ ਸਵਾਲ ਇਸ ਤਰ੍ਹਾਂ ਦੇ ਜਦੋਂ ਅੱਗੇ ਵਧਣਗੇ ਤਾਂ ਲੋਕਾਂ ਦੇ ਵਿੱਚ ਇੱਕ ਰੋਸ ਤਲਖੀ ਪੈਦਾ ਤਾਂ ਹੁੰਦੀ ਹੈ, ਬੇਚੈਨੀ ਤਾਂ ਆਲਰੇਡੀ ਬੜੀ ਹੈ। ਸੋ ਤੁਸੀਂ ਕਿਵੇਂ ਸਮਝ ਰਹੇ ਹੋ ਇਹਨਾਂ ਸਾਰੇ ਮਾਮਲਿਆਂ ਨੂੰ? ਅਸਲ ਦੇ ਵਿੱਚ ਇਹ ਬੜੇ ਟੇਢੇ ਮਾਮਲੇ ਨੇ। ਜਦੋਂ ਦਾ ਹੁਣ ਇਹ ਕਤਲ ਹੋਇਆ, ਇੱਕ ਟਾਈਪ ਦਾ ਗੋਲੀ ਨਾਲ ਕਤਲ ਹੈ, ਇਹ ਡਿਸਾਈਡ ਹੋ ਗਿਆ ਕਿ ਗੋਲੀ ਵੱਜੀ ਹੈ, ਗੋਲੀ ਵੀ ਪਿੱਛੇ ਵੱਜੀ ਹੈ, ਸਿਰ ਦੇ ਪਿੱਛੇ ਵੱਜੀ ਹੋਈ ਹੈ। ਜੇ ਉਹਨੂੰ ਦੇਖਿਆ ਜਾਏ ਤਾਂ ਮਤਲਬ ਬੰਦਾ ਹਰਿਆਣੇ ਵੱਲ ਨੂੰ ਨਹੀਂ ਜਾ ਰਿਹਾ, ਹਰਿਆਣੇ ਤੋਂ ਵਾਪਸ ਆ ਰਿਹਾ ਪਿੱਛੋਂ ਗੋਲੀ, ਹਰਿਆਣੇ ਵਾਲੇ ਪਾਸੇ ਉਹ ਪਿੱਛੇ ਇੱਧਰ ਨੂੰ ਆ ਰਿਹਾ ਲੱਗਦਾ। ਜੇਕਰ ਗੋਲੀ ਜਿਹੜੀ ਜੇ ਗੋਲੀ ਜਿਹੜਾ ਦਿਖਾਇਆ ਜਾ ਰਿਹਾ ਮਾਮਲਾ, ਜੇ ਉਵੇਂ ਉਹ ਓਪਰੇਟ ਹੁੰਦਾ। ਹਾਂ, ਇਹਦੇ ਮਾਮਲੇ ਦੇ ਵਿੱਚ ਹੁਣ ਜਿਹੜਾ ਕਿਸਾਨ ਅੰਦੋਲਨ ਹੈ, ਜਿਹੜਾ ਇੱਥੇ ਬਾਰਡਰ ਤੇ ਬੈਠਾ ਸੀ, ਉਹ ਵੀ ਫੋਕਸ ਹੋ ਗਿਆ ਇੱਕ ਲੈਵਲ ਤੇ ਇਸੇ ਸੁਲਭ ਕਰਨ ਦੇ ਮਾਮਲੇ ਦੇ ਉੱਤੇ, ਦੂਜੇ ਨਾਲੋਂ ਜ਼ਿਆਦਾ, ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੇ ਸਰੈਂਡਰ ਉਦੋਂ ਇਹੀ ਕੀਤਾ ਕਿ ਹੁਣ ਕਿਉਂਕਿ ਇੱਕ ਬੱਚੇ ਦੀ ਜਾਨ ਚਲੀ ਗਈ ਹੈ, ਬਾਕੀ ਟਰੈਕਟਰ ਭੰਨੇ ਗਏ ਜਾਂ ਗੱਡੀਆਂ ਭੰਨੀਆਂ ਗਈਆਂ, ਉਹ ਮਾਮਲੇ ਨੇ ਤੇ ਉਹ ਨਿਪਟਾਉਣ ਤੋਂ ਬਾਅਦ ਅਗਲਾ ਦੇਖਾਂਗੇ ਦਿੱਲੀ ਕੂਚ ਕਰਨ ਦਾ ਹੋਣਾ ਜਾਂ ਨਹੀਂ ਹੋਣਾ, ਕੀ ਹੋਣਾ। ਇੱਥੇ ਆ ਗਏ ਔਰ ਚੱਲਦੇ ਦੌਰਾਨ ਉਹ ਸੰਸਕਾਰ ਹੋਣਾ ਸੀ, ਪੋਸਟਮਾਰਟਮ ਹੋਣਾ ਸੀ। ਬਾਕੀ ਪਹਿਲੇ ਦਿਨ ਚੀਫ ਮਿਨਿਸਟਰ ਨੇ ਇਹ ਕਹਿਤਾ ਕਿ ਅਸੀਂ ਪੂਰਾ ਯੋਗਦਾਨ ਪਾਵਾਂਗੇ, ਜਿਹੜਾ ਕੰਪਨਸੇਸ਼ਨ ਤਾਂ ਦਿਆਂਗੇ ਹੀ ਦਿਆਂਗੇ, ਬਾਕੀ ਮਾਮਲਿਆਂ 'ਚ ਦੋਸ਼ੀਆਂ ਨੂੰ ਵੀ ਕਟਹਿਰੇ 'ਚ ਖੜਾ ਕਰਾਂਗੇ, ਉਹਦੀ ਜਾਂਚ ਕਰਾਵਾਂਗੇ ਤੇ ਬਾਕੀ ਸਾਰਾ ਕੁਝ ਹੋਏਗਾ। ਔਰ ਫਸਟ ਦਿਨ ਵੈਲਕਮ ਵੀ ਹੋਇਆ ਚੀਫ ਮਿਨਿਸਟਰ ਦਾ, ਲੋਕਾਂ ਨੇ ਕਿਹਾ ਵੀ ਦੇਖੋ ਜੀ ਹੁਣ ਤਾਂ ਚੀਫ ਮਿਨਿਸਟਰ ਨੇ ਸਟੈਂਡ ਲੈ ਲਿਆ, ਬਾਕੀ ਹੋ ਗਿਆ। ਪਰ ਉਦੋਂ ਬਾਅਦ ਲਗਾਤਾਰ ਫਿਰ ਚੀਫ ਮਿਨਿਸਟਰ ਦਾ ਅਗਲੇ ਦਿਨ ਆ ਗਿਆ, ਜਦੋਂ ਮੇਰੇ ਕੈਬਨਿਟ ਵੀ ਹੁੰਦੀ ਹੈ, ਪਹਿਲਾਂ ਪੋਸਟਮਾਰਟਮ ਹੋ ਜਾਏ ਜੀ, ਉਦੋਂ ਬਾਅਦ ਕਰਾਂਗੇ। ਔਰ ਪੋਸਟਮਾਰਟਮ ਤੇ ਜੁਰਿਸਡਿਕਸ਼ਨ, ਇਹ ਦੋ ਚੀਜ਼ਾਂ ਦਾ ਤਾਲਮੇਲ ਕੀ ਹੈ ਮੈਨੂੰ ਤਾਂ ਸਮਝ ਨਹੀਂ ਆਇਆ। ਪੋਸਟਮਾਰਟਮ 'ਚ ਲਿਖਿਆ ਹੋਏਗਾ ਕਿ ਗੋਲੀ ਦੂਜੇ ਪਾਸੇ ਵੱਜੀ ਹੈ ਜਾਂ ਇੱਧਰਲੇ ਪਾਸੇ ਵੱਜੀ ਹੈ, ਇਹਦਾ ਤਾਂ ਕੋਈ ਲੌਜਿਕ ਹੀ ਨਹੀਂ ਹੈ ਕੋਈ। ਜਿਹੜੀ FIR ਦਾ ਮਤਲਬ ਹੁੰਦਾ ਹੈ, ਕੋਈ ਵੀ ਬੰਦਾ ਜਿਹੜਾ ਪਹਿਲਾਂ ਦੱਸਦਾ ਆ ਕੇ ਕਿ ਆਹ ਹੋ ਗਿਆ, ਆਹ ਲਿਖੋ, ਉਹ ਲਿਖਣੀ ਹੁੰਦੀ ਹੈ FIR। ਇਨਵੈਸਟੀਗੇਸ਼ਨ ਉਦੋਂ ਬਾਅਦ ਦੇ ਸਵਾਲ ਹੁੰਦੇ ਨੇ, ਈਵਨ ਜੁਰਿਸਡਿਕਸ਼ਨਾਂ ਵੀ ਉਦੋਂ ਬਾਅਦ ਦੇ ਸਵਾਲ ਹੁੰਦੇ ਨੇ ਜਦੋਂ ਵੀ ਕੋਈ ਗੱਲ ਉਸ ਲੈਵਲ ਦੇ ਉੱਤੇ ਹੁੰਦੀ ਹੈ। ਹੁਣ ਤਾਂ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ ਕਿ ਜੇ ਕ੍ਰਾਈਮ ਜਿੱਥੇ ਵੀ ਹੁੰਦਾ ਉਹ ਬੰਦਾ ਉੱਥੇ ਨਹੀਂ ਕਰਾ ਸਕਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਉਦਾਹਰਣ ਹੈ, ਜਦੋਂ ਪੱਤਰਕਾਰਾਂ ਦਾ ਐਡੀਟਰ ਜਗੇਲਡ ਦਾ ਇੱਕ ਵਫਦ ਗਿਆ ਸੀ ਮਨੀਪੁਰ ਦੇ ਵਿੱਚ ਜੀ, ਤੇ ਮਨੀਪੁਰ ਦੇ ਵਿੱਚ ਉਹਨਾਂ ਦੇ ਖਿਲਾਫ FIR ਦਰਜ ਕਰ ਲਈ, ਤੇ ਉਦੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਗਈ ਮਨੀਪੁਰ ਦੀ ਤੇ ਗਵਰਨਮੈਂਟ ਆਫ ਇੰਡੀਆ ਗਈ, ਤੇ ਉਹ ਬੰਦਿਆਂ ਨੇ ਕਿਹਾ ਵੀ ਉੱਥੇ ਤਾਂ ਜਾਣ ਦਾ ਮਾਹੌਲ ਹੈ ਨਹੀਂ, ਤੇ ਸਾਡਾ ਇੱਥੇ ਦੱਸੋ, ਤੇ ਇੱਥੇ ਦੀ ਹਾਈ ਕੋਰਟ ਨੇ ਸੁਣੀ ਉਹ ਗੱਲ। ਉਹ ਕਹਿੰਦੇ ਸੀ ਜੁਰਿਸਡਿਕਸ਼ਨ ਉੱਥੇ ਦੀ ਹਾਈ ਕੋਰਟ ਦੀ ਹੈ ਜੀ, ਤੇ ਸੁਪਰੀਮ ਕੋਰਟ ਨੇ ਕਿਹਾ ਹਾਈ ਕੋਰਟ ਦੀ ਗੱਲ ਠੀਕ ਹੈ, ਨਹੀਂ ਜਾਣਗੇ ਉੱਥੇ, ਸਾਰਾ ਮਾਨ ਸਾਰੀਆਂ FIR ਸਾਰਾ ਚੱਕ ਕੇ ਇੱਥੇ ਦਿਓ ਤੁਹਾਡੇ ਸਾਹਮਣੇ। ਇਹ ਦੇਸ਼ ਦਾ ਕਾਨੂੰਨ ਹੈ, ਇਹ ਦੇਸ਼ ਨੇ ਇਸ ਲੈਵਲ ਤੇ ਗੱਲ ਕੀਤੀ ਹੈ ਉਸ ਪੱਧਰ ਦੇ ਉੱਤੇ ਜਾ ਕੇ। ਤੇ ਜਿਹੜੀ ਸਰਕਾਰ ਦੇ ਪਾਸਿਓਂ ਕੰਕਰੀਟ ਦੇ ਕੰਧਾਂ ਖੜੀਆਂ ਹੋ ਜਾਣ, ਐਡੇ ਐਡੇ ਸੂਏ ਲਾ ਦਿੱਤੇ ਜਾਣ, ਪੈਲਟਿੰਗ ਗੰਨਾਂ ਦੇ ਨਾਲ ਜਿਹੜਾ ਜੰਮੂ ਕਸ਼ਮੀਰ 'ਚ ਵਰਤਿਆ ਸੀ,
ਸੈਂਕੜੇ ਬੱਚੇ ਜਿਹੜੇ ਜਿਹਨਾਂ ਨੂੰ ਕਹਿੰਦੇ ਸੀ ਪੱਥਰ ਮਾਰ ਇੱਕ ਵਾਰ, ਉਹਨਾਂ ਦੀਆਂ ਅੱਖਾਂ ਅੰਨੀਆਂ, ਉਹਨਾਂ ਦੇ ਚਿਹਰੇ ਬੇਕਾਰ, ਸਾਰਾ ਕੁਝ ਕਰ ਦਿੱਤਾ ਗਿਆ ਆਪਣੇ ਇਸੇ ਮਾਮਲੇ ਦੇ ਵਿੱਚ, ਉਹ ਚਲਾਈਆਂ ਗਈਆਂ ਨੇ। ਔਰ ਕਿੰਨੇ ਹੀ ਮਾਮਲਿਆਂ ਦੇ ਵਿੱਚ ਇਕੱਲਾ ਸੁਭਕਰਨ ਨਹੀਂ, ਇੱਕ ਹੋਰ ਬੱਚੇ ਦੀ ਤਸਵੀਰ ਵਾਰ ਵਾਰ ਘੁਮਾਈ ਜਾ ਰਹੀ ਹੈ ਫੇਸਬੁੱਕ ਤੇ, ਉਹਦੇ ਵੱਲ ਤੁਹਾਨੂੰ ਦੇਖਿਆ ਨਹੀਂ ਜਾਂਦਾ, ਉਹਦੀ ਅੱਖਾਂ ਦੇਖੋ ਲਾਲ ਤੇ ਉਹਦਾ ਚਿਹਰਾ ਦੇਖੋ ਕਿੰਨੇ ਉਹ ਲੱਗੇ ਹੋਏ ਨੇ ਸਰੇ ਉਹਦੇ ਚਿਹਰੇ ਦੇ ਉੱਤੇ, ਔਰ ਉਹ ਵੀ ਜੰਗ ਬੱਚਾ ਦਿਖਾਈ ਦਿੰਦਾ ਬਿਲਕੁਲ ਉਸੇ ਏਜ ਗਰੁੱਪ ਦਾ ਇੱਕ ਲੱਗਦਾ, ਹੋਰ ਵੀ ਸੈਂਕੜੇ। ਔਰ ਇਸੇ ਕਰਕੇ ਸਾਨੂੰ ਇਹ ਦੱਸਿਆ ਗਿਆ, ਅੱਜ ਇੱਕ ਖਬਰ ਛਪੀ ਆ ਕਿ 250 ਬੰਦਾ ਮਰਟਰ ਹੋਇਆ, ਇਕੱਲਾ ਉਹਨਾਂ ਨਹੀਂ ਹੋਇਆ। ਔਰ ਦੂਜੀ ਗੱਲ ਇਹ ਹੈ ਕਿ ਉਸ ਮਾਮਲੇ ਦੇ ਉੱਤੇ ਉੱਥੇ ਉਧਰਲੇ ਪਾਸੇ ਸੀ ਜਾਂ ਇਧਰਲੇ, ਉਹ ਕਹਿੰਦੇ 1 ਕਿਲੋਮੀਟਰ ਜੀਂਦ ਦੇ ਅੱਜ SP ਦਾ ਇੱਕ ਬਿਆਨ ਛਪਿਆ ਕਿਤੇ ਕਿ ਜੀ 1 ਕਿਲੋਮੀਟਰ ਅਸੀਂ ਤਾਂ ਪਿੱਛੇ ਲਾਇਆ ਹੋਇਆ ਆਪਣਾ, ਅਸੀਂ ਪੰਜਾਬ ਵੱਲ ਲਾਇਆ ਜੀ, ਕਿ ਜਿੰਨੀਆਂ ਟਰੈਕਟਰ ਟਰਾਲੀਆਂ ਸਾਰਾ ਕੁਝ ਖੜਾ ਸੀ ਉਹ ਹਰਿਆਣੇ ਦੀ ਹਦੂਦ ਚ, ਤਾਂ ਉਹ ਪੈਰਾਮਿਲਟਰੀ ਫੋਰਸ ਜਾਂ ਫੋਰਸ ਜਾ ਕੇ ਇੱਧਰ ਉਹ ਟਰਾਲੀਆਂ ਟਰੈਕਟਰ ਕਿਵੇਂ ਕਰਤਾ ਤੇ ਇੱਥੋਂ ਬੰਦੇ ਚੱਕ ਕੇ ਲੱਤਾਂ ਤੋੜ ਕੇ ਕਿਵੇਂ ਲੈ ਗਏ। ਇੱਕ ਨੌਜਵਾਨ ਮੁੰਡੇ ਦੀ ਰੋਹਤਕ PGI ਦੇ ਵਿੱਚ ਦਾਖਲ ਦੀ ਫੋਟੋ ਛਪੀ ਹੈ, ਕਿੰਨੀਆਂ ਉਹਦੀਆਂ ਹੱਡੀਆਂ ਲੱਤਾਂ ਦੀਆਂ ਟੁੱਟੀਆਂ ਨੇ, ਕਿੰਨੀਆਂ ਬਾਹਾਂ ਦੀਆਂ, ਨੱਕ ਦੀਆਂ, ਸਭ ਕੁਝ, ਹਾਲਤ ਕੀ ਹੈ ਤੇ ਤੁਹਾਡੇ ਸਾਹਮਣੇ ਹੈ, ਇੱਥੋਂ ਚੱਕ ਕੇ ਲੈ ਕੇ ਗਏ ਹੁਣ ਹੋਵੋਗੇ ਤੁਸੀਂ ਉਸ ਮਾਮਲੇ ਚ, ਔਰ ਉਹ ਆਈ ਵਿਟਨੈਸ ਨੇ ਜਿਹੜੇ ਕਹਿ ਰਹੇ ਨੇ ਸਾਡੇ ਸਾਹਮਣੇ ਚੱਕੇ ਬੰਦੇ ਨੇ, ਤਾਂ ਕੀ ਇਹ ਭੰਨ ਤੋੜ ਕੋਈ ਵੀ ਫੋਰਸ ਆ ਕੇ ਇਲੀਗਲ ਤਰੀਕੇ ਦੇ ਨਾਲ, ਇਹ FIR ਨਹੀਂ ਹੋ ਸਕਦੀ? ਇਹ FIR ਦਾ ਵਜੂਦ, ਉਹ ਤਾਂ ਇਹ ਤਾਂ ਜੁਰਿਸਡਿਕਸ਼ਨ ਬਿਲਕੁਲ ਕਲੀਅਰ ਹੈ, ਇਹ ਤਾਂ ਉਹ ਮਾਮਲਾ ਵੀ ਨਹੀਂ ਹੈ। ਇਸ ਲਈ ਜਿਹੜਾ ਪੋਲੀਟੀਕਲ ਵਿਲ ਪਾਵਰ ਹੁੰਦੀ ਹੈ, ਸਿਆਸੀ ਜਾਨ ਹੁੰਦੀ ਹੈ, ਇੱਕ ਅੰਦਰ ਖਾਤੇ ਬੋਰਡ ਤੁਸੀਂ ਉੱਪਰੋਂ ਮਾਰਤੀ, ਚਾਹੇ ਕਿ ਮੇਰਾ ਰਾਜ ਚਲਾ ਜਾਏ ਕੋਈ ਗੱਲ ਨਹੀਂ, ਪਰ ਅੰਦਰ ਡਰ ਲੱਗਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੁਸੀਂ ਉਹ ਸਟੈਂਡ ਨਹੀਂ ਲੈ ਸਕਦੇ ਜਿਹੜੇ ਕਹਿਣੇ ਹੀ ਦੇ ਵਿੱਚ ਤੇ ਕਰਨੀ ਦਾ ਵਿੱਚ ਹੋਵੇ, ਉਹਦੇ ਸਮੇਂ ਹੋਵੇ। ਕਹਿਣ ਨੂੰ ਬਹੁਤ ਕੁਛ ਪੋਲੀਟੀਸ਼ੀਅਨ ਕਹਿੰਦਾ, ਪ੍ਰੈਕਟਿਸ ਜਦੋਂ ਆਉਂਦੀ ਹੈ ਉਦੋਂ ਉਹ ਜੇ ਅੰਜਾਮ ਤੱਕ ਨਹੀਂ ਪਹੁੰਚਦਾ। ਤਾਂ ਇਹਦੇ ਨਾਲ ਮੇਰਾ ਖਿਆਲ ਹੈ ਹੁਣ ਇੱਕ ਗੱਲ ਸਗੋਂ ਹੋਰ ਬਣ ਗਈ ਹੈ, ਔਰ ਸਾਰਾ ਜਿਹੜਾ ਮੂਵਮੈਂਟ ਦਾ ਦੌਰ, ਮਤਲਬ ਇੱਥੇ ਰੁੱਖ ਸੀ ਉਹ ਪੰਜਾਬ ਦੇ ਸਰਕਾਰ ਵੱਲ ਹੋ ਗਿਆ, ਪੰਜਾਬ ਚੀਫ ਮਿਨਿਸਟਰ ਵੱਲ। ਮੈਨੂੰ ਲੱਗਦਾ ਇਹੀ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਸੀ ਕਿ ਤੁਸੀਂ ਆਪਸ ਚ ਤੁਹਾਡੇ ਸਿੰਘ ਫਸਲ, ਉਦੋਂ ਬਾਅਦ ਦੇਖੀ ਜਾਊਗੀ ਜੋ ਮਰਜ਼ੀ ਕਰਦੇ ਹੋ ਤੁਸੀਂ। ਤੇ ਇਹਦਾ ਮਤਲਬ ਇਹ ਜਸਟਿਸ ਨਹੀਂ ਹੋਏਗਾ ਕਿ 1 ਕਰੋੜ 2 ਕਰੋੜ 4 ਕਰੋੜ ਪੈਸਾ ਜਾਨਾਂ ਦਾ ਕੋਈ ਇਬਜਾਨਾ, ਉਹ ਕੰਪਨਸੇਸ਼ਨ ਹੈ? ਉਹਦੇ ਨਾਲ ਇਹ ਗੱਲ ਕੀਤੀ ਜਾ ਸਕਦੀ ਹੈ ਵੀ ਠੀਕ ਹੈ ਜੀ ਹਰੇਕ ਬੱਚੇ ਦਾ ਜਾਨ ਦੇ ਸਾਨੂੰ ਦੇ ਦਿਓ, ਤੁਹਾਡਾ ਜਵਾਕ ਮਾਰ ਲਾਂਗੇ ਤੇ ਉਦੋਂ ਬਾਅਦ ਤੁਸੀਂ ਪੈਸੇ ਲੈ ਲਿਓ, ਕੋਈ ਗੱਲ ਨਹੀਂ ਆਪਣੀ ਜ਼ਿੰਦਗੀ ਜਿਉ ਠੀਕ ਤਰੀਕੇ ਨਾਲ। ਮੈਨੂੰ ਤਾਂ ਨਹੀਂ ਲੱਗਦਾ ਕਿ ਸਾਡੇ ਕੋਈ ਰਿਵਾਜ਼ ਹੈ ਇਹੋ ਜਿਹਾ, ਜਾਂ ਸਾਡੇ ਕੋਈ ਐਸੀ ਗੱਲ ਹੈ। ਹਾਂ, ਕੰਪਨਸੇਸ਼ਨ ਤਾਂ ਡਿਮਾਂਡ ਕੀਤਾ ਜਾਂਦਾ ਹੈ ਭਾਈ, ਜਦੋਂ ਕਮਾਊ ਨਹੀਂ ਰਿਹਾ ਮਾਪੇ ਕਿਵੇਂ ਚੱਲਣਗੇ, ਗੱਲ ਕਿਵੇਂ ਹੋਏਗੀ, ਉਹ ਇੱਕ ਸਹਾਇਤਾ, ਉਹ ਕੰਪਨਸੇਸ਼ਨ ਨਹੀਂ ਹੈ ਜਿਹਨੂੰ ਕੰਪਨਸੇਸ਼ਨ ਦਾ ਨਾਂ ਦਿੱਤਾ ਜਾ ਰਿਹਾ ਹੈ। ਕੰਪਨਸੇਸ਼ਨ ਕਿਵੇਂ ਹੋ ਜਾਏਗਾ? ਭਰਪਾਈ ਤੁਸੀਂ ਉਹਦੀ ਬਰਾਬਰ ਇੱਕ ਜਿੰਦਾ ਚ ਆਦਮੀ ਦੀ ਭਰਪਾਈ ਪੈਸੇ ਨਾਲ ਕਿਵੇਂ ਹੋ ਜਾਏਗੀ? ਭਰਪਾਈ ਦਾ ਤਾਂ ਗੱਲ ਹੈ ਜੀ, ਬਲਕਿ ਹੱਥ ਜੋੜ ਕੇ ਕਿਹਾ ਜਾਂਦਾ ਵੀ ਗਲਤੀ ਬਹੁਤ ਵੱਡੀ ਹੋ ਗਈ, ਇਹ ਕੋਈ ਭਰਪਾਈ ਨਹੀਂ ਹੈ, ਕੇਵਲ ਸਹਿਯੋਗ ਹੈ ਇਸ ਲੈਵਲ ਦਾ ਕਿ ਅੱਗੇ ਨੂੰ ਥੋੜਾ ਬਹੁਤ ਜੀਵਨ ਠੀਕ ਤਰੀਕੇ ਨਾਲ। ਇੱਕ ਤਾਂ ਸ਼ਬਦਾਵਲੀ ਬੜੀ ਪ੍ਰੋਬਲਮ ਹੈ ਇਹਦੇ ਵਿੱਚ। ਸਦਾ ਹਮੀਰ ਸਿੰਘ ਜੀ, ਪੰਜਾਬ ਦੇ ਲੋਕ ਮਦਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ। ਜੇ ਮੈਂ ਪੰਜਾਬੀ ਟ੍ਰਿਬਿਊਨ ਦੇ ਜਰਨਲਿਸਟ ਚਰਨਜੀਤ ਭੁੱਲਰ ਦੇ ਹਵਾਲੇ ਨਾਲ ਗੱਲ ਕਰਾਂ, ਤੇ ਜਿਸ ਤਰੀਕੇ ਨਾਲ 2 ਦਿਨ 'ਚ ਲੋਕਾਂ ਨੇ ਲੱਖਾਂ ਰੁਪਈਏ ਉਸ ਪਰਿਵਾਰ ਦੇ ਅਕਾਊਂਟ ਵਿੱਚ ਪਾਏ ਆ, ਕੀ ਇੱਕ, ਕਿਉਂਕਿ ਪੱਤਰਕਾਰ ਜਦੋਂ ਕੋਈ ਗੱਲ ਕਰ ਰਿਹਾ ਹੁੰਦਾ ਤੇ ਉਹ ਤੱਥਾਂ ਤੇ ਕਰ ਰਿਹਾ ਹੁੰਦਾ, ਇਹਦਾ ਮਤਲਬ ਹੈ ਕਿ ਉਹ ਠੀਕ ਖਬਰ ਹੈ। ਲਗਭਗ 30 ਲੱਖ ਦੇ ਆਸ ਪਾਸ ਹੁਣ ਤੱਕ ਉਹਦੇ ਅਕਾਊਂਟ ਵਿੱਚ ਆਮ ਲੋਕਾਂ ਨੇ, ਜਿਹਨਾਂ ਨੇ 5-10 ਰੁਪਏ ਵੀ ਦਿੱਤੇ ਨੇ ਸਹਿਯੋਗ ਦੇ ਰੂਪ ਦੇ ਵਿੱਚ, ਲੋਕਾਂ ਨੇ ਉਹਨਾਂ ਨੂੰ ਜੀਣ ਜੋਗੇ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਪਿੱਛੇ ਪਰਿਵਾਰ ਜਿਹੜਾ ਘੱਟੋ ਘੱਟ ਉਹਦੇ ਦੁੱਖ ਤਕਲੀਫਾਂ ਦਰਦ ਤਾਂ ਹਰੇ ਜਾ ਸਕਣ। ਸਰਕਾਰ ਨੇ ਤਾਂ ਇਹ ਤੋਂ ਅੱਗੇ ਆਉਣਾ ਕਿ ਇਨਸਾਫ਼, ਕਿਸੇ ਮਰੇ ਦੇ
ਇਨਸਾਫ ਦਾ ਤਕਾਜ਼ਾ ਹੀ ਹੋਰ ਹੈ। ਉਸ ਨਜ਼ਰੀਏ ਤੋਂ ਇਨਸਾਫ ਤਾਂ 84 ਦੇ ਵੀ ਨਹੀਂ ਹੋਏ, ਇਨਸਾਫ ਦੇ ਨਜ਼ਰੀਏ ਤੋਂ ਅਜੇ ਕਾਫੀ ਕੁਝ ਹੋਣਾ, ਇਹ ਤੁਸੀਂ ਠੀਕ ਕਹਿ ਰਹੇ ਹੋ। ਪਰ ਇੱਕ ਮਾਮਲਾ ਹੋਰ ਨਾਲ ਉੱਠ ਕੇ, ਹਾਂਜੀ ਤੁਸੀਂ ਗੱਲ ਕਰ ਲਓ ਪਹਿਲਾਂ ਜੀ ਇਹਦੇ ਤੇ। ਮੈਂ ਇੱਕ ਗੱਲ ਲੌਜਿਕ ਹੋਰ ਦੇਣਾ ਚਾਹੁੰਦਾ ਇਹਦੇ ਚ, ਗੱਲ ਇੱਕ ਨਾਲ ਦੀ ਨਾਲ ਇਹ ਹੈ, ਇਹ ਠੀਕ ਹੈ ਕਿ ਲੋਕਾਂ ਨੇ ਇਹੋ ਜਿਹਾ ਮੂਵਮੈਂਟਾਂ ਚ ਬਥੇਰੇ ਨੇ, ਚਾਰ ਟਰੈਕਟਰਾਂ ਦੇ ਟਾਇਰ ਫਟੇ ਸੀ, ਇੱਕੋ ਹੀ ਸੱਜਣ ਚੰਡੀਗੜ੍ਹ ਤੋਂ ਗਿਆ ਵੀ ਚਾਰਾਂ ਦੀ ਸੇਵਾ ਮੈਨੂੰ ਦੇ ਦਿਓ ਜੀ, ਆਪਾਂ ਦੇ ਦਿੰਦੇ ਹਾਂ ਜਨਾਬ। ਮਤਲਬ ਇਹਨਾਂ ਮੂਵਮੈਂਟਾਂ ਚ ਡੋਨੇਸ਼ਨ ਦੇ ਦੀ ਕੋਈ ਗੱਲ ਨਹੀਂ, ਕੋਈ ਸਮੱਸਿਆ ਨਹੀਂ ਆਉਂਦੀ ਬਹੁਤ ਜ਼ਿਆਦਾ। ਲੋਕ ਜਦੋਂ ਇਹ ਕਹਿੰਦੇ ਨੇ ਕਿ ਬੰਦਾ ਨਿਚਲੇ ਹੀ ਨਹੀਂ ਮਰਿਆ, ਬੰਦਾ ਸਮੂਹਿਕ ਕਾਜ ਲਈ ਮਰਿਆ ਜਾਂ ਉਹਨੇ ਸ਼ਹਾਦਤ ਦਿੱਤੀ ਹੈ, ਸ਼ਹਾਦਤ ਦਾ ਰੁਤਬਾ ਸਾਡੇ ਕੌਮ ਦੇ ਵਿੱਚ ਬੇਹੱਦ ਬਣਿਆ ਔਰ ਉਹ ਨਾਰਮਲ ਹੈ। ਜਦੋਂ ਕਿਸੇ ਦਿਮਾਗਾਂ ਚ ਸ਼ਹਾਦਤ ਕੋਈ ਟੈਕਨੀਕਲ ਚੀਜ਼ ਨਹੀਂ ਹੈ ਕਿ ਉਹਨੇ ਰੁਤਬਾ ਦੇਤਾ ਜਾਂ ਉਹਨੇ ਨਹੀਂ ਦੇਤਾ, ਇਹ ਲੋਕ ਮਨਾਂ ਦਾ ਸਵਾਲ ਹੈ ਅਸਲ ਦੇ ਵਿੱਚ। ਜਿਹਨੂੰ ਮੰਨ ਲਿਆ ਕਿ ਉਹ ਪਬਲਿਕ ਕਾਜ ਲਈ ਮਰਿਆ ਤੇ ਲੋਕ ਉਧਰ ਜਾਂਦੇ ਨੇ। ਇੱਕ ਹੋਰ ਗੱਲ ਜਿਹੜੀ ਇਹਦੇ ਨਾਲ ਜੋੜੀ ਜਾ ਰਹੀ ਹੈ ਜੀ, ਦਲੀਲਬਾਜ਼ੀ ਕੀਤੀ ਜਾ ਰਹੀ ਹੈ, ਮੈਨੂੰ ਸਮਝ ਨਹੀਂ ਆਉਂਦੀ। ਜਿਵੇਂ ਇੰਟਰਨੈਸ਼ਨਲ ਬਾਰਡਰ ਦੀ ਤਰ੍ਹਾਂ ਇੱਥੇ ਬਣਾਤਾ ਨਾ ਸੱਭੂ ਤੇ ਖਲੌਰੀ, ਤੇ ਉਸੇ ਤਰ੍ਹਾਂ ਇਹਨੂੰ ਕਿਹਾ ਜਾ ਰਿਹਾ ਕਿ ਉਹ ਕਿਹੜੀ ਜੂਰਿਸਡਿਕਸ਼ਨ ਸੀ ਉੱਥੇ, ਇਹ NOC ਹੈ ਕੋਈ ਜਿੱਥੇ ਪਰਮਾਨੈਂਟ ਬਾਰਡਰ ਆ ਜੇ ਨਹੀਂ ਹੈ, ਸਟੇਟ ਦੀ ਟੋਟਲ ਵੱਟ ਦਾ ਕਲੀਅਰ ਨਹੀਂ ਹੈ ਸਾਨੂੰ ਕਿ ਸਾਡੀ ਸਟੇਟ ਚ ਆ ਜਾਂ ਉੱਧਰ, ਅਸੀਂ NOC ਵਾਂਗ ਟ੍ਰੀਟ ਕਰ ਰਹੇ ਹਾਂ ਇਸ ਜਾਨ ਨੂੰ ਵੀ ਜਾ ਕੇ ਕਿ ਉਹ FIR ਦਰਜ ਹੋਣੀ ਹੈ ਕਿ ਨਹੀਂ ਹੋਣੀ। ਇਹਨਾਂ ਦੇ ਅਧਿਕਾਰੀਆਂ ਨੂੰ ਜਾ ਕੇ ਉੱਥੇ ਕਹਿੰਦੇ ਰੈਵਨਿਊ ਅਧਿਕਾਰੀ ਗੇੜਾ ਮਾਰਨਗੇ ਜੀ, ਕਿੰਨੇ ਦਿਨ ਗੇੜ ਚ ਗੇੜਾ ਮਾਰਨਗੇ, ਉਹ ਕੀ ਕਰਨਗੇ ਤੇ ਕਿਉਂ ਕਰਨਗੇ। ਇਹ ਸਾਰੀਆਂ ਗੱਲਾਂ ਲਟਕਾਉਣ ਦੀਆਂ ਨੇ, ਬਿਨਾਂ ਮਤਲਬ ਦੀਆਂ ਨੇ, ਇਹਦਾ ਕੋਈ ਮਤਲਬ ਨਹੀਂ। ਫਰਮ ਸਟੈਂਡ ਨਾ ਹੋਣਾ ਜਦੋਂ ਤੁਸੀਂ ਗੱਲ ਉਹ ਕਰਦੇ ਹੁੰਦੇ ਹੋ, ਤੇ ਬਿਨਾਂ ਸ਼ੱਕ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਪੰਜਾਬ ਦੀ ਪੁਲਿਸ ਨੂੰ ਵੀ ਜੋ ਮਰਜ਼ੀ ਕਹੇ ਚੀਫ ਮਿਨਿਸਟਰ ਟ੍ਰੀਟ ਕਰ ਰਹੇ ਨੇ, ਉਹ ਕੇਂਦਰੀ ਹੋਮ ਮਿਨਿਸਟਰੀ ਟ੍ਰੀਟ ਕਰ ਰਹੀ ਹੈ ਨੈਸ਼ਨਲ ਲੈਵਲ ਦੇ ਉੱਤੇ, ਔਰ ਉਹਦੇ ਤੋਂ ਬਾਹਰ ਜਾਣ ਦੀ ਹਿੰਮਤ ਪੰਜਾਬ ਦੀ ਗੌਰਮੈਂਟ ਚ ਨਹੀਂ ਹੈ। ਇਹ ਇਹਨਾਂ ਨੂੰ ਵੀ ਮੰਨ ਲੈਣਾ ਚਾਹੀਦਾ, ਜਾਂ ਤਾਂ ਕਲੀਅਰ ਕਰ ਦਿਓ ਕਿ ਅਸੀਂ ਐਡੇ ਵੱਡੇ ਮਾਮਲੇ ਚ ਨਹੀਂ ਦਖਲ ਦੇ ਸਕਦੇ ਜਾਂ ਕੋਈ ਗੱਲ ਕਰ ਸਕਦੇ। ਮੈਂ ਜਿਵੇਂ ਪਹਿਲਾਂ ਵਾਰ ਵਾਰ ਇੱਕ ਵਾਰ ਐਗਜਾਮਪਲ ਦਿੱਤੀ ਹੈ, ਇਹ ਮਮਤਾ ਬੈਨਰਜੀ ਨਹੀਂ ਹੈ, ਇਹ ਸਟਾਨਰ ਨਹੀਂ ਹੈ ਜਿਹੜਾ ਚਾਕੇ ਤੁਹਾਡੀ ED ਦੇ ਅਫਸਰਾਂ ਦੇ ਖਿਲਾਫ਼ ਵੀ ਪਰਚੇ ਦਰਜ ਕਰ ਦੇਣਗੇ, ਬਾਕੀ ਦੇ ਮਕਾਨ ਬਾਅਦ ਚ ਜੋ ਹੁੰਦਾ ਉਹ ਦੇਖੀ ਜਾਏਗੀ। ਤੇ ਇੱਥੇ ਅਜੇ ਬਹੁਤ ਵੀਕਨੈਸ ਦਿਖਾਈ ਦੇ ਰਹੀ ਹੈ ਉਸ ਮਾਮਲੇ ਦੇ ਵਿੱਚ। ਔਰ ਜਿਹੜਾ ਅੰਦੋਲਨ ਦਾ ਰੁੱਖ ਹੈ, ਹੁਣ ਜਿਵੇਂ ਉਹਨਾਂ ਨੇ ਇਹ ਕੀਤਾ ਕਿ ਜੀ ਅਸੀਂ ਕੱਲ ਜਿਹੜੀਆਂ ਮੋਮਬੱਤੀਆਂ ਨਾਲ ਉਹ ਕਰਾਂਗੇ ਅੱਜ ਦੋਨੇ ਪਾਂਡਰਾਂ ਦੇ ਉੱਤੇ, ਤੇ ਫਿਰ ਅਸੀਂ WTO ਦਾ ਅਗਲੇ ਦਿਨਾਂ ਦੇ ਵਿੱਚ ਪੁਤਲਾ ਛਾੜਾਂਗੇ ਤੇ ਕਾਨਫਰੰਸਾਂ ਕਰਾਂਗੇ ਕਿ WTO ਦੇ ਉਸ ਖੇਤੀ ਦੇ ਉਹਦੇ ਵਿੱਚ ਚਲੇ ਜਾਣ ਦੇ ਨਾਲ ਜਾਂ ਪੀਸ ਕਲੋਜ਼ ਖਤਮ ਹੋਣ ਦੇ ਨਾਲ ਅਮਰ ਹੋਣ ਦੇ ਨਾਲ ਕੀ ਫਰਕ ਪੈਣਾ, ਇਹਦੇ ਪ੍ਰਤੀ ਕਾਨਫਰੰਸ ਵੀ ਕਰਾਂਗੇ, ਫਿਰ 29 ਨੂੰ ਡਿਸਾਈਡ ਕਰਾਂਗੇ ਕੀ ਕਰਨਾ ਕੀ ਨਹੀਂ ਕਰਨਾ ਜੀ। ਜਦੋਂ ਧਰਨਾ ਚੱਲ ਰਿਹਾ ਹੁੰਦਾ ਕੋਈ ਪੀਸਫੁਲ, ਬਿਨਾਂ ਮਤਲਬ ਇਹ ਆਉਣ ਜਾਣ ਜੁੜਿਆ ਰਹਿੰਦਾ, ਲੋਕ ਉਦੋਂ ਜਾਂਦੇ ਨੇ ਜਦੋਂ ਕੋਈ ਕਾਲ ਆਉਂਦੀ ਹੈ, ਤੇ ਉਦੋਂ ਬਾਅਦ ਪਿੱਛੇ ਆਉਣਾ ਤੇ ਆਪਣੇ ਆ ਗਏ, ਹੁਣ ਕੇਡਰ ਬੈਠੂਗਾ ਉੱਥੇ ਜਿੰਨਾ ਵੀ ਉਹਨਾਂ ਦਾ ਹੋਏਗਾ ਆਉਣ ਜਾਣ ਜਾਂਦਾ। ਪਰ ਜਿਹੜਾ ਦੂਜਾ ਵੀ ਇੱਕ ਕੰਮ ਚੱਲਦਾ ਹਜੇ, ਇੱਕ ਇਹ ਵੀ ਪਤਾ ਕਿ ਬਾਕੀ ਦਾ ਜਿਹੜਾ SKM ਦਾ ਮਾਮਲਾ, 26 ਤਰੀਕ ਨੂੰ ਉਹਨਾਂ ਨੇ ਟਰੈਕਟਰ ਖੜਾਉਣੇ ਨੇ, ਉਹਦਾ ਕੀ ਹੈ। ਔਰ ਜਿਵੇਂ ਇੱਕ ਹਰਿਆਣੇ ਚੋਂ ਪਹਿਲੀ ਵਾਰ ਇੱਕ ਐਕਸ਼ਨ ਪ੍ਰੋਗਰਾਮ ਆਇਆ ਕੱਲ ਰੋਹਤਕ ਦੇ ਵਿੱਚ, ਜਿਸ ਢੰਗ ਦੇ ਨਾਲ ਉਹ ਖਨੌਰੀ ਬਰਨ ਨੂੰ ਆ ਰਹੇ ਸੀ, ਵੱਡੇ ਪੱਧਰ ਦੇ ਉੱਤੇ ਪੁਲਿਸ ਨਾਲ ਟਕਰਾਅ ਹੋਇਆ, ਪਹਿਲਾਂ ਪੁਲਿਸ ਵੀ ਭੱਜੀ ਹੈ ਤੇ ਫਿਰ ਉਹ ਵੀ ਇੱਧਰ ਨੂੰ ਆਏ ਨੇ ਉਸੇ ਪੱਧਰ ਦੇ ਉੱਤੇ, ਤੇ ਅੱਜ ਵੀ ਦੇਖਿਆ ਜਾ ਰਿਹਾ ਸੀ ਵੀ ਹਿਸਾਰ ਦੇ ਵਿੱਚ ਸਵੇਰੇ ਵੀ ਕੁਛ ਹੋਇਆ ਕਿ ਅਸੀਂ ਉੱਧਰ ਨੂੰ ਜਾਵਾਂਗੇ। ਤਾਂ ਜਿਹੜੀਆਂ ਹਰਿਆਣੇ ਦੀਆਂ ਉਹ ਰੋਕਾਂ ਤੋਟੀਆਂ ਨੇ, ਉਹਦੇ ਚ ਇੱਕ ਡਿਫੈਂਸ ਚ ਗਈ ਹੈ, ਮਤਲਬ ਸਰਕਾਰ ਹਰਿਆਣਾ ਗੌਰਮੈਂਟ ਵੀ, ਜਿਹਨੇ ਪਹਿਲਾਂ NSA ਲਾਉਣ ਦਾ ਅਫੀਸ਼ੀਅਲ ਫੈਸਲਾ ਕਰ ਲਿਆ ਸੀ ਕਿਸਾਨਾਂ ਤੇ, ਉਦੋਂ ਬਾਅਦ ਉਹ ਵਿਦਡਰਾ ਕਰਨਾ ਪਿਆ। ਇਹਦਾ ਮਤਲਬ ਹਰਿਆਣੇ ਦੇ ਅੰਦਰ ਵੀ ਦਬਾਅ ਵੱਧ ਰਿਹਾ ਕਿ ਇੱਕ ਖਾਸ ਹੱਦ ਤੋਂ ਨਹੀਂ ਜਾ ਕੇ, ਪਰ ਨਾਲੇ ਦੇਖਣ ਵਾਲਾ ਹੋਏਗਾ ਕਿ ਕੀ ਹਰਿਆਣੇ ਵਾਲੇ ਪਾਸੇ ਵੀ ਉਹੀ ਸਭ ਕੁਝ ਵਰਤਿਆ ਜਾਏਗਾ, ਬਰੁਟੇਲਿਟੀ
ਜਿਹੜੀ ਇੱਧਰ ਵੀ ਵਰਤੀ ਗਈ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਇਹਨੂੰ ਇਕੱਲਾ ਪੰਜਾਬ ਦੇ ਅੰਦੋਲਨ ਦਿਖਾਉਣ ਦੇ ਮਾਮਲੇ ਦੇ ਵਿੱਚ ਵਰਤੀ ਗਈ ਹੈ। ਔਰ ਜਦੋਂ ਹੁਣ ਉਹ ਲੋਕ ਨਿਕਲਣਗੇ ਬਾਹਰ, ਇਦੋਂ ਬਾਅਦ 26 ਤਰੀਕ ਨੂੰ SKM ਨਾਲ ਜੁੜੀਆਂ ਹਰਿਆਣੇ ਦੀਆਂ 18 ਜਥੇਬੰਦੀਆਂ ਟਰੈਕਟਰ ਖੜਾਉਣਗੀਆਂ ਹਾਈਵੇ ਤੋਂ ਲੈ ਕੇ ਬਾਕੀ ਤੇ, ਉੱਥੇ ਉਹਦਾ ਐਟੀਚਿਊਡ ਕੀ ਹੋਏਗਾ ਖੱਟਰ ਸਰਕਾਰ ਦਾ, ਇਹ ਵੀ ਨਾਲ ਉਹਦੇ ਨਾਲ ਵੀ ਅਟੈਚ ਹੋ ਕੇ ਗੱਲਾਂ ਅੱਗੇ ਵਧਣਗੀਆਂ। ਹਜੇ ਮਾਮਲਾ ਮਤਲਬ ਇਹ ਨਹੀਂ ਕਿ ਉਹ ਸਲੋ ਹੋ ਗਿਆ ਜਾ ਕੇ, ਅਪ ਡਾਊਨ ਅਲੱਗ ਗੱਲਾਂ ਨੇ, ਕੰਟੀਨਿਊ ਸਟਰਗਲ ਹੈ ਉਹ, ਜੇ ਓਪਨ ਹੈ ਤੇ ਓਪਨ ਦੇ ਵਿੱਚੋਂ ਗੌਰਮੈਂਟਾਂ ਦੀ ਟ੍ਰੀਟਮੈਂਟ ਤੋਂ ਬਾਅਦ ਕਿਹੋ ਜਿਹਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਡਿਸਾਈਡ ਕਰੇਗਾ, ਨਹੀਂ ਤਾਂ ਇਦੋਂ ਬਾਅਦ ਇਹ ਫਿਰ ਇੱਕ ਪੋਲੀਟੀਕਲ ਡਿਸਕੋਰਸ ਚ ਬਦਲਣਾ ਕਿ ਕਿਹੜੀ ਸਰਕਾਰ ਕੀ ਕਰਦੀ ਹੈ, ਕਿਹੜੀ ਸਰਕਾਰ ਕੀ ਕਰਦੀ ਹੈ। ਸ਼ਾਇਦ ਉਹ ਪੋਲੀਟੀਕਲ ਡਿਸਕੋਰਸ ਜਿਹੜਾ ਉਹ ਡਿਮਾਂਡ ਕਰਾ ਰਿਹਾ ਇੱਕ ਸੈਕਸ਼ਨ ਆਫ ਸੋਸਾਇਟੀ ਨੂੰ, ਇਹ ਲੱਗਣ ਲੱਗ ਗਿਆ ਕਿ ਜਿਹੜੀ ਗੌਰਮੈਂਟ ਆਫ ਇੰਡੀਆ ਹੈ ਉਹਨੂੰ ਇਹ ਲੱਗਣ ਲੱਗ ਗਿਆ ਕਿ ਜਾਟ ਬੈਲਟ ਜਿਹੜੀ ਟੋਟਲ ਹੈ, ਜੋ ਮਰਜ਼ੀ ਕਰਦੇ ਰਹਿਣ, ਚਾਹੇ ਉਹ ਰਾਜਸਥਾਨ ਹੈ, ਚਾਹੇ ਉਹ ਯੂਪੀ ਹੈ, ਚਾਹੇ ਉਹ ਹਰਿਆਣਾ ਹੈ, ਉਹਦੇ ਮੁਕਾਬਲੇ ਪੋਲਰਾਈਜੇਸ਼ਨ ਕੀਤੀ ਹੋਈ ਹੈ ਹਰਿਆਣੇ ਦੇ ਵਿੱਚ ਵੀ ਕਿ ਨੌਨ ਜਾਟ ਇਕੱਠੇ ਕਰੋ ਤੇ ਤਾਂ ਸਰਕਾਰ ਬਣੇਗੀ, ਨਹੀਂ ਤਾਂ ਨਹੀਂ ਬਣੇਗੀ। ਉਹ ਪੋਲਿਟਿਕਸ ਦਾ ਹਿੱਸਾ ਇਹ ਡਿਜ਼ਾਈਨ ਜਿਹੜਾ ਉਸ ਪੱਧਰ ਦੇ ਉੱਤੇ ਹੋ ਸਕਦਾ, ਹਰਿਆਣੇ ਇੱਥੋਂ ਕੁਛ ਮਿਲਣਾ ਨਹੀਂ, ਉੱਥੋਂ ਕੁਛ ਨਹੀਂ ਹੋ ਸਕਦਾ। ਉਹਦੇ ਪਿੱਛੇ ਦੀ ਜਿਹੜੀ ਸਿਆਸਤ ਹੈ, ਜਿੰਨਾ ਚਿਰ ਉਹ ਕੇਵਲ ਵੋਟ ਤੇ ਕੇਂਦਰਿਤ ਰਹੂਗੀ, ਉਹਨਾਂ ਚਿਰ ਸੁਹਿਰਦ ਫੈਸਲੇ ਹੋ ਜਾਣ ਕਿਸਾਨੀ ਨਾਲ ਸੰਬੰਧਿਤ, ਬਾਕੀ ਲੋਕਾਂ ਨਾਲ ਸੰਬੰਧਿਤ, ਮੇਰਾ ਖਿਆਲ ਹੈ ਉਹ ਸੰਭਵ ਨਹੀਂ ਹੈ ਉਹ ਫੈਸਲੇ, ਕਿਉਂਕਿ ਪਿੱਛੇ ਇੱਕ ਟ੍ਰਿਗਰਿੰਗ ਪੁਆਇੰਟ ਕੋਈ ਹੋਰ ਹੈ ਜੀ। ਸਵਾਲ ਇਸ ਤੋਂ ਅਹਿਮ ਜਿਹੜਾ ਸੁਪਰੀਮ ਕੋਰਟ ਚ ਉਠਾਇਆ ਗਿਆ ਇੱਕ PIL ਦੇ ਰਾਹੀਂ, ਉਹ ਵੀ ਬੜਾ ਅਹਿਮ ਆ। ਉਹ ਕਿਸਾਨਾਂ ਦੇ ਅਧਿਕਾਰਾਂ ਦੇ ਨਾਲ ਨਾਲ ਸਿੱਖ ਕਮਿਊਨਿਟੀ ਪ੍ਰਤੀ ਜੋ ਜਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਉਹਦੇ ਵਿੱਚ ਉਹ ਵੀ ਗੱਲ ਕੀਤੀ ਗਈ, ਆਪਾਂ ਉੱਥੇ ਜਾਂਦੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਸਵਾਲ ਸਰਦਾਰ ਹਮੀਤ ਸਿੰਘ ਦੀ, ਸਮਾਨਾਂਤਰ ਸਵਾਲ ਆ, ਇਹਨੂੰ ਐਡਰੈਸ ਕਰਨਾ ਪੈਣਾ, ਇਹ ਤੋਂ ਭੱਜਿਆ ਨਹੀਂ ਜਾ ਸਕਦਾ। ਇਹ ਸਵਾਲ ਇੱਕ ਧਿਰ ਦਾ ਹੈ ਕਿ ਗੋਲੀ ਚੱਲੀ, ਮੁੰਡਾ ਮਰਿਆ, ਕਿਸਾਨ ਅੰਦੋਲਨ ਰਾਈਟਸ ਦਾ ਹੈ, ਮੰਗਾਂ ਦਾ ਹੈ, ਤੇ ਇਹ ਸੰਵਿਧਾਨ ਇਜਾਜ਼ਤ ਦਿੰਦਾ। ਪਰ ਇੱਕ ਸਵਾਲ ਉੱਠ ਰਿਹਾ ਲੀਡਰਸ਼ਿਪ ਦੀ ਭਰੋਸੇਯੋਗਤਾ ਦਾ, ਕਿ ਤੁਸੀਂ, ਕਿਉਂਕਿ ਪੰਜਾਬ ਦੇ ਵਿੱਚ ਬੇਚੈਨੀ ਮੰਨੀ ਜਾਂਦੀ ਹੈ, ਲੋਕ ਕੋਈ ਨਾ ਕੋਈ ਰਾਹ ਭਾਲਦੇ ਨੇ ਕਿ ਸਾਡੀ ਜਿਹੜੀ ਜੀਵਨ ਜਾਂਚ ਹੈ ਇਹ ਥੋੜੀ ਸਮੂਥ ਹੋਵੇ, ਮਤਲਬ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਮੁਸ਼ਕਲਾਂ ਦਾ ਪਾਰਾਵਾਰ ਕੋਈ ਨਹੀਂ ਤੇ ਇਹਨੂੰ ਹੱਲ ਕਰਨਾ ਆਹੀ ਤਰੀਕਾ ਹੈ ਸੰਘਰਸ਼ ਵਾਲਾ। ਜਿਹੜੀ ਲੀਡਰਸ਼ਿਪ ਨੇ ਸੱਦਾ ਦਿੱਤਾ, ਕਿ ਉਹਨੇ ਅੰਕਿਆ ਨਹੀਂ ਸੀ ਕਿ ਅਸੀਂ ਜਿਹੜਾ ਸੱਦਾ ਦੇ ਰਹੇ ਹਾਂ ਇਹਦੀ ਰੈਲੇਵੈਂਸੀ ਕਿੰਨੀ ਆ ਮੌਕੇ ਦੀ ਨਜ਼ਾਕਤ ਅਨੁਸਾਰ। ਇਹ ਤਾਂ ਬੜੀ ਕੱਚ ਘਰੜ ਸੋਚ ਹੋਈ ਨਾ ਕਿ ਅੱਗੇ ਇਲੈਕਸ਼ਨ ਅਸੀਂ ਜਾਵਾਂਗੇ ਭੱਜ ਕੇ ਬਾਹ ਮਰੋੜ ਕੇ ਫੈਸਲੇ ਕਰਾ ਲਿਆਵਾਂਗੇ, ਸਰਕਾਰ ਬੜੀ ਸਾਨੂੰ ਬੜੀ ਛੇਤੀ ਮੰਨ ਜਾਊਗੀ ਜੀ ਉਹਨਾਂ ਦੀ ਲੋੜ। ਕਿ ਅਸੀਂ ਦਿੱਲੀ ਚਲੋ ਦਾ ਸੱਦਾ ਦੇ ਕੇ ਲੋਕਾਂ ਨੂੰ ਉੱਥੇ ਲਿਜਾ ਕੇ ਆਹਮਣਾ ਸਾਹਮਣਾ ਕਰਾ ਕੇ ਅਸੀਂ ਗਲਤੀ ਨਹੀਂ ਕੀਤੀ, ਜਦੋਂ ਵਾਰ ਵਾਰ ਅੰਦੋਲਨ ਦੀ ਕਾਲ ਦਿੱਤੀ ਜਾਂਦੀ ਹੈ ਬਿਨਾਂ ਕੋਈ ਦੂਰ ਅੰਦੇਸ਼ੀ ਵਾਲੇ ਸੋਚ ਸਮਝ ਵਾਲੇ ਫੈਸਲਿਆਂ ਤੋਂ ਕਿ ਜਿੱਥੇ ਟਿਕਿਆ ਜਾ ਸਕੇ ਜਾਂ ਜਿਹਨੂੰ ਪ੍ਰੈਕਟਿਸ ਦੇ ਵਿੱਚ ਮਟੀਰੀਅਲਾਈਜ਼ ਕੀਤਾ ਜਾ ਸਕੇ ਫੈਸਲਿਆਂ ਨੂੰ, ਤੁਹਾਨੂੰ ਨਹੀਂ ਲੱਗਦਾ ਇਸ ਲੀਡਰਸ਼ਿਪ ਤੇ ਹੁਣ ਇਹ ਵੀ ਸਵਾਲ ਉੱਠਦੇ ਆ? ਪਹਿਲਾਂ ਵੀ ਉੱਠਦੇ ਸੀਗੇ ਕਿ ਭੰਦੇਰ ਸਾਹਿਬ ਉਸ ਵੇਲੇ ਦੂਜੀ SKM ਨਾਲੋਂ ਪਰਲੇ ਪਾਰ ਬੈਠੇ ਸੀ, 26 ਜਨਵਰੀ ਵਾਲੇ ਦਿਨ ਦੂਜੇ ਪਾਸੇ ਨੂੰ ਚੱਲੇ, ਡੱਲੇਵਾਲ ਸਾਹਿਬ ਦਾ ਰੌਲਾ ਪੈਂਦਾ ਰਿਹਾ ਆਖੇ ਇਹ ਦੂਜਿਆਂ ਨਾਲੋਂ ਵੱਖ ਕਿਉਂ ਹੋਏ, ਫੰਡਾਂ ਦੇ ਰੌਲੇ ਸੀਗੇ ਜੀ, ਸਮਝੌਤਿਆਂ ਦੇ ਵਿੱਚ ਇਹ ਗੱਲਾਂ ਆਉਂਦੀਆਂ ਰਹੀਆਂ, ਮੈਂ ਵੱਡਾ ਕਿ ਤੂੰ ਵੱਡਾ, ਪੈਸੇ ਮੈਂ ਕਿਉਂ ਹਿਸਾਬ ਦੇਵਾਂ, ਮੇਰੇ ਖਰਚੇ ਹੋਏ, ਜੇ ਇਹ ਚੀਜ਼ਾਂ ਜਦੋਂ ਹੁਣ ਇਸ ਤਰੀਕੇ ਨਾਲ, ਮਤਲਬ ਇਹਨੂੰ ਜੇ ਇਹ ਫੈਸਲਾ ਗਲਤ ਹੋ ਗਿਆ, ਇਸ ਮੌਤ ਦੇ ਵਿੱਚ ਜ਼ਿੰਮੇਵਾਰੀ ਤਾਂ ਤੈਅ ਇਸ ਤਰ੍ਹਾਂ ਦੀ ਵੀ ਤੇ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਜਦੋਂ ਮਰਜ਼ੀ ਲੋਕਾਂ ਨੂੰ ਲੈ ਜਾਈਏ ਜੀ ਇਹਨਾਂ ਰਾਹਾਂ ਦੇ ਉੱਤੇ, ਜਦੋਂ ਅਸੀਂ ਇਸ ਸਥਿਤੀ 'ਚ ਹੁੰਦੇ ਹਾਂ ਕਿ ਲੋਕ ਤੁਰਨ ਲਈ ਤਿਆਰ ਨੇ ਸਾਡੇ ਕੋਲ, ਤੇ ਇਹਦਾ ਮਤਲਬ ਇਹ ਥੋੜੀ ਜਿੱਧਰ ਮਰਜ਼ੀ ਜਾ ਕੇ ਕੰਧ 'ਚ ਸਿਰ ਮਰਨ ਲਈ ਕਹਿ ਦਈਏ? ਇਹ ਆਮ ਤੌਰ 'ਤੇ ਸਵਾਲ ਉੱਠ ਰਹੇ ਨੇ ਜਿਹਨੂੰ ਮੈਂ ਜ਼ੁਬਾਨ ਦੇ ਰਿਹਾ, ਇਹ ਮੇਰੇ ਵਿਅਕਤੀਗਤ ਸਵਾਲ ਨਹੀਂ ਹੈ। ਲੋਕ ਪੁੱਛਦੇ ਆ ਕਿ ਤੁਸੀਂ
ਜਦੋਂ ਹੁਣ ਤੁਹਾਨੂੰ ਪਤਾ ਲੱਗਿਆ ਕਿ ਅਸੀਂ ਟਕਰਾਅ ਦੇ ਵਿੱਚੋਂ ਨੁਕਸਾਨ 'ਚ ਜਾਵਾਂਗੇ, ਹੁਣ ਤੁਹਾਨੂੰ ਲੱਗਿਆ ਕਿ ਅਸੀਂ ਲੋਕਾਂ ਦੇ ਪੁੱਤ ਨਹੀਂ ਮਰਾਉਣੇ, ਅਸੀਂ ਅੱਗੇ ਆਪ ਜਾਵਾਂਗੇ, ਦੋ ਅਟੈਂਪਟ ਕਰਕੇ ਤੁਹਾਨੂੰ ਲੱਗਿਆ ਕਿ ਇਹ ਤਾਂ ਗੱਲ ਨਹੀਂ ਬਣਨੀ। ਹੁਣ ਅੱਜ 29 ਤੱਕ ਪ੍ਰੋਗਰਾਮ ਦੇ ਵਿੱਚ ਜਾਨ ਬਚਣੀ ਨਹੀਂ ਬਚਣੀ ਵੱਖਰੀ ਗੱਲ ਹੈ, ਸਕਿੱਮ ਇਹ ਗੱਲਬਾਤ 'ਚ ਸ਼ਾਮਿਲ ਹੋਊਗੀ ਨਹੀਂ, ਕਿ ਜਿਹੜੀਆਂ ਤਿੰਨ ਮੰਤਰੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਆਪਸ ਵਿੱਚ, ਹੁਣ ਗੱਲਬਾਤ ਕਿਹਦੇ ਨਾਲ ਕਿਵੇਂ ਹੋਏਗੀ, ਇਹ ਡਿਜ਼ਾਈਨ ਵੀ ਬਦਲਣਗੇ ਕੀ, ਕਿਉਂਕਿ ਹੁਣ ਪ੍ਰੋਗਰਾਮ ਉਹਨਾਂ ਨੇ ਵੀ ਦੇ ਦਿੱਤੇ ਆ। ਹੁਣ 14 ਮਾਰਚ ਦਾ ਪ੍ਰੋਗਰਾਮ ਦਿੱਲੀ ਦੇ ਵਿੱਚ ਨੌਕ ਕਰ ਸਕਦਾ, ਇਹਦਾ ਮਤਲਬ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਊਗਾ। ਸੋ ਤੁਸੀਂ ਤਾਂ ਸਮਝ ਰੱਖਦੇ ਹੋ ਲੋਕਾਂ ਦੇ ਇਹਨਾਂ ਸਵਾਲਾਂ ਦਾ ਕੀ ਜਵਾਬ ਹੈ ਜੀ, ਕਿ ਲੀਡਰਸ਼ਿਪ ਸੋਚਦੀ ਕਿਉਂ ਨਹੀਂ, ਸਾਡੇ ਜਜ਼ਬਾਤ ਨੂੰ ਅਕਸਰ ਉਵੇਂ ਹੀ ਅੱਗੇ ਵਧਾ ਕੇ ਚੈਨਲਾਈਜ਼ ਕਰਕੇ ਜਿੱਧਰ ਮਰਜ਼ੀ ਮੋੜ ਲਿਆ ਜਾਵੇ, ਔਰ ਨੁਕਸਾਨਾਂ ਦੀ ਜ਼ਿੰਮੇਵਾਰੀ ਕਿਸ ਦੀ ਧਰਤੀ ਜਾਏ ਜੀ? ਇਹਦੇ ਪ੍ਰਤੀ ਦੋ ਅਪਰੋਚ ਨੇ। ਸਭ ਤੋਂ ਪਹਿਲੀ ਗੱਲ, ਫੰਡਾਮੈਂਟਲ ਅਪਰੋਚ ਗੌਰਮੈਂਟ ਔਰ ਸਟੇਟ ਕਿਹੋ ਜਿਹੀ ਹੈ ਉੱਥੋਂ ਹੀ ਤੈਅ ਹੋਏਗੀ। ਜੇ ਡੈਮੋਕਰੇਟਿਕ ਸਟੇਟ ਹੈ, ਚਾਹੇ 50 ਬੰਦੇ ਚਲੇ ਜਾਣ, ਚਾਹੇ 1000 ਬੰਦਾ, ਤਾਂ ਉਹਨੂੰ ਉਹ ਰਾਈਟ ਦੇਣਾ ਪਊਗਾ ਔਰ ਦੇਣਾ ਚਾਹੀਦਾ। ਕੀ ਇੱਥੋਂ ਮੰਨ ਕੇ ਚੱਲੀਏ? ਇਹਦਾ ਮਤਲਬ ਅੱਗੇ ਤੋਂ ਕੋਈ ਵੀ ਅੰਦੋਲਨਕਾਰੀ ਇਹ ਸੋਚ ਕੇ ਚੱਲੇ ਕਿ ਇੱਥੇ ਡਿਕਟੇਟਰ ਗੌਰਮੈਂਟ ਹੈ, ਡੈਮੋਕਰੇਟਿਕ ਗੌਰਮੈਂਟ ਨਹੀਂ ਹੈ, ਉਹਨੇ ਨਹੀਂ ਮੰਨਣਾ, ਉਹਨੇ ਬੰਦੇ ਮਾਰਨੇ ਨੇ, ਇਸ ਕਰਕੇ ਪਹਿਲਾਂ ਓਡਾ ਕੱਦ ਬਣਾਓ, ਜੇ ਤੁਸੀਂ ਗੌਰਮੈਂਟ ਨੂੰ ਹਰਾ ਸਕਦੇ ਹੋ ਤਾਂ ਚੱਲੋ ਘਰੋਂ, ਨਹੀਂ ਨਾ ਚੱਲੋ। ਇਹਦਾ ਮਤਲਬ ਹੈ ਫਿਰ ਕਿ ਕੋਈ ਵੀ ਜਿਹੜੇ ਛੋਟੇ ਮੋਟੇ ਲੋਕ ਨੇ, ਕੋਈ ਮੁਲਾਜ਼ਮ ਲੜ ਰਿਹਾ, ਕੋਈ ਮਨਰੇਗਾ ਵਾਲਾ ਲੜ ਰਿਹਾ, ਕੋਈ ਬਾਕੀ ਲੜ ਰਹੇ ਨੇ, ਉਹਨਾਂ ਦਾ ਟੋਟਲ ਬੰਦ ਘਰੋਂ ਨਿਕਲਣਾ, ਉਹ ਨਹੀਂ ਕਦੇ ਵੀ ਆਉਣਗੇ ਉਸ ਲੈਵਲ ਦੇ ਉੱਤੇ। ਇਹ ਬਲੇਮ ਦਾ ਵਿਕਟਮ ਥਿਉਰੀ ਹੈ ਮੈਨੂੰ ਲੱਗਦਾ, ਕਿ ਤੁਸੀਂ ਜਦੋਂ ਕੋਈ ਚੀਜ਼ ਹਾਰਦੀ ਹੈ, ਨੁਕਸ ਰਹਿਣਾ ਇੱਕ ਅਲੱਗ ਗੱਲ ਹੈ, ਅੰਡਰ ਐਸਟੀਮੇਟ ਜਾਂ ਓਵਰ ਐਸਟੀਮੇਟ ਕਰਨਾ ਇੱਕ ਅਲੱਗ ਗੱਲ ਹੈ। ਇੱਕ ਗੱਲ ਇਹ ਹੁੰਦੀ ਹੈ ਕਿ ਇੰਟੈਂਸ਼ਨਲੀ ਤੁਸੀਂ ਕਿਸੇ ਦੇ ਗੱਲ ਮੰਨਦੇ ਹੋ ਵੀ ਤੁਸੀਂ ਧੱਕਾ ਗਏ ਹੀ ਇਸੇ ਕੰਮ ਲਈ ਸੀਗੇ। ਔਰ ਮੈਨੂੰ ਨੀ ਲੱਗਦਾ ਕਿ ਕੋਈ ਜਿਹੜੇ ਲੀਡਰਸ਼ਿਪ 'ਚ ਲੋਕ ਆਉਂਦੇ ਨੇ, ਕੋਈ ਵੀ ਹੋਣ ਕਦੇ ਵੀ, ਉਹ ਆਪਦੇ ਆਪ ਨੂੰ ਵੱਡਾ ਬਣਾਉਣ ਜਾਂਦੇ ਨੇ, ਆਪਣੀ ਤਾਕਤ ਬਣਾਉਣ ਜਾਂਦੇ ਨੇ, ਜਾਂ ਸ਼ੋਹਰਤ ਵੀ ਉਹਦੇ 'ਚ ਇੱਕ ਕੰਮ ਕਰਨ ਹੋ ਸਕਦੀ ਹੈ, ਤੇ ਵਾਹਵਾ ਵੀ ਉਹਦੇ 'ਚ ਗੱਲ ਹੋ ਸਕਦੀ ਹੈ, ਤੇ ਆਪਣੇ ਆਪ ਨੂੰ ਸਮਾਜ 'ਚ ਵੱਡਾ ਸਮਝਾਉਣ ਦਾ ਇੱਕ ਤਰੀਕਾ ਹੁੰਦਾ। ਔਰ ਬੰਦੇ ਮਰਾਉਣਾ ਮੇਰਾ ਨੀ ਖਿਆਲ ਕਿਸੇ ਦਾ ਕੋਈ ਤਰੀਕਾ ਹੁੰਦਾ, ਕੋਈ ਫੌਜਾਂ ਇਸ ਲਈ ਗੱਲ ਕਰਦੀਆਂ ਨੇ ਤਾਂ ਉਸ ਮਾਮਲੇ ਦੇ ਵਿੱਚ। ਹਾਂ, ਡਿਫਰੈਂਸ ਆਫ ਓਪੀਨੀਅਨ ਅਲੱਗ ਅਲੱਗ ਨੇ, ਜਜਮੈਂਟਾਂ ਅਲੱਗ ਅਲੱਗ ਨੇ। ਜੇ ਸਾਂਝਾ ਮੋਰਚਾ ਕੋਈ ਲੱਗਦਾ ਟੋਟਲ, ਉਹਦਾ ਹੋਰ ਇੰਪੈਕਟ ਹੁੰਦਾ, ਬਿਲਕੁਲ ਹੀ ਲੋਕਾਂ ਦਾ ਸੱਦਾ ਹੋਰ ਤਰੀਕੇ ਦੇ ਨਾਲ ਹੁੰਦਾ, ਬਾਕੀ ਹੋਰ ਹੁੰਦਾ। ਤੇ ਜਦੋਂ ਤੁਹਾਨੂੰ ਇਹ ਹੋ ਜਾਏ ਕਿ ਮੈਂ ਮੇਰੇ ਨਾਲ ਆਪੀ ਲੋਕ ਆ ਜਾਣਗੇ, ਇਹਨਾਂ ਦੀ ਇੱਕ ਗੱਲ ਗਲਤ ਜਿਹੜੀ ਹੈ ਉਹ ਇਹ ਰਹੀ ਕਿ ਜਦੋਂ ਅਸੀਂ ਜਾਵਾਂਗੇ ਤਾਂ ਬਾਕੀ ਲੋਕ ਆਪੀ ਆ ਜਾਣਗੇ ਜਥੇਬੰਦੀਆਂ ਨੂੰ ਛੱਡ ਕੇ, ਤੇ ਇਸ ਕਰਕੇ ਸਾਨੂੰ ਚੱਲਣਾ ਚਾਹੀਦਾ। ਔਰ ਇਹ ਗੱਲ ਇੱਕ ਹੱਦ ਤੱਕ ਹੁੰਦੀ ਵੀ ਰਹੀ ਜਥੇਬੰਦੀਆਂ ਚੋਂ ਲੋਕ ਆਉਣ ਲੱਗ ਗਏ, ਔਰ ਇਸੇ ਗੱਲ ਨੇ ਬਾਕੀ ਐਸਕੇਐਮ ਨੂੰ ਤੋੜ ਲਿਆ, ਖਿੱਚਤਾ ਲਿਆ ਨਾ ਐਸਕੇਐਮ ਨੂੰ। ਐਸਕੇਐਮ ਘਰੇ ਥੋੜੀ ਬੈਠ ਕੇ ਉਸ ਲੈਵਲ ਦੇ ਉੱਧਰ ਜਾ ਰਿਹਾ ਸੀਗਾ। ਗਲਤੀ ਇਹ ਹੈ ਕਿ ਤੁਸੀਂ ਐਸਕੇਐਮ ਨਾਲ ਜਾਂ ਐਸਕੇਐਮ ਇਹਨਾਂ ਨਾਲ ਆਪਸ ਚ ਤਾਲਮੇਲ ਕਰਕੇ ਜੇ ਸਾਂਝੇ ਤੌਰ ਤੇ ਚੱਲੋ ਤਾਂ ਜ਼ਿਆਦਾ ਇੱਕ ਬਿਹਤਰ ਗੱਲ ਹੁੰਦੀ ਹੈ। ਹਾਂ, ਜਾਂ ਇਧਰੋਂ ਜਾ ਕੇ ਕੋਈ ਹਿੰਸਕ ਸਾਈਨ, ਹਿੰਸਕ ਕਾਲ, ਹਿੰਸਕ ਤਰੀਕੇ ਦੀ ਪ੍ਰੋਵੋਕੇਸ਼ਨ ਕੀਤੀ ਹੋਵੇ, ਜਿਹਦੇ ਨਾਲ ਸੱਦਾ ਦਿੱਤਾ ਹੋਵੇ ਦੂਜੇ ਪਾਸਿਓਂ, ਜਦੋਂ ਇਹ ਨਹੀਂ ਵੀ ਗਏ ਸੀ, ਕੰਕਰੀਟ ਕਿਹਨੇ ਬਣਾਇਆ, ਵੱਡੇ ਲੋਹੇ ਦੀਆਂ ਕਿੱਲਾਂ ਕਿਹਨੇ ਲਾਈਆਂ, ਕੱਲਾ ਇੱਥੇ ਨੀ ਦਿੱਲੀ ਦੇ ਵਿੱਚ ਵੀ ਲੱਗੀਆਂ ਨੇ, GT ਰੋਡ ਕਿਹਨੇ ਰੋਕੀ, ਟੋਟਲ ਬਾਰਡਰ ਸੀਲ ਕਿਹਨੇ ਕੀਤਾ, ਜ਼ਿੰਮੇਵਾਰੀ ਇਹ ਬਰਾਬਰ ਨਹੀਂ ਹੋ ਸਕਦੀ ਜ਼ਿੰਮੇਵਾਰੀ ਕਦੇ ਵੀ। ਔਰ ਸਾਰੀ ਜ਼ਿੰਮੇਵਾਰੀ ਉਹ ਜਿਹੜਾ ਸਟੇਟ ਰਨ ਕਰਦਾ, ਜਿਹਦੇ ਕੋਲ ਫੌਜ ਦੇਸ਼ਾਂ ਨਾਲ ਲੜਨ ਲਈ ਹੈ, ਜਿਹਦੇ ਨਾਲ ਪੁਲਿਸ ਇੱਥੇ ਲੋਕਾਂ ਦੇ ਡਾਂਗਾ ਮਾਰਨ ਲਈ ਵੀ ਹੈ, ਉਹਨੂੰ ਛੱਡ ਦਿੰਦੇ, ਇਹਦਾ ਮਤਲਬ ਫਿਰ ਇਹ ਹੋ ਜਾਂਦਾ ਵੀ ਬੈਲੈਂਸ ਕਰਨਾ ਜੀ। ਬੈਲੈਂਸ ਦਾ ਮਤਲਬ ਹੈ ਵੀ
ਉਹਨੇ ਐ ਕੀਤਾ, ਤੁਸੀਂ ਵੀ ਐ ਕੀਤਾ, ਚਲੋ ਬਰਾਬਰ ਹੀ ਹੋ ਗਿਆ ਕੰਮ। ਇਹ ਜਿਹੜੇ ਘਰੇ ਬੈਠੇ ਕੇ ਫੇਸਬੁੱਕ ਚਲਾਉਣ ਵਾਲੇ ਸੱਜਣ ਨੇ, ਜਾਂ ਜਿਹੜੇ ਸਟਰਗਲ ਚ ਜਾਣ ਤੋਂ ਕੰਨੀ ਕਤਰਾਉਂਦੇ ਨੇ, ਕਦੇ ਵੀ ਜ਼ਿੰਦਗੀ ਚ ਸਟਰਗਲ ਨਹੀਂ ਲੜੀ, ਇਹ ਕੁਸ਼ਚਨ ਆਉਂਦੇ ਨੇ ਉੱਥੋਂ। ਜਦੋਂ ਤੁਸੀਂ ਜਾ ਕੇ ਦੇਖੋਗੇ ਉਦੋਂ ਪਤਾ ਲੱਗੂ, ਸਧਾਰਨ ਬੰਦਾ ਜਦੋਂ ਲੜ ਰਿਹਾ ਹੁੰਦਾ ਉਹ ਕਿਸੇ ਸਵਾਰਥ ਚੋਂ ਨਹੀਂ ਲੜ ਰਿਹਾ। ਲੀਡਰ ਕੋਈ ਵੀ ਕੋਈ ਗੱਲ ਇੱਧਰ ਉੱਧਰ ਕਰ ਸਕਦਾ, ਲੀਡਰ ਕਈ ਵਾਰ ਹੁੰਦੇ ਨੇ ਕੋਈ ਲੋਭ ਦੇ ਵਿੱਚ ਵੀ ਫੈਸਲਾ ਕਰ ਲਏ ਕੋਈ ਕਿਸੇ ਰੂਪ ਚ ਵੀ, ਪਰ ਇੱਕ ਗੱਲ ਆਪਾਂ ਦੇਖੀ ਹੈ, ਹਿਸਟਰੀ ਇਹ ਗੱਲ ਪ੍ਰੂਵ ਕਰਦੀ ਹੈ ਕਿ ਜਦੋਂ ਵੱਡੀ ਗਿਣਤੀ ਚ ਲੋਕ ਘਰੋਂ ਬਾਹਰ ਆਉਂਦੇ ਨੇ ਉਦੋਂ ਲੀਡਰ ਦੇ ਪੱਲੇ ਵੀ ਕੁਝ ਨਹੀਂ ਰਹਿੰਦਾ। ਲੀਡਰ ਉਦੋਂ ਪਿੱਛੇ ਆ ਕੇ ਸਮਝੌਤਾ ਨਹੀਂ ਕਰ ਸਕਦਾ ਜਾਂ ਅੱਗੇ ਜਾ ਕੇ ਕੋਈ ਗੱਲ ਨਹੀਂ ਕਰ ਸਕਦਾ। ਇਹ ਪਹਿਲੇ ਕਿਸਾਨ ਅੰਦੋਲਨ ਨੇ ਵੀ ਦਿਖਾਇਆ ਤੇ ਅੱਜ ਵੀ ਦਿਖਾਇਆ, ਉਹਦੀ ਮਨਸਾ ਕੋਈ ਵੀ ਹੋਵੇ ਪਹਿਲਾਂ, ਉਹ ਮਨਸਾ ਨਹੀਂ ਚੱਲ ਸਕਦੀ। ਜਿਵੇਂ ਲੋਕ ਕਹਿੰਦੇ ਨੇ ਜੀ ਇਹ ਮਿਲਿਆ ਗਿਲਿਆ ਸੀ ਜੀ, ਭਗਵੰਤ ਮਾਨ ਨਾਲ ਡੱਲਿਆਲ ਦੀ ਬਣਦੀ ਹੈ, ਬਾਕੀ ਸਭ ਦੀ ਬਣਦੀ ਹੈ, ਇਹਨਾਂ ਨੇ ਇੱਕ ਡਿਜ਼ਾਇਨ ਕੀਤਾ ਵੋਟਾਂ ਪੈ ਜਾਣਗੀਆਂ। ਫਸ ਗਿਆ ਨਾ ਭਗਵੰਤ ਮਾਨ ਵੀ ਤੇ ਡੱਲੇਵਾਲ ਵੀ, ਸਾਰੇ ਪਾਸੇ ਦਿਖਾਈ ਦੇ ਰਹੇ ਨੇ, ਫਸ ਤਾਂ ਸਾਰਾ ਦੇਸ਼ ਗਿਆ ਤੇ ਲੋਕ ਫਸ ਗਏ ਸਗੋਂ। ਇਸ ਕਰਕੇ ਉਹ ਬਹੁਤ ਐਡੀਆਂ ਸਿੱਧ ਪੁੱਧਰੀਆਂ ਚੀਜ਼ਾਂ ਨਹੀਂ ਹੈ ਜਿਹੜੀਆਂ ਉਸ ਪੱਧਰ ਦੇ ਉੱਤੇ ਚੱਲਦੀਆਂ ਹੁੰਦੀਆਂ ਨੇ। ਔਰ ਮੈਨੂੰ ਲੱਗਦਾ ਕਿ ਇਹ ਇਸ ਸਮੇਂ ਜਿਹੜੇ ਸੱਜਣ ਇਹ ਗੱਲ ਕਰਦੇ ਨੇ ਉਹ ਗੌਰਮੈਂਟਾਂ ਦਾ ਜਿਹੜੀ ਜਸਟਿਸ ਦੇਣ ਦਾ, ਜਿਹੜਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਦਾ, ਜਿਹੜੇ ਸੰਵਿਧਾਨ ਦੇ ਉਲੰਘਣ ਦਾ ਐਂਗਲ ਹੈ ਉਹਨੂੰ ਸਥਾਨ ਦੇ ਰਹੇ ਨੇ, ਉਹਨੂੰ ਪ੍ਰੋਟੈਕਟ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਵੀ। ਠੀਕ ਹੈ ਕੋਈ ਗੱਲ ਨੀ, ਜੇ ਆ ਹੋ ਗਿਆ ਤਾਂ ਆ ਹੋ ਗਿਆ, ਮੁੰਡਾ ਮਰਾ ਲਿਆ। ਵੈਸੇ ਮੈਂ ਇਹ ਗੱਲ ਕਰ ਰਿਹਾ, ਮਰਨਾ ਤਾਂ ਨਹੀਂ ਚਾਹੀਦਾ ਕੋਈ ਵੀ ਕਿਸੇ ਵੀ ਯੁੱਧ ਦੇ ਵਿੱਚ, ਜਦੋਂ ਮੂਵਮੈਂਟਾਂ ਹੁੰਦੀਆਂ ਨੇ ਤਾਂ ਸੈਕਰੀਫਾਈਸ ਹੁੰਦੇ ਨੇ, ਔਰ ਉਸ ਤੋਂ ਬਿਨਾਂ ਗੱਲ ਨੀ ਚੱਲਣੀ। ਪੀਸਫੁਲ ਮੂਵਮੈਂਟਾਂ ਤੇ ਵੀ ਕੀਤੇ ਨੇ ਲੋਕਾਂ ਨੇ, ਜਲਿਆਂ ਵਾਲਾ ਬਾਗ ਪੀਸਫੁਲ ਸੀਗਾ, ਗੋਲੀਆਂ ਚੱਲੀਆਂ ਨਾ, ਕੀ ਕਰ ਲਿਆ ਕਿਸੇ ਨੇ। ਤੇ ਜੇ ਆਹ ਪਾਇਲਟ ਇਹ ਕਿਹੜੇ ਦਾਇਰੇ ਚ ਆਉਂਦਾ ਕਿ ਪਾਇਲਟ ਗੰਨਾ ਚੱਲਣਗੀਆਂ, ਗੋਲੀਆਂ ਨਾਲ ਮਾਰ ਦਿੱਤੇ ਜਾਣਗੇ, ਪੀਸਫੁਲ ਤਰੀਕੇ ਦਾ ਆਦਮੀ ਇੱਕ ਵੀ ਬਾਰਡਰ ਦੇ ਨੇੜੇ ਖਨੌਰੀ ਟਰੈਕਟਰ ਗਿਆ, ਜੇਸੀਬੀ ਗਈ, ਜਾਂ ਕੋਈ ਹੋਰ ਜਿਹੜੀ ਜਿਹੜੀਆਂ ਵੱਡੀਆਂ ਮਸ਼ੀਨਾਂ ਨੇ ਉਹ ਗਈਆਂ, ਤੇ ਉਦੋਂ ਬਾਅਦ ਵੀ ਜਦੋਂ ਇਹ ਵੀ ਗਏ ਨੇ, ਸੌ ਸੌ ਕਹਿੰਦੇ ਸੀ ਅਸੀਂ ਜਾਵਾਂਗੇ ਅੱਗੇ, ਇਹ ਤਾਂ ਪੈਦਲ ਤੁਰ ਕੇ ਹੀ ਗਏ, ਉੱਥੇ ਉਹ ਤਾਂ ਨਹੀਂ ਗਏ। ਹਾਂ ਜੇ ਕਸਮ ਕਸ ਹੋ ਰਹੀ ਹੋਵੇ ਉਧਰੋਂ ਟਰੈਕਟਰ ਚਲਾਉਂਦੇ ਹੋਣ, ਉਦੋਂ ਜੇਸੀਬੀ ਉਧਰੋਂ ਉਹ ਖਿੱਚ ਧੂ ਚ, ਬੰਦਾ ਮਰ ਜੇ ਕੋਈ ਗੱਲ ਨੀ, ਉਦੋਂ ਮਰਨਾ ਇੱਕ ਅਲੱਗ ਗੱਲ ਹੁੰਦੀ ਹੈ ਕਿ ਪ੍ਰੋਵੋਕੇਸ਼ਨ ਹੈ ਜੀ ਉਹਦੇ ਚ ਮਾਰੇਗੀ, ਇਹ ਉਹ ਨਹੀਂ ਹੈ, ਇਹ ਦੋਨੇ ਗੱਲਾਂ ਚ ਫਰਕ ਹੈ ਬੇਸਿਕਲੀ। ਔਰ ਮੈਨੂੰ ਇਹ ਲੱਗਦਾ ਕਿ ਇਹ ਅਨਾਲਿਸਿਸ ਉਦੋਂ ਬਾਅਦ ਹੁੰਦੇ ਨੇ ਔਰ ਹੋਣੇ ਚਾਹੀਦੇ ਨੇ ਜੀ, ਕਿਹਦੀ ਕੀ ਗਲਤੀ ਹੈ ਕਿਹਦੀ ਨਹੀਂ ਕੀ ਗਲਤੀ। ਅੱਜ ਦੇ ਦੌਰ ਚ ਇਹ ਜਿਹੜੇ ਅਨਾਲਿਸਿਸ ਨੇ ਇਹ ਜਸਟਿਸ ਸਿਸਟਮ ਦੇ ਰਾਹ ਚ ਰੋੜਾ ਬਣ ਕੇ ਖੜਦੇ ਨੇ, ਤੇ ਉਦੋਂ ਬਾਅਦ ਇਹ ਗੱਲਾਂ ਉਸ ਪਾਸੇ ਵੱਲ ਚੱਲਦੀਆਂ ਨੇ। ਔਰ ਅਸੀਂ ਅਜੇ ਪੰਜਾਬੀ ਬੰਦੇ ਨੇ ਅਜੇ ਅਨਾਲਿਸਿਸ ਤਾਂ ਖੜਕੋ ਮੂਵਮੈਂਟ ਦਾ ਨਹੀਂ ਕੀਤਾ, ਉਹ ਤੋਂ ਡਰ ਆਉਂਦਾ ਕੋਈ ਕਰਨ ਲਈ ਤਿਆਰ ਨਹੀਂ ਹੈ ਕਿ ਕਿਹੜੀਆਂ ਗਲਤੀਆਂ ਸੀ ਕਿਹੜੀਆਂ ਨਹੀਂ, ਅਸੀਂ ਕੋਈ ਕਮਿਸ਼ਨ ਨਹੀਂ ਬਣਾਇਆ ਕਿਹੜੀ ਗਲਤੀ ਹੈ ਕਿਹੜੀ ਨਹੀਂ। ਇਹਦੇ ਤੇ ਵੀ ਹਾਈ ਕੋਰਟ ਦੇ ਜੱਜ ਦੀ, ਰਿਟਾਇਰਡ ਜੱਜ ਦੀ ਅਗਵਾਈ ਚ ਕਮਿਸ਼ਨ ਬਣਾ ਦੇਣ, ਔਰ ਬਣਾਉਣਾ ਚਾਹੀਦਾ ਮੇਰੇ ਖਿਆਲ, ਕਿ ਲਾਅ ਵਾਇਲੇਟ ਕਿੱਥੋਂ ਹੋਇਆ, ਕਿਹਦੇ ਪੱਖੋਂ ਹੋਇਆ, ਕਿਵੇਂ ਹੋਇਆ, ਕਿਵੇਂ ਨਹੀਂ ਹੋਇਆ, ਔਰ ਜੁਡੀਸ਼ਲ ਜਾਂਚ ਹੋਣੀ ਚਾਹੀਦੀ ਹੈ ਇੱਕ ਇਸ ਪੱਧਰ ਦੇ ਉੱਤੇ, ਤਾਂ ਕਿ ਨਾ ਪੁਲਿਸ ਰਹੇ ਨਾ ਉਧਰਲਾ ਰਹੇ, ਇੱਕ ਜੁਡੀਸ਼ਲ ਸੈਟਅਪ ਦੇ ਵਿੱਚ ਆਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ। ਇਸੇ ਕਰਕੇ ਮੈਨੂੰ ਇਹ ਲੱਗਦਾ ਗੱਲ ਕਿ ਉਹ ਚੀਜ਼ਾਂ ਜਿਹੜੀਆਂ ਹੁਣ ਵਾਪਰ ਰਹੀਆਂ ਨੇ ਸਾਡੇ ਸਾਹਮਣੇ, ਇਸ ਸਮੇਂ ਇਸ ਟਕਰਾਅ ਚੋਂ ਕਿਵੇਂ ਨਿਕਲਿਆ ਜਾਵੇ, ਸਭ ਤੋਂ ਬੜਾ ਪੰਜਾਬੀਆਂ ਦੇ ਦੇਸ਼ ਦੇ ਸਧਾਰਨ ਲੋਕਾਂ ਦੇ ਸਾਹਮਣੇ ਇਹ ਫੰਡ ਹੈ। ਨਿਕਲਣ ਦੇ ਵਾਸਤੇ ਪਹਿਲ ਕਦਮੀ ਸਟੇਟ ਵਾਲੇ ਪਾਸਿਓਂ ਆਉਣੀ ਚਾਹੀਦੀ ਹੈ, ਲੋਕਾਂ ਨੂੰ ਇੱਕ ਵਿਸ਼ਵਾਸ ਦਵਾਇਆ ਜਾਏ ਜੋ ਹੋ ਗਿਆ ਹੋ ਗਿਆ, ਆਹ ਇਨਸਾਫ ਲਈ ਆਹ ਚੀਜ਼ ਹੋ ਗਈ, ਆਹ FIR ਹੋ ਗਈ, ਆਹ ਕੰਪਨਸੇਸ਼ਨ ਹੋ ਗਿਆ, ਆਹ ਜਾਂਚ ਬਜਾਤੀ ਜੁਡੀਸ਼ਲ ਲੈਵਲ ਤੇ, ਆਓ ਆਪਾਂ ਨੈਗੋਸ਼ੀਏਟ ਕਰਦੇ ਹਾਂ ਇਕੱਠੇ ਹੋ ਕੇ ਸਾਰੇ। ਜੇ ਗੌਰਮੈਂਟਾਂ ਨੇ ਇਹ ਕਰਨਾ ਵੀ ਇਕੱਲੇ ਨਾਲ ਨਾ ਗੱਲ ਕਰੋ ਤੇ ਦੂਜਿਆਂ ਨੂੰ ਬੁਲਾ ਲਏ, ਚੀਫ ਮਿਨਿਸਟਰ ਕਿਉਂ ਨੀ ਸਾਰੀਆਂ ਜਥੇਬੰਦੀਆਂ ਦੀ ਗੱਲ ਬਣਾ ਮੀਟਿੰਗ ਬੁਲਾ ਲੈਂਦੇ,
ਸਮੇਤ ਐਸਕੇਐਮ ਤੇ ਸਮੇਤ ਇਹਨਾਂ ਦੀ ਕਿ ਹੁਣ ਦੱਸੋ ਕ੍ਰਾਈਸਿਸ ਚ ਪੰਜਾਬ, ਆਓ ਆਪਾਂ ਕੀ ਕਰੀਏ, ਅਸੀਂ ਕੀ ਸਟੈਂਡ ਲਈਏ, ਤੁਸੀਂ ਕੀ ਸਟੈਂਡ ਲਓਗੇ। ਤੇ ਉਦੋਂ ਬਾਅਦ ਫਿਰ ਉਹ ਕਲੈਕਟਿਵ ਨਹੀਂ, ਗੌਰਮੈਂਟ ਕਲੈਕਟਿਵ ਬਣਾ ਲਏ। ਕੀ ਗੌਰਮੈਂਟ ਦਾ ਕੰਮ ਆਪਦੇ ਸਿਟੀਜ਼ਨ ਚ ਫੁੱਟ ਪਾਉਣਾ, ਜੋ ਮਰਜ਼ੀ ਕਰੋਗੇ। ਇਸ ਕਰਕੇ ਉਹ ਡਿਮਾਂਡ ਚ ਨੇ। ਇਹਦੇ ਨਾਲ ਕੀ ਹੁੰਦਾ ਫਿਰ ਜਦੋਂ ਇਹੋ ਜਿਹਾ ਮੌਕਾ ਹੁੰਦਾ, ਮੰਗਾਂ ਪਿੱਛੇ ਰਹਿ ਜਾਂਦੀਆਂ ਨੇ, ਦੂਜੀਆਂ ਚੀਜ਼ਾਂ ਨੰਬਰ ਵਨ ਬਣ ਜਾਂਦੀਆਂ ਨੇ। ਹੁਣ ਵੀ ਉਹੀ ਦੂਜੀਆਂ ਚੀਜ਼ਾਂ ਕਈ ਦਿਨਾਂ ਤੋਂ ਨੰਬਰ ਵਨ ਬਣੀਆਂ ਹੋਈਆਂ ਨੇ, ਜਦੋਂ ਕਿ ਗੱਲ ਉਸ ਲੈਵਲ ਦੇ ਉੱਤੇ ਹੁੰਦੀ ਹੈ। ਫਿਰ ਗੱਲ ਕੇਵਲ ਇੱਥੇ ਖੜ ਜਾਂਦੀ ਆ ਕੇ ਕਿ ਚਲੋ ਜੀ, ਸੁਭ ਕਰਨ ਨੂੰ ਇਨਸਾਫ਼ ਮਿਲ ਗਿਆ, ਐਫ ਆਈ ਆਰ ਵੀ ਹੋ ਗਈ, ਬਾਕੀ ਚੀਜ਼ ਹੋ ਗਈ, ਕਿ ਇੰਨੇ ਨਾਲ ਸਰ ਜਾਏਗਾ ਜਾਂ ਉਹ ਮੰਗਾਂ ਤੇ ਤਾਂ ਨੈਗੋਸ਼ੀਏਟ ਕਰਨਾ ਹੀ ਪਏਗਾ, ਜਿਹੜੀਆਂ ਵੱਡੀਆਂ ਮੰਗਾਂ ਨੇ, ਜਿਹਦੇ ਲਈ ਸੁਭ ਕਰਨ ਦਾ ਸੈਕਰੀਫਾਈਸ ਹੈ, ਜਿਹਦੇ ਲਈ ਬਾਕੀ ਲੋਕਾਂ ਦੇ ਸੈਕਰੀਫਾਈਸ ਨੇ। ਔਰ ਇਹ ਡਿਮਾਂਡ ਪੰਜਾਬ ਸਰਕਾਰ ਕਿਉਂ ਨਹੀਂ ਕਰਦੀ ਕਿ ਜਿਹੜੇ ਸਾਡੇ ਬੱਚੇ ਚੁੱਕ ਕੇ ਹਰਿਆਣੇ ਚ ਲੈ ਗਏ ਨੇ, ਉਹ ਕਿੰਨੇ ਨੇ, ਉਹਦੀ ਗਿਣਤੀ ਕਿੰਨੀ ਹੈ, ਉਹ ਕਿਹੜੇ ਹਸਪਤਾਲਾਂ ਚ ਨੇ? ਜੇ ਉਹ ਹਰਿਆਣੇ ਦੇ ਹਸਪਤਾਲਾਂ ਚ ਇਨਸਕਿਓਰ ਫੀਲ ਕਰਦੇ ਨੇ, ਤਾਂ ਪੰਜਾਬ ਚ ਜਾਂ ਚੰਡੀਗੜ੍ਹ ਸ਼ਿਫਟ ਕਿਉਂ ਨਹੀਂ ਕੀਤੇ ਜਾ ਰਹੇ? ਮਤਲਬ ਇੱਕ ਟੋਟਲ ਮਾੜਾ ਮੋਟਾ ਹਿਊਮੈਨਿਟੇਰੀਅਨ ਅਪਰੋਚ ਤਾਂ ਹੋਣੀ ਚਾਹੀਦੀ ਹੈ ਨਾ। ਤੇ ਜੇ ਇਹੋ ਜਿਹੀ ਵੀ ਹਿਊਮੈਨਿਟੇਰੀਅਨ ਅਪਰੋਚ ਨਹੀਂ, ਇਹ ਤਾਂ ਦੇਸ਼ ਮੰਗ ਲੈਂਦੇ ਨੇ ਆਪਣੇ ਬੰਦੇ ਨਾ, ਸਾਡੇ ਬੰਦੇ ਸਾਨੂੰ ਦੇ ਦਿਓ, ਤੁਸੀਂ ਆਪਣੇ ਲੈ ਜਾਓ ਤਾਂ ਕਿ ਅਸੀਂ ਆਪਣਾ ਕਰੀਏ। ਇੰਟਰਨੈਸ਼ਨਲ ਬਾਰਡਰਾਂ ਤੇ ਵਾਪਰਦਾ ਇਹ, ਉਦੋਂ ਵੀ ਖਤਰਨਾਕ ਵਾਪਰ ਰਿਹਾ। ਇਹ ਨੋਰਮਲ ਗੱਲ ਨਹੀਂ ਹੈ ਮੇਰੇ ਖਿਆਲ, ਨਾ ਨੋਰਮਲ ਡਿਬੇਟਾਂ ਦੇ ਸਵਾਲ ਨੇ, ਇਹ ਬਹੁਤ ਖਤਰਨਾਕ ਇੱਕ ਐਟੀਚਿਊਡ ਹੈ ਜਿਹੜਾ ਡਿਵੈਲਪ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਇੱਕ ਲੈਵਲ ਦਾ ਆਪਣੇ ਹੀ ਜਿਹੜੇ ਪੀਸਫੁਲ ਲੋਕ ਹੁੰਦੇ ਨੇ, ਤੁਹਾਡੇ ਨਾਗਰਿਕ ਨੇ, ਉਹਨਾਂ ਤੇ ਜਦੋਂ ਸਟੇਟ ਹਮਲਾਵਰ ਹੁੰਦੀ ਹੈ ਤਾਂ ਫਿਊਚਰ ਬਹੁਤ ਮੇਰੇ ਖਿਆਲ ਹੈ ਬਲੀਕ ਹੁੰਦਾ ਕਿ ਬਹੁਤ ਜ਼ਿਆਦਾ ਰੋਸ਼ਨ ਨਹੀਂ ਹੁੰਦਾ। ਇਹ ਠੀਕ ਗੱਲ ਹੈ ਤੁਹਾਡੀ, ਇਹ ਵੈਸੇ ਤਾਂ ਪੁਰਾਣੀਆਂ ਗੱਲਾਂ ਨੇ ਕਿ ਉਹ ਸਟੂਡੈਂਟ ਆਪਸ ਵਿੱਚ ਮੰਗਾਂ ਲੈ ਕੇ ਤੇ ਸੜਕ ਰੋਕ ਲੈਣ ਕਾਲਜ ਦੇ ਸਾਹਮਣੇ। ਮੰਗਾਂ ਦੇ ਮਾਮਲੇ ਦੇ ਵਿੱਚ ਗੱਲ ਤਾਂ ਅੱਗੇ ਉਦੋਂ ਰੁਕ ਜਾਂਦੀ ਹੈ ਜਦੋਂ ਤੁਸੀਂ ਆਈ ਬੱਸ ਦਾ ਡਰਾਈਵਰ ਕੁੱਟਦਾ ਜਾਂ ਕੰਡਕਟਰ ਕੁੱਟਦਾ ਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਸਾਰਾ ਫਿਰ ਅੰਦੋਲਨ ਉਸੇ ਪਾਸੇ ਨੂੰ ਤੁਰ ਪੈਂਦਾ ਸੀ ਕਿ ਹੁਣ ਇਹ ਜਿਹੜਾ ਪਰਚਾ ਵਾਪਸ ਕਰੋ, ਤੇ ਉਹ ਫਿਰ ਸਾਰੀ ਦੀ ਸਾਰੀ ਜਿਹੜੀ ਗੱਲ ਮੰਗ ਮੰਨ ਲਈ, ਪਰਚਾ ਵਾਪਸ ਹੋ ਗਿਆ ਤੇ ਉਹ ਮੰਗਾਂ ਪੁਰਾਣੀਆਂ ਉੱਥੇ ਰਹਿ ਗਈਆਂ। ਸਾਡੀ ਅਪਰੋਚ ਇਹ ਬੜੀ ਅਜੀਬੋ ਗਰੀਬ ਆ ਕਿ ਫੋਕਸ ਕਿੱਥੇ ਹੁੰਦਾ ਜਾ ਕੇ ਮੁੜ ਕੇ। ਸਵਾਲ ਜੋ ਤੁਸੀਂ ਕਰ ਰਹੇ ਸੀ ਤੇ ਮੈਂ ਐਚ ਟੀ ਦੀ ਇੱਕ ਖਬਰ ਨੂੰ ਦੇਖ ਰਿਹਾ ਸੀਗਾ, ਦਿੱਲੀ ਤੋਂ ਸੀਗੀ, ਕਿ ਸ਼ਾਇਦ ਹੁਣ ਜਿਹੜੀ ਗਵਰਨਮੈਂਟ ਗੱਲ ਕਰੇਗੀ, ਕਿਉਂਕਿ 29 ਤੱਕ ਦਾ ਸਮਾਂ ਮਿਲ ਗਿਆ, ਵਿੱਚ ਕੁਝ ਦਿਨ ਮਿਲ ਗਏ ਨੇ। ਭੰਦੇਰ ਔਰ ਡੱਲੇਵਾਲ ਵੱਲੋਂ ਇਹ ਕਲੈਰਿਟੀ ਦਿੱਤੀ ਗਈ ਹੈ ਕਿ ਅਸੀਂ ਹੁਣ 29 ਤੱਕ ਜਿਹੜਾ ਅਗਲਾ ਪ੍ਰੋਗਰਾਮ ਦੇਵਾਂਗੇ, ਵਿੱਚ ਉਹਨਾਂ ਨੇ ਆਪਣੇ ਪ੍ਰੋਗਰਾਮ ਉਲੀਕ ਦਿੱਤੇ ਨੇ। ਤੇ ਇਹਦੇ ਵਿੱਚ ਗਵਰਨਮੈਂਟ ਦਾ ਪੈਨਲ ਜਿਹੜਾ, ਜਿਹੜੇ ਤਿੰਨ ਮੰਤਰੀਆਂ ਵਾਲੀ ਗੱਲ ਆ, ਇਹ ਹੁਣ ਸ਼ਾਇਦ ਦੂਜੇ ਐਸਕੇਐਮ ਨੂੰ ਵੀ ਸ਼ਾਮਿਲ ਕਰੂਗੀ ਨਾਲ, ਜਾਂ ਉਹਨਾਂ ਨੂੰ ਗੱਲਬਾਤ ਦੇ ਵਿੱਚ ਅਗਲਾ ਗੇਟ ਸ਼ਾਇਦ ਉਹਨਾਂ ਨਾਲ ਵੀ ਹੋਵੇ, ਇੱਕ ਸਵਾਲ ਉੱਠ ਰਿਹਾ। ਦੂਜਾ, ਸੁਪਰੀਮ ਕੋਰਟ 'ਚ ਵੀ ਇਹ ਮਾਮਲਾ ਕੱਲ੍ਹ ਗਿਆ ਸੀਗਾ ਕਿ ਹੁਣ ਸੁਪਰੀਮ ਕੋਰਟ ਇਹਨੂੰ ਕਿਵੇਂ ਸੁਣਦੀ ਆ ਤੇ ਇਹ ਕਿਵੇਂ ਅੱਗੇ ਵੱਧਦਾ। ਇਹ ਇੱਕ ਸਮਾਂ ਲੈਣ ਵਾਲੀ ਚੀਜ਼ ਆ, ਇਹ ਤਾਂ ਇਵੇਂ ਅੱਗੇ ਵੱਧਦੀ ਰਹੇਗੀ। ਇੱਕ ਸਿੰਪਲ ਛੋਟਾ ਜਿਹਾ ਇੱਕ ਟਿੱਪਣੀ ਕਿ ਜੇ ਹੁਣ ਐਸਕੇਐਮ ਨੂੰ ਸ਼ਾਮਿਲ ਕਰ ਲਿਆ ਜਾਊਗਾ ਤੇ ਇਹਦਾ ਰੂਪ ਸਰੂਪ ਗੱਲਬਾਤ ਦਾ ਹੋਰ ਪੱਧਰ ਤੇ ਚਲੇ ਜਾਊਗਾ। ਹਾਂ ਬਿਲਕੁਲ ਜਾਊਗਾ ਹੀ, ਤੇ ਫਿਰ ਜੇ ਸਾਰੇ ਇਕੱਠੇ ਹੁੰਦੇ ਨੇ ਤਾਂ ਇਕੱਠਿਆਂ ਨੂੰ ਉਹ ਬਣਾ ਲੈਂਦੇ ਨੇ ਤਾਂ ਇੱਕ ਚੰਗੀ, ਮੈਨੂੰ ਲੱਗਦਾ ਉਹ ਕਰਨਗੇ ਨੀ ਇਹ ਕਿ ਕਾਹਨੂੰ ਇਕੱਠੇ ਕਰਨਾ ਆਪਾਂ ਅਲੱਗ ਅਲੱਗ ਹੀ ਰਹਿਣ। ਮੈਂ ਤਾਂ ਇੱਕ ਐਸਕੇਐਮ ਨੇ ਵੀ 6 ਮੈਂਬਰੀ ਕਮੇਟੀ ਬਣਾਈ, ਅੱਜ ਤੱਕ ਪਤਾ ਨੀ ਲੱਗਿਆ ਵੀ ਉਹਨਾਂ ਨੇ ਕਿਸੇ ਨਾਲ ਮੁਲਾਕਾਤ ਕੀਤੀ ਹੈ ਨਾ ਕਿ ਨਹੀਂ ਕੀਤੀ, ਜਾਂ ਇੱਕ ਦੂਜੇ ਨਾਲ ਆਪਸ ਚ ਤਾਲਮੇਲ ਹੋਇਆ ਜਾਂ ਨਹੀਂ ਹੋਇਆ, ਵੀ ਕੀ ਕਰਨਾ ਕੀ ਨਹੀਂ ਕਰਨਾ। ਔਰ ਉਹ ਬਖਰੇਵੇਂ ਤਾਂ ਹੈਗੇ ਨੇ, ਵਿਚਾਰਧਾਰਕ ਬਖਰੇਵੇਂ ਨੇ, ਸਿਆਸੀ ਬਖਰੇਵੇਂ ਨੇ, ਬਾਕੀ ਦੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਟਾਈਪ ਦਾ ਜਿਹੜਾ ਸਖਸੀ ਬਖਰੇਵੇਂ ਨੇ, ਈਗੋ ਦੇ ਬਖਰੇਵੇਂ ਨੇ, ਇਹ ਸਾਰੇ ਬਖਰੇਵੇਂ ਹੈਗੇ ਨੇ ਆਪਾਂ ਪਤਾ ਸਾਰੀ ਲੀਡਰਸ਼ਿਪ ਦੇ ਵਿੱਚ। ਪਰ ਸਭ ਤੋਂ ਬੜਾ ਕੁਐਸਚਨ ਇਹ ਹੈ ਮੈਨੂੰ ਲੱਗਦਾ ਕਿ ਸਾਡੀ ਪੋਲੀਟੀਕਲ ਲੀਡਰਸ਼ਿਪ ਕਿੱਥੇ ਹੈ, ਪੰਜਾਬ ਦੀ, ਹਰਿਆਣੇ ਦੀ, ਵੱਖ ਵੱਖ ਥਾਵਾਂ ਤੇ, ਜਿਹੜੇ ਕਹਿੰਦੇ ਨੇ ਅਸੀਂ ਕਿਸਾਨ ਬਿਲਕੁਲ ਕਿਸਾਨਾਂ ਚੋਂ ਆਏ ਹਾਂ। ਔਰ
ਤੁਸੀਂ ਚੱਕ ਕੇ ਨਾ ਕਿਸੇ ਦੇ ਬਾਇਓਡਾਟਾ ਜਿਹਦੇ ਮਰਜ਼ੀ ਆਪਾਂ ਦੇਖ ਲਈਏ, ਜੇ 117 ਬੰਦੇ ਨੇ ਪੰਜਾਬ ਦੀ ਅਸੈਂਬਲੀ ਦੇ ਵਿੱਚ, ਲਗਭਗ 90 ਨੇ ਲਿਖਿਆ ਕਿੱਤਾ ਕੀ ਹੈ, ਖੇਤੀਬਾੜੀ, ਹੈ ਨਾ। ਜੇ ਪਾਰਲੀਮੈਂਟ ਚ ਚੱਕ ਕੇ ਦੇਖ ਲਓ, ਸੰਵਿਧਾਨ ਲਿਖਿਆ ਹੋਇਆ ਕਰਦੇ ਕੀ ਉਹ ਖੇਤੀਬਾੜੀ, ਤਾਂ ਭਾਈ ਸਾਹਿਬ ਖੇਤੀਬਾੜੀ ਵਾਲਾ ਕੋਈ ਗੱਲ ਵੀ ਕਰੋ, ਨੈਗੋਸ਼ੀਏਟਰ ਬਣ ਜਾਓ, ਵਿਚੋਲੇ ਬਣ ਜਾਓ। ਹੁਣ ਵਿਚੋਲਾ ਸਾਹਿਬ ਕਿੱਧਰ ਚਲੇ ਗਏ ਮੈਨੂੰ ਪਤਾ ਨਹੀਂ ਹੈ, ਅਗਲੀ ਨੈਗੋਸ਼ੀਏਸ਼ਨ ਲਈ ਅਜੇ ਤਾਂ ਕੁਝ ਵੀ ਨਹੀਂ ਹੋਇਆ, ਕਾਰਜ ਸਿਰੇ ਨਹੀਂ ਚੜਿਆ ਤੇ ਸਾਫ਼ ਵੀ ਨਹੀਂ ਪੈਣੀ ਤੇ ਹੱਥ ਫੁਕਾਉਣੇ ਨੇ, ਔਰ ਉਹ ਫੁੱਕ ਵੀ ਜਾਣਗੇ ਉਸੇ ਪੱਧਰ ਦੇ ਉੱਤੇ ਜਿਹੜੀ ਗੱਲ ਲੱਗ ਰਹੀ ਹੈ। ਪਰ ਨਾਲ ਦੀ ਨਾਲ ਇਹ ਜ਼ਰੂਰ ਹੈ, ਜੇ ਸਾਂਝੇ ਤੌਰ ਤੇ ਇੱਕ ਮੀਟਿੰਗ ਹੋ ਜਾਂਦੀ ਹੈ ਤਾਂ ਮੇਰੇ ਖਿਆਲ ਹੈ ਕਿ ਥੋੜਾ ਬਹੁਤ ਉਹਦੇ ਨਾਲ ਫਾਇਦਾ ਹੋਏਗਾ। ਟਿੰਟ ਇੱਕੋ ਹੀ ਮੀਟਿੰਗ ਹੋਣੀ ਹੈ ਜਾਂ ਦੋ, ਇੰਨੇ ਕਰੋੜ ਲੱਗ ਜਾਣਾ, ਇਸ ਲਈ ਹੁਣ ਤਾਂ ਉਸ ਤੋਂ ਬਾਅਦ ਤੇ ਚਲਾ ਜਾਊਗਾ ਇਹ ਕੰਮ, ਜਿਹੜੀਆਂ ਨਵੀਆਂ ਸਰਕਾਰਾਂ ਬਣਨਗੀਆਂ ਕਿਸੇ ਲੈਵਲ ਦੇ ਉੱਤੇ, ਤੇ ਇਸੇ ਤਰੀਕੇ ਦੇ ਨਾਲ ਨਹੀਂ ਚੱਲਣਾ ਕੰਮ। ਪਰ ਉਦੋਂ ਬਾਅਦ ਦਾ ਸੱਦਾ ਦੇਣਾ ਪਏਗਾ, ਜਿਹੜਾ SKM ਨੇ ਰੈਲੀ ਰੱਖੀ ਹੈ ਉਸ ਰੈਲੀ ਦੇ ਵਿੱਚ ਜ਼ਰੂਰ ਉਹਨਾਂ ਨੇ ਸੱਦਾ ਦਿੱਤਾ ਹੋਇਆ ਕਿ ਉਸ ਤੋਂ ਬਾਅਦ ਫਿਰ ਅਸੀਂ ਪਿੰਡ ਪਿੰਡ ਪ੍ਰਚਾਰ ਕਰਾਂਗੇ ਕਿ ਭਾਈ ਸਾਹਿਬ ਜਿਹੜਾ ਆਹ ਜਿਹੜੀਆਂ ਗੱਲਾਂ ਨੇ ਗਲਤ ਨੇ, ਇਹਨਾਂ ਦੇ ਖਿਲਾਫ਼ ਪੋਲੀਟੀਕਲ ਇੱਕ ਨੈਰੇਟਿਵ ਬਣਾਵਾਂਗੇ। ਉਹ ਨੈਰੇਟਿਵ ਜਿਹੜਾ ਹੋ ਸਕਦਾ ਉਹਦੇ ਤੋਂ ਝਿਜਕ ਕੇ ਸਰਕਾਰ ਜ਼ਰੂਰ ਗੱਲ ਕਰੇ, ਉਹ ਵੀ ਤਾਂ ਝਿਜਕ ਹੋਊਗੀ, ਇਕੱਲੀ ਪੰਜਾਬ ਦੇ ਮੂਵਮੈਂਟ ਨਹੀਂ ਉਹ ਹੋਣੀ ਚਾਹੀਦੀ, ਉਹ ਮੂਵਮੈਂਟ ਦਾ ਦਾਇਰਾ UP ਚ ਆਲੇ ਦੁਆਲੇ ਵੀ ਵਧੇ। ਜੇ SKM ਉੱਥੇ ਦਿਖਾਉਂਦਾ ਹੈ ਨਾ ਕਿ ਟਰੈਕਟਰ 26 ਤਰੀਕ ਨੂੰ UP ਚ ਵੀ ਖੜੇ ਸੀ, ਦਿੱਲੀ ਦੇ ਆਲੇ ਦੁਆਲੇ ਵੀ ਖੜੇ ਸੀ, ਹਰਿਆਣੇ ਚ ਵੀ ਖੜੇ ਸੀ, ਕਰਨਾਟਕਾ ਤੋਂ ਲੈ ਕੇ ਸਾਰੇ ਜਗ੍ਹਾ ਖੜੇ ਸੀ, ਤਾਂ ਅਸਰ ਪਊਗਾ, ਨਹੀਂ ਤਾਂ ਉਸ ਲੈਵਲ ਦਾ ਅਸਰ ਨਹੀਂ ਪੈਣਾ ਜਿਹੜਾ ਅਸਰ ਪਾਉਣ ਦਾ ਇੱਕ ਦਿਖਾਇਆ ਜਾ ਰਿਹਾ। SKM ਨੇ ਉਸ ਦਿਨ ਚਿਹਰਾ ਤੇ ਵਿਖਾਇਆ ਸੀਗਾ, ਉਹਨਾਂ ਨੇ ਬੰਗਾਲ ਵਾਲੇ ਵੀ ਤੇ ਬਾਕੀ ਵੀ ਸਾਰੇ ਹਿੰਦੂ ਲੀਡਰ ਵੀ ਤੇ ਸਾਰੇ ਜਿਹੜੇ ਅੱਗੇ ਕੀਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣੀ ਆਪਣੀ ਗੱਲ ਸਾਰਿਆਂ ਨੇ ਰੱਖੀ। ਕੱਲ ਮੈਂ ਦੇਖਿਆ ਉਗਰਾਹਾਂ ਇੱਕ ਜਗ੍ਹਾ ਕਹਿ ਰਹੇ ਸੀਗੇ ਕਿ ਵੱਡੀ ਗੱਲ ਨਹੀਂ, ਇਕੱਠੇ ਹੋ ਜਾਣਗੇ ਸਾਰੇ, ਅਸੀਂ ਕੋਸ਼ਿਸ਼ ਕਰਾਂਗੇ। ਚਡੂਨੀ ਨੇ ਕਿਹਾ ਵੀ ਅਸੀਂ ਸਾਰਿਆਂ ਨੂੰ ਇਕੱਠੇ ਲਿਆ ਰਹੇ ਹਾਂ ਜੀ ਇੱਕ ਪਲੇਟਫਾਰਮ ਤੇ। ਇਹਨਾਂ ਦੀ ਜਿਹੜੀ ਕਮੇਟੀ ਬਣੀ ਆ ਉਹ ਕਾਫੀ ਵੱਡੇ ਲੋਕਾਂ ਦੀ ਆ, ਰਾਜੇਵਾਲ ਤੋਂ ਲੈ ਕੇ ਦਰਸ਼ਨਪਾਲ ਤੇ ਉਗਰਾਹਾਂ ਸਾਹਿਬ। ਇਹ ਬੰਦੇ ਛੋਟੇ ਨਹੀਂ ਹੈ, ਇਹ ਬੰਦੇ ਜੇਕਰ ਕਿਸੇ ਦੇ ਕੋਲ ਜਾਣਗੇ ਉਹਨੂੰ ਮਨਾ ਕਰਨ ਲਈ ਬੜਾ ਵੱਡਾ ਦਿਲ ਦਿਖਾਉਣਾ ਪਊਗਾ, ਫਿਰ ਉਹ ਐਕਸਪੋਜ਼ ਵੀ ਹੋਊਗਾ ਜਿਹੜਾ ਬੰਦਾ ਕਿਸੇ ਗੱਲ ਤੇ ਅੜਿਆ ਰਹੂਗਾ। ਤੇ ਮੈਨੂੰ ਲੱਗਦਾ ਹੁਣ ਜਿਹੜੇ ਬਾਕੀ ਧਿਰਾਂ ਸਟਰਗਲ ਕਰ ਰਹੀਆਂ ਨੇ ਉਹਨਾਂ ਦੀ ਅਨਸਰ ਦੀ ਲੋੜ ਵੀ ਬਣ ਗਈ ਹੈ ਵੀ ਜੇ ਉਧਰਲੇ ਬੰਨਿਓ ਗੱਲਬਾਤ ਦਾ ਸੱਦਾ ਆਵੇ ਠੁਕਰਾ ਨਹੀਂ ਸਕਣਗੇ। ਇਹਨਾਂ ਨੇ ਆਪਣੀ ਸਟਰੈਂਥ ਦੇਖ ਲਈ ਹੈ, ਇਹਨਾਂ ਨੇ ਆਪਣੀ ਤਾਕਤ ਹੁਣ ਇਹਨਾਂ ਨੇ ਉਹਦਾ ਅੰਦਾਜ਼ਾ ਵੀ ਲਾ ਲਿਆ ਤੇ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਅਸੀਂ ਆਪਣਾ ਸਿਖਰਲਾ ਜਿਹੜਾ ਦ੍ਰਿਸ਼ ਸੀਗਾ ਉਹ ਸਿਰਜ ਚੁੱਕੇ ਹਾਂ, ਅਸੀਂ ਸੀਨ ਉਹ ਜਿਹੜਾ ਆਖਰੀ ਸੀਨ ਹੁੰਦਾ ਉਹ ਅਸੀਂ ਸਿਰਜ ਲਿਆ ਤੇ ਹੁਣ ਇਸ ਤੋਂ ਓਡਾ ਸੀਨ ਸ਼ਾਇਦ ਬਣੇ ਨਾ ਕਿਉਂਕਿ SKM ਦੇ ਪ੍ਰੋਗਰਾਮ ਆ ਚੁੱਕੇ ਆ। ਤੁਸੀਂ ਮੁੰਦਰੀ ਪਾਉਣ ਦੀ ਗੱਲ ਕੀਤੀ ਆ, ਛਾਪਾਂ ਦੀ ਗੱਲ ਕੀਤੀ ਆ, ਮੁੱਖ ਮੰਤਰੀ ਸਾਹਿਬ ਨੇ ਵਿਚੋਲਗਰੀ ਵੀ ਕੀਤੀ, ਸਾਰੀਆਂ ਗੱਲਾਂ ਕੀਤੀਆਂ। ਹੁਣ ਜਿਹੜੀ ਅੱਜ ਸੰਭਾਵਿਤ ਪ੍ਰੈਸ ਕਾਨਫਰੰਸ ਹੈ, ਮੰਨਿਆ ਜਾ ਰਿਹਾ ਕਿ ਥੋੜੀ ਦੇਰ ਬਾਅਦ ਉਹ ਹੋਊਗੀ, ਜਿਹਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਆਪਣੀ ਗੱਠਜੋੜ ਦਾ ਐਲਾਨ ਕਰ ਦੇਣਗੇ। ਮੋਸਟ ਪ੍ਰੋਬਬਲੀ 4-3, 4 ਤੇ ਆਮ ਆਦਮੀ ਪਾਰਟੀ, 3 ਤੇ ਕਾਂਗਰਸ, ਗੁਜਰਾਤ ਦੇ ਵਿੱਚ 2 ਸੀਟਾਂ, ਹਰਿਆਣੇ ਚ ਕੀ ਮਿਲਦਾ ਹੈ, ਇਹ ਕਿੱਦਾਂ ਜਾ ਕੇ ਇਹ ਸਾਰਾ ਕੁਝ ਤੈਅ ਹੋ ਗਿਆ। ਇਹਨੂੰ ਕਿਵੇਂ ਹੁਣ ਅਸੀਂ ਅਨਾਊਂਸਮੈਂਟ ਤੋਂ ਪਹਿਲਾਂ ਇਹ ਗੱਲ ਨਹੀਂ ਫਾਈਨਲ ਕਰਦੇ ਕਿ ਉਹ ਕੀ ਹੋਇਆ, ਲੇਕਿਨ ਜਿਸ ਤਰੀਕੇ ਨਾਲ ਪੰਜਾਬ ਦੇ 2 ਮੰਤਰੀ ਕੱਲ ਇਹ ਕਹਿੰਦੇ ਕਿ ਇਹ ਗੱਠਜੋੜ ਜਿਹੜਾ ਇੰਡੀਆ ਬਲੌਕ ਹੈ ਇਹਨੂੰ ਪਾਸੇ ਕਰਨ ਲਈ, ਇਹ ਸਾਨੂੰ ਥ੍ਰੈਟ ਕੀਤਾ ਜਾ ਰਿਹਾ ਚੋਂ ਬਾਹਰ ਆਉਣ ਲਈ, ਕੇਜਰੀਵਾਲ ਗ੍ਰਿਫਤਾਰ ਕੀਤੇ ਜਾ ਸਕਦੇ ਆ, ਇਹ ਸਾਰੀਆਂ ਗੱਲਾਂ ਹੋ ਰਹੀਆਂ। ਫਿਰ ਵੀ ਜੇ ਅੱਜ ਗੱਠਜੋੜ ਹੋ ਰਿਹਾ ਪੰਜਾਬ ਲਈ ਇਹਦੇ ਕੀ ਮਾਇਨੇ ਆ? ਪੰਜਾਬ ਦੇ ਮੰਤਰੀ ਜਦੋਂ ਇਹ ਕਹਿ ਰਿਹਾ ਤੁਸੀਂ ਤਾਂ ਗੱਠਜੋੜ ਕਰ ਹੀ ਨਹੀਂ ਰਹੇ, ਤੁਸੀਂ ਤਾਂ ਗੱਠਜੋੜ ਦੇ ਵਿੱਚ ਹੈ ਹੀ ਨਹੀਂ, ਤੁਸੀਂ ਤਾਂ ਵੱਖੋ ਵੱਖ ਲੜਨਾ, ਵੱਖੋ ਵੱਖ ਲੜਨਾ ਪਰ ਰਲ ਕੇ ਲੜਨਾ। ਕਾਂਗਰਸ ਦੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅੱਜ ਅਨਾਊਂਸ ਕਰ ਰਹੀ ਹੋਊਗੀ ਵੀ ਅਸੀਂ ਸਮਝੌਤਾ ਕਰ ਲਿਆ ਤੇ ਪੰਜਾਬ ਦੇ ਵਿੱਚ
ਪੰਜਾਬ ਦੇ ਵਿੱਚ ਇੱਕ ਦੂਜੇ ਨਾਲ ਕਪੱਤ ਹੋਊਗਾ। ਅਸੀਂ ਇੰਨੇ ਕਾਂਗਰਸੀ ਚੋਰ ਕਰਪਟ ਫੜ ਕੇ ਅੰਦਰ ਦੇ ਦਿੱਤੇ, ਕਾਂਗਰਸ ਇਹ ਕਹਿ ਰਹੀ ਹੋਊਗੀ ਕਿ ਇਹ ਸਰਕਾਰ ਸਭ ਤੋਂ ਬੇਹੱਦ ਮਾੜੀ ਕਾਰਗੁਜ਼ਾਰੀ ਵਾਲੀ ਸਰਕਾਰ ਹੈ। ਜਦੋਂ ਇਹ ਦੋਨੇ ਲੜ ਰਹੇ ਹੋਣਗੇ ਤਾਂ ਲੋਕ ਹੱਸ ਨਹੀਂ ਰਹੇ ਹੋਣਗੇ। ਸੋ ਇਸ ਗੱਠਜੋੜ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਦੇ ਮਾਹੌਲ ਨੂੰ ਮੈਂ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦਾ ਹੈ ਕਿ ਦਰਅਸਲ ਇਹ ਆਪ ਮੂਰਖ ਬਣ ਰਹੇ ਨੇ ਜਾਂ ਮੂਰਖ ਬਣਾ ਰਹੇ ਨੇ ਲੋਕਾਂ ਨੂੰ, ਇਹ ਸਮਝ ਨਹੀਂ ਆ ਰਹੀ ਵੀ ਚਾਹੁੰਦੇ ਕੀ ਨੇ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਚ ਦਿਲਚਸਪੀ ਵੀ ਕਿਉਂ ਹੋਵੇ ਵੀ ਤੁਸੀਂ ਗੱਠਜੋੜ ਕਰ ਰਹੇ ਹੋ? ਕੀ ਕਹਿੰਦੇ ਹੋ ਸਰ? ਅਸਲ ਚ ਇੰਡੀਆ ਅਲਾਇੰਸ ਦਾ ਪਹਿਲਾਂ ਤਾਂ ਐਂ ਲੱਗਦਾ ਸੀ ਸਾਰਾ ਕੁਝ ਖਿੰਡ ਗਿਆ, ਹੁਣ ਕਹਿੰਦੇ ਨੇ ਵੀ ਜਿੰਨਾ ਬਚਿਆ ਉਹ ਤੱਕ ਤਾਂ ਇਕੱਠਾ ਕਰੋ, ਸਾਰਾ ਕੁਝ ਨਹੀਂ ਖਿੰਡਿਆ ਜਿਵੇਂ ਪਹਿਲਾਂ ਜਿਹੜੇ ਵੱਡੇ ਬੰਦੇ ਕਈ ਸੀ ਨਾ ਜਿਹੜੇ ਮੋਹਰੀ ਗੱਠਜੋੜ ਕਰਾਉਣ ਚ, ਜਦੋਂ ਨਿਤੀਸ਼ ਕੁਮਾਰ ਚਲਾ ਗਿਆ ਮਮਤਾ ਨੇ ਕਹਿ ਦਿੱਤਾ ਅਸੀਂ ਤਾਂ ਆਪਦੀਆਂ ਸਾਰੀਆਂ ਸੀਟਾਂ ਹੀ ਲੜਾਂਗੇ, ਤੇ ਇਹਨੂੰ ਅਖਿਲੇਸ਼ ਨੇ ਵੀ ਚੇਤਾਵਨੀ ਦੇ ਤੀ ਵੀ ਤੁਸੀਂ ਮੰਨਣੀ ਆ ਮੰਨੋ ਨਹੀਂ ਤਾਂ ਮੈਂ ਵੀ ਚੱਲਿਆ, ਔਰ ਇਹ ਸਾਰਾ ਕੁਝ ਹੀ ਹੋ ਗਿਆ ਸੀ। ਹੌਲੀ ਹੌਲੀ ਉਹਨਾਂ ਨੇ ਚਲੋ ਅਖਿਲੇਸ਼ ਨਾਲ ਕਰ ਲਿਆ ਇੱਕ, ਉਹਨਾਂ ਨੂੰ ਲੱਗਿਆ ਵੀ ਯੂਪੀ ਹੋ ਗਈ ਜੀ ਚਲੋ ਠੀਕ ਹੋ ਗਿਆ ਕੰਮ, ਤੇ ਹੁਣ ਇਹ ਹੈ ਵੀ ਸਾਰਾ ਜਾਂਦਾ ਚਲਾ ਗਿਆ ਜਾਂ ਵੀ ਪੰਜਾਬ ਨਹੀਂ ਹੁੰਦਾ ਤਾਂ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਵੀ ਇੱਥੇ ਹੀ ਕਰ ਲਓ ਇੱਕ ਦੋ ਜਗ੍ਹਾ ਜਿੰਨਾ ਕਿਤੇ ਹੁੰਦਾ, ਔਰ ਬਿਲਕੁਲ ਇਹਨਾਂ ਥਾਵਾਂ ਤੇ ਫਰਕ ਵੀ ਪਏਗਾ ਜੇਕਰ ਹੋ ਜਾਂਦਾ ਕੁਛ ਨਾ ਕੁਛ, ਖਾਸ ਤੌਰ ਤੇ ਦਿੱਲੀ ਤੇ ਤਾਂ ਜ਼ਰੂਰ ਫਰਕ ਪਏਗਾ, ਬਾਕੀ ਪੈਂਦਾ ਕਿ ਨਹੀਂ ਉਹ ਇੱਕ ਅਲੱਗ ਗੱਲ ਹੈ, ਇੱਕ ਅਲੱਗ ਪਹਿਲੂ ਹੈ। ਜਿਹੜਾ ਪੰਜਾਬ ਦੇ ਵਿੱਚ ਹੈ ਇਹ ਬੜਾ ਡਾਇਲੈਮਾ ਹੈ ਅਸਲ ਦੇ ਵਿੱਚ, ਤੇ ਤੁਸੀਂ ਪੰਜਾਬ ਦੇ ਵਿੱਚ ਇੰਟਰਸਟ ਹੈ, ਗੱਲ ਇਹ ਹੈ ਕਿ ਦੋਨੋਂ ਧਿਰਾਂ ਨਹੀਂ ਚਾਹੁੰਦੀਆਂ ਕਰਨ, ਕਿਉਂਕਿ ਪੰਜਾਬ ਦੀ ਸਿਚੁਏਸ਼ਨ ਅਜੀਬ ਹੈ। ਉੱਧਰ ਕਾਂਗਰਸੀਆਂ ਨੂੰ ਲੱਗਦਾ ਅਸੀਂ ਮਾਰੇ ਜਾਵਾਂਗੇ ਜੇਕਰ ਇੱਥੇ ਕਰ ਲਿਆ ਇੱਕ ਵੱਡੇ ਸੈਕਸ਼ਨ ਨੂੰ, ਅਗਲਾ ਕਹੂਗਾ ਮੇਨ ਆਪੋਜੀਸ਼ਨ ਪਾਰਟੀ ਹੈ ਜੀ ਤੇ ਤੁਸੀਂ ਕੀ ਕਰ ਰਹੇ ਹੋ, ਤੇ ਦੂਜੀ ਇੱਧਰ ਆਮ ਆਦਮੀ ਪਾਰਟੀ ਹੈ ਉਹ ਕਹਿੰਦੀ ਹੈ ਵੀ ਜੇ ਇਕੱਠੇ ਹੋ ਕੇ ਲੜ ਲਿਆ ਤਾਂ ਸਾਡਾ ਕੀ ਜਾਊਗਾ, ਅਗਲਾ ਕਹਿੰਦਾ ਵੀ ਪਹਿਲਾਂ ਤਾਂ ਤੁਸੀਂ ਵਿਜੀਲੈਂਸ ਚੱਕ ਚੱਕ ਕੇ ਉਹਨਾਂ ਨੂੰ ਅੰਦਰ ਕਰੀ ਗਏ ਹੋ, ਸਾਰਿਆਂ ਨੂੰ ਕਹੀ ਗਏ ਉਹ ਕਰਪਟ ਨੇ ਆਹ ਵੀ ਕਰ ਲਿਆ ਆਹ ਵੀ ਕਰ ਲਿਆ, ਹੁਣ ਉਹੀ ਬੀਜੇਪੀ ਵਾਂਗ ਦੁੱਧ ਧੋਤੇ ਕਿਵੇਂ ਹੋ ਗਏ। ਇਹ ਸਾਰੀਆਂ ਜਿਹੜੀਆਂ ਗੱਲਾਂ ਤੇ ਇਸੇ ਕਰਕੇ ਜਿਹੜੀ ਪੋਲਿਟਿਕਸ ਜਿਹੜੀ ਪ੍ਰਿੰਸੀਪਲਡ ਪੋਲਿਟਿਕਸ ਹੁੰਦੀ ਹੈ ਨਾ ਉਹ ਨਹੀਂ ਹੁੰਦੀ, ਤੇ ਵੋਟਾਂ ਦੇ ਵਿੱਚ ਤਾਂ ਫਿਰ ਜਿੱਥੇ ਜਿਹੜਾ ਢੰਗ ਠੀਕ ਲੱਗਦਾ ਉਹੀ ਅਪਣਾਇਆ ਜਾਂਦਾ। ਪੰਜਾਬ ਚ ਜਵਾਬ ਦੇਣਾ ਬਿਲਕੁਲ ਔਖਾ ਹੋਏਗਾ ਇਹਨਾਂ ਨੂੰ, ਬਾਹਰ ਤਾਂ ਥੋੜਾ ਬਹੁਤ ਫਾਇਦਾ ਇੱਕ ਜਨਰਲ ਹੋ ਸਕਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਾਂ ਕੋਈ ਇਹੋ ਜਿਹਾ ਇਹ ਓਵਰਆਲ ਲੋਕਾਂ ਨੂੰ ਕਹਿਣਗੇ ਕਿ ਅਸੀਂ ਪੰਜਾਬ ਦੇ ਵਿੱਚ ਵੈਸੇ ਵੰਡ ਲਈਆਂ ਸੀਟਾਂ, ਅਫੀਸਲ ਐਲਾਨ ਨਹੀਂ ਹੈ, ਦੂਜੇ ਥਾਵਾਂ ਤੇ ਅਸੀਂ ਛੋਟੇ ਬੰਦੇ ਕਮਜ਼ੋਰ ਬੰਦੇ ਖੜੇ ਕਰਾਂਗੇ, ਮਤਲਬ ਪੂਰੇ ਤਰ੍ਹਾਂ 13 ਦੀਆਂ 13 ਲੜਕੇ ਵੀ 6-7 ਹੋ ਗਈਆਂ ਜਾਂ ਜਿੰਨੀਆਂ ਹੋ ਗਈਆਂ ਉਸ ਮਾਮਲੇ ਦੇ ਉੱਤੇ, ਪਰ ਉਹ ਚੱਲਣੀ ਦੀ ਗੱਲ ਇਹ ਗੱਪ ਸ਼ੱਪ ਲੋਕਾਂ ਨੇ ਕਹਿਣਾ ਵੀ ਇਹ ਕਿਉਂ ਬੇਵਕੂਫੀ ਵਾਲੀ ਗੱਲ ਹੈ, ਇਹ ਉਹ ਮੰਨਣ ਯੋਗ ਨਹੀਂ ਹੁੰਦੀ ਜਿਹੜੀਆਂ ਗੱਲਾਂ ਉਸ ਲੈਵਲ ਤੇ ਕਰਦੇ ਨੇ। ਇਦੋਂ ਪਹਿਲਾਂ ਹੁੰਦੇ ਰਹੇ ਨੇ ਕਈ ਮਾਮਲਿਆਂ ਦੇ ਵਿੱਚ ਕਈ ਸਟੇਟਾਂ ਚ, ਪਰ ਐਲਾਨ ਕਰ ਦਿੰਦੇ ਸੀ ਵੀ ਇੰਨੀਆਂ ਸੀਟਾਂ ਤੇ ਸਾਡੀ ਐਡਜਸਟਮੈਂਟ ਹੈ, ਇੰਨੀਆਂ ਤੇ ਫਰੈਂਡਲੀ ਮੈਚ। ਹੁਣ ਉਹ ਫਰੈਂਡਲੀ ਮੈਚ ਕਹਿਣਾ ਵੀ ਲੌਸ ਦੀ ਗੱਲ ਹੁੰਦੀ ਹੈ ਇੱਥੇ ਤਾਂ, ਪਰ ਜੇ ਉਹ ਆਲ ਇੰਡੀਆ ਲੈਵਲ ਤੇ ਫਾਇਦਾ ਦਿੰਦਾ ਹੈ ਤਾਂ ਇਹ ਜੋਖਮ ਉਠਾ ਲੈਂਦੀਆਂ ਨੇ ਪਾਰਟੀਆਂ ਵੀ ਜੇ ਤਾਂ ਨੈਸ਼ਨਲ ਇਲੈਕਸ਼ਨ ਚ ਇਹਦੇ ਨਾਲੋਂ ਨੁਕਸਾਨ ਨਾਲੋਂ ਫਾਇਦਾ ਜ਼ਿਆਦਾ ਹੁੰਦਾ ਤਾਂ ਉਹ ਉਠਾਉਣਗੇ ਉਸ ਪੱਧਰ ਤੇ। ਬਾਕੀ ਇੱਕ ਗੱਲ ਆਮ ਆਦਮੀ ਪਾਰਟੀ ਨੂੰ ਵੀ ਹੁਣ ਹੌਲੀ ਹੌਲੀ ਜ਼ਿਆਦਾ ਅਹਿਸਾਸ ਹੁੰਦਾ ਜਾਂਦਾ, ਜਿਵੇਂ ਕੇਜਰੀਵਾਲ ਉਹਨਾਂ ਨੇ ਆਪਣੀ ਅਸੈਂਬਲੀ ਚ ਬੋਲਿਆ ਕਿ ਅਸੀਂ ਇਹ ਜੇ ਆਮ ਆਦਮੀ ਪਾਰਟੀ 2029 ਚ ਮੋਦੀ ਨੂੰ ਲਾ ਦਿੱਤਾ ਜਾਏਗਾ, ਮੋਦੀ ਦਾ ਬਦਲ ਪੇਸ਼ ਕਰ ਦਿੱਤਾ ਜਾਏਗਾ ਪੂਰੀ ਤਰ੍ਹਾਂ ਆਪਦੇ ਧੜੱਲੇ ਦੇ ਨਾਲ ਉਹਨਾਂ ਨੇ ਆਪਣੇ ਵੱਲੋਂ ਕਿਹਾ, ਔਰ ਇਹ ਵੀ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਇੱਕੋ ਲੀਡਰ ਹੈ ਜਿਹੜਾ ਮੋਦੀ ਦੇ ਮੁਕਾਬਲੇ ਖੜਾ ਹੋ ਸਕਦਾ ਦੇਸ਼ ਚ, ਉਹ ਅਰਵਿੰਦ ਕੇਜਰੀਵਾਲ ਹੈ। ਉਹ ਥੋੜਾ ਜਿਹਾ ਹੁਣ ਟੋਨ ਨੀਚੇ ਕਰਨੀ ਪਏਗੀ ਜਦੋਂ ਹੁਣ ਈਡੀ ਆ ਰਹੀ ਹੈ। ਇੱਕ ਗੱਲ ਦਾ ਅਹਿਸਾਸ ਉਹਨਾਂ ਨੂੰ ਹੈ ਅੰਦਰ ਕਿ ਕੇਜਰੀਵਾਲ ਗ੍ਰਿਫਤਾਰ ਕੀਤੇ ਜਾ ਸਕਦੇ ਨੇ, ਉਹ ਅਹਿਸਾਸ ਦਾ ਡਰ ਜੇ ਉਦੋਂ ਪਹਿਲਾਂ ਪਹਿਲਾਂ ਨਿਬੜ ਜੇ ਜਿੰਨਾ ਕੁ ਗੱਠਜੋੜ ਹੋ ਜੇ
ਤਾਂ ਥੋੜਾ ਜਿਹਾ ਉਹਨਾਂ ਨੂੰ ਸੌਖਾ ਲੱਗਦਾ ਕੰਪੈਰੇਟਿਵਲੀ। ਔਰ ਹਰਪਾਲ ਚੀਮਾ ਉਹਨਾਂ ਦੇ ਅੰਦਰੋਂ ਜਿਹੜੀਆਂ ਗੱਲਾਂ ਆ ਰਹੀਆਂ ਨੇ ਉਹ ਇਹੋ ਜਿਹੀਆਂ ਹੀ ਆ ਰਹੀਆਂ ਨੇ ਕਿ ਇਸੇ ਤਰੀਕੇ ਦੇ ਨਾਲ ਸ਼ਾਇਦ ਡਰ ਵੀ ਹੈ, ਤਾਂ ਉਹ ਕਲਿੰਚ ਹੋ ਰਹੀਆਂ ਗੱਲਾਂ ਨੇ ਸ਼ਾਇਦ ਇਹਦੇ ਮਾਮਲੇ ਚ। ਪਰ ਕੱਲਾ ਡਰ ਨਾਲ ਕਲਿੰਚ ਹੋਣ ਲਈ ਆ ਚੀਜ਼ਾਂ ਨਾ ਉਹਨਾਂ ਸਪੋਰਟ ਨਹੀਂ ਕਰਦੀਆਂ ਇੱਕ ਦੂਜੇ ਨੂੰ। ਇਹ ਦੇਖਣਾ ਇਹ ਹੋਏਗਾ ਕਿ ਤੁਸੀਂ ਕਨੈਕਟਿਵ ਨੈਰੇਟਿਵ ਕੀ ਸਿਰਜਦੇ ਹੋ, ਕੀ ਨੈਰੇਟਿਵ ਦੇ ਵਿੱਚ। ਪਹਿਲੀ ਗੱਲ ਇਹ ਦੇਖਣੀ ਹੈ ਕਿ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਕਿਸਾਨੀ ਦਾ ਜੋ ਏਜੰਡਾ ਰਾਹੁਲ ਗਾਂਧੀ ਨੇ ਲਿਆ ਉਹਦੇ ਨਾਲ ਤੁਸੀਂ ਤਿਆਰ ਹੋ? ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ ਆਪੀ ਦੇ ਦਾਂਗੇ ਜੀ MSP, ਤੁਸੀਂ ਆਪੀ ਵਾਲੇ ਤੋਂ ਤਾਂ ਚਲੇ ਗਏ, ਹੁਣ ਤਾਂ ਉਹ ਤਾਂ ਗੱਲ ਨਹੀਂ ਬੱਚੀ ਕਿਸੇ ਲੈਵਲ ਦੇ ਉੱਤੇ ਕਿ ਕੋਲੈਕਟਿਵ ਏਜੰਡਾ ਤੁਸੀਂ ਲਾ ਦੀ ਗਰੰਟੀ ਬਾਕੀ ਚੀਜ਼ਾਂ ਨੇ। ਦੂਜੀ ਗੱਲ ਜਿਹੜਾ ਉਹ ਕਾਸਟ ਸੈਂਸਸ ਦਾ ਏਜੰਡਾ ਬੜੇ ਤੇਜ਼ੀ ਨਾਲ ਲਿਆ ਰਿਹਾ ਕਿ ਉਹ ਤੁਸੀਂ ਉਹਦੇ ਤੇ ਤਿਆਰ ਹੋ ਠੀਕ ਤਰੀਕੇ ਨਾਲ ਉਸ ਪੱਧਰ ਦੇ ਉੱਤੇ। ਜਿਹੜਾ ਏਜੰਡਾ ਬਣੂਗਾ ਉਹਦਾ ਨੈਰੇਟਿਵ ਕੀ ਹੋਏਗਾ ਅਸਲ ਦੇ ਵਿੱਚ, ਉਹ ਅਜੇ ਵੀ ਖੜੀ ਹੋਈ ਗੱਲ ਹੈ ਇਹਦੇ ਚ, ਇੰਡੀਆ ਲਾਈਨ ਚ ਕਲੈਰਿਟੀ ਨਹੀਂ ਹੈ ਪੂਰੇ ਦੇ ਵਿੱਚ, ਇਹ ਦੇਖਣਾ ਹੋਊਗਾ ਆਉਣ ਵਾਲੇ ਦਿਨਾਂ ਵਿੱਚ। ਜਿਹੜੀ ਪਾਰਟੀ ਸਦਾਮੀਰ ਸਿੰਘ ਜੀ, ਜਿਹੜੀ ਪਾਰਟੀ ਬਿਨਾਂ ਏਜੰਡੇ ਤੋਂ ਦੋ ਸਟੇਟਾਂ ਚ ਸਰਕਾਰ ਬਣਾ ਗਈ, ਤੁਹਾਨੂੰ ਲੱਗਦਾ ਵੀ ਹੁਣ ਇੰਨੀ ਕੁ ਵਿੱਥ ਤੇ ਆ ਕੇ ਇੰਨੀ ਗਾਂਹ ਲੰਘ ਕੇ ਇਹ ਏਜੰਡਾ ਬਣਾਉਣ ਵੱਲ ਤੁਰਨਗੇ? ਇਹਨਾਂ ਨੂੰ ਤਾਂ ਕੋਈ ਏਜੰਡਾ ਹੱਥ ਚ ਲਿਆ ਕੇ ਫੜਾ ਦੇ ਨਾ ਜੀ, ਇਹਨਾਂ ਨੂੰ ਏਜੰਡਾ ਕੋਈ ਫੜਾ ਦੇਗਾ ਵੀ ਆਹ ਵੇਖੋ ਸਹਿਮਤੀ ਦੇ ਦੋ, ਸ਼ਾਇਦ ਸਹੀ ਪਾ ਦੇਣ, ਜਿੰਨੇ ਅੱਜ ਕੱਲ੍ਹ ਹਾਲਾਤ ਟੇਢੇ ਮੇਢੇ ਹੋਏ ਆ। ਦਿੱਲੀ ਵਾਲੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਤਾਂ ਲੱਕ ਸਿੱਧਾ ਨਹੀਂ ਹੋ ਰਿਹਾ, ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ, ਲੇਕਿਨ ਮੈਂ ਇੱਕ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਦੋ ਦਿਨ ਪਹਿਲਾਂ ਜਿਹੜੀਆਂ ਏਜੰਸੀਆਂ ED ਵਗੈਰਾ ਦੀਆਂ ਰੇਡਸ ਇਸ ਸਰਕਾਰ ਦੇ ਬਹੁਤ ਨੇੜਲਿਆਂ ਦੇ ਉੱਤੇ ਲਗਾਤਾਰ ਹੋਈਆਂ ਨੇ, ਇਹ ਖਬਰ ਬਾਹਰ ਨਹੀਂ ਆਈ, ਕਿਉਂ ਨਹੀਂ ਆਈ ਮੈਨੂੰ ਨਹੀਂ ਪਤਾ। ਦੋ ਦਿਨ ਪਹਿਲਾਂ ਬਹੁਤ ਸਾਰੇ ਛੋਟੇ ਲੈਵਲ ਦੇ ਲੋਕਾਂ ਤੱਕ ਵੀ ਜਿਹੜੇ ਸੁਪਰੀਮੋ ਜਾਂ ਬਾਕੀ ਦੇ ਨੇੜੇ ਨੇ ਉਹਨਾਂ ਦੇ ਉਹਨਾਂ ਦੀ ਰੇਡਸ ਦੌਰਾਨ ਕਾਫੀ ਜਿਹੜੀ ਆ ਉਹ ਹੋਈ ਆ, ਜਿਹੜੀ ਪੁਣਛਾਣ ਕੀਤੀ ਗਈ ਆ, ਔਰ ਇਹ ਖਬਰ ਨਿਕਲ ਆਊਗੀ ਹੌਲੀ ਹੌਲੀ। ਮੈਨੂੰ ਲੱਗਦਾ ਦੋ ਮੰਤਰੀਆਂ ਦੀ ਪ੍ਰੈਸ ਕਾਨਫਰੰਸ ਵੀ ਉੱਥੋਂ ਹੀ ਸਿਹਤ ਸੀ ਕੱਲ ਕਿ ਇਹ ਗ੍ਰਿਫਤਾਰ ਕਰ ਸਕਦੇ ਆ, ਸਾਨੂੰ ਥ੍ਰੈਟਨ ਕੀਤਾ ਜਾ ਰਿਹਾ ਕਿ ਇੰਡੀਆ ਗੱਠਜੋੜ ਦਾ ਹਿੱਸਾ ਨਾ ਹੋਵੋ। ਸਵਾਲ ਇਸ ਵੇਲੇ ਇਸ ਗੱਲ ਦਾ ਵੀ ਹੈ ਕਿ ਕੀ ਕੇਜਰੀਵਾਲ ਸਾਹਿਬ, ਕਿਉਂਕਿ ਪੰਜਾਬ ਦੇ ਵਿੱਚ ਲੜਾਈ ਤਾਂ ਸਦਾਮੀਰ ਸਿੰਘ ਜੀ ਗਹਿ ਗੱਚ ਹੋਊਗੀ, ਕਾਂਗਰਸ ਨਾਲ ਲੜਾਈ ਦਿਖਾਵੇ ਦੀ ਕੀਤੀ ਨਹੀਂ ਜਾਣੀ ਜੇ ਕਾਂਗਰਸ ਆਪਣੇ ਵੱਡੇ ਉਮੀਦਵਾਰ ਖੜੇ ਕਰ ਦਿੰਦੀ। ਹਾਲਾਂਕਿ ਇੱਕ ਹਲਕੀ ਜੀ ਅਪੁਸ਼ਟ ਖਬਰ ਆ ਰਹੀ ਸੀਗੀ, ਕੁਝ ਮੈਂਬਰ ਪਾਰਲੀਮੈਂਟ ਨਾਲ ਗੱਲ ਵੀ ਹੋਈ ਸਿਟਿੰਗ ਨਾਲ, ਕਿ ਉਹਨਾਂ ਨੇ ਜੈਸ ਕਰਤੀ ਹੈ ਕਿ ਜਿਹੜੇ ਸਾਡੇ ਸਿਟਿੰਗ MP ਆ ਉਹ ਆਪਣੀ ਤਿਆਰੀ ਕਰ ਲੈਣ, ਸ਼ਾਇਦ ਉਹਨਾਂ ਚੋਂ ਕਿਸੇ ਦੀ ਟਿਕਟ ਕੱਟੀ ਜਾਵੇ, ਕਿਸੇ ਦੀ ਕੱਟੀ ਜਾਵੇ। ਆਮ ਤੌਰ ਤੇ ਕਿਹਾ ਗਿਆ ਕਿ ਤੁਸੀਂ ਆਪਣੀ ਤਿਆਰੀ ਰੱਖੋ, ਜਦੋਂ ਇਹ ਲੜਾਈ ਹੋਊਗੀ ਤਾਂ ਇਹਨਾਂ ਦੇ ਤੀਰ ਜਿਹੜੇ ਹੋਣਗੇ ਇੱਕ ਦੂਜੇ ਤੇ, ਉਹ ਖੁੰਡੇ ਤੀਰ ਨਹੀਂ ਚਲਾਏ ਜਾਣੇ, ਫਿਰ ਤਾਂ ਦੱਸਣਾ ਪਊਗਾ ਕਿ ਫਲਾਣਾ ਕਰਪਟ ਸੀ, ਫਲਾਣਾ ਚੋਰ ਸੀ, ਫਲਾਣੇ ਨੇ ਆ ਬਣਾ ਲਿਆ ਸਰਕਾਰ ਕੋਲ। ਬਹੁਤ ਸਾਰੇ ਲੋਕਾਂ ਦੇ ਦਸਤਾਵੇਜ਼ੀ ਸਬੂਤ ਹੈਗੇ ਨੇ, ਬਹੁਤ ਸਾਰੇ ਲੋਕਾਂ ਦੇ ਡਾਟਾ ਇਕੱਠੇ ਕੀਤੇ ਹੋਏ ਆ, ਕੈਪਟਨ ਅਮਰਿੰਦਰ ਵੇਲੇ ਵੀ ਹੋਏ ਸੀਗੇ। ਲੇਕਿਨ ਹੁਣ ਇਸ ਸਰਕਾਰ ਕੋਲੋਂ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਰਿਪੋਰਟਾਂ, ਜਿਵੇਂ ਵਿਜੀਲੈਂਸ ਦੇ ਉਹ 40-45 ਅਧਿਕਾਰੀਆਂ ਬਾਰੇ ਦੱਸਿਆ ਗਿਆ ਸੀ ਕਿ ਉਹ ਰਿਪੋਰਟਾਂ ਹੈਗੀਆਂ ਨੇ ਜੀ ਕੋਲ, ਉਹਨਾਂ ਤੇ ਅੱਗੇ ਜਾਂਚ ਹੋਣੀ ਚਾਹੀਦੀ, ਨੱਪੀ ਗਈ, ਜਦੋਂ ਮਰਜ਼ੀ ਸ਼ੁਰੂ ਕਰ ਲੈਣਗੇ। ਸੋ ਮੇਰੀ ਜਿਹੜੀ ਇਸ ਵੇਲੇ ਦੇ ਤੁਹਾਡੇ ਤੋਂ ਸਵਾਲ ਦੀ ਸਥਿਤੀ ਉਹ ਹੈ ਕਿ ਇੱਕ ਬੰਨੇ ਸ਼ਮਸ਼ੇਰ ਸਿੰਘ ਦੂਲੋ ਵਰਗੇ ਵਿਅਕਤੀ ਜਿਹੜੇ ਗੁਰੂ ਰਵਿਦਾਸ ਸਾਹਿਬ ਦੇ ਉਹਨਾਂ ਸਮਾਗਮਾਂ ਦੇ ਵਿੱਚ ਪਹੁੰਚੇ ਹੋਏ ਸੀ ਵਾਰਾਣਸੀ, ਪਰ ਮੰਨਿਆ ਜਾ ਰਿਹਾ ਕਿ ਮੀਟਿੰਗ ਹੋ ਗਈ ਪ੍ਰਧਾਨ ਮੰਤਰੀ ਸਾਹਿਬ ਨਾਲ। ਦੂਲੋ ਸਾਹਿਬ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਗੈਰ ਪ੍ਰਸੰਗਿਕ ਜੇ ਰਹਿੰਦੇ ਆ, ਥੋੜੇ ਜਿਹਾ ਉੱਭਰ ਆਏ, ਥੋੜੇ ਜਿਹਾ ਥੱਲੇ ਚਲੇ ਗਏ, ਕਦੇ ਉਭਾਰਨ ਲਈ ਸਿੱਧੂ ਨੂੰ ਲੈਣ ਦਾ ਅੱਗੇ, ਸਿੱਧੂ ਦੇ ਘਰ ਚਲੇ ਗਏ, ਸਿੱਧੂ ਨਾਲ ਦੂਰੀ ਬਣਾ ਲਈ। ਸੋ ਇਹ ਦੂਲੋ ਸਾਹਿਬ ਜੇਕਰ ਇਸ ਅਸੀਂ ਖਬਰ ਨੂੰ ਜੇ ਇੱਦਾਂ ਹੀ ਲਈਏ ਕਿ ਕੀ ਉਹ ਸ਼ਾਮਿਲ ਹੋ ਜਾਣਗੇ,
ਪੰਜਾਬ ਦਾ ਦ੍ਰਿਸ਼ ਵੱਡਾ ਹੋਣ ਵਾਲਾ ਜੇ ਦੂਲੋ ਸਾਹਿਬ, ਕਿਉਂਕਿ ਉਹਨਾਂ ਡੇਰਿਆਂ ਨਾਲ ਸਾਂਝ ਦੀ ਗੱਲ ਹੋ ਰਹੀ ਆ ਜਿਹੜੇ ਦੁਆਬੇ ਚ ਨੇ, ਔਰ ਉਧਰ ਚੰਨੀ ਸਾਹਿਬ ਵੀ ਡੇਰਾ ਬਿਆਸ ਦੇ ਮੁਖੀ ਨੂੰ ਮਿਲੇ ਨੇ 2 ਦਿਨ ਪਹਿਲਾਂ, ਜੇ ਚੰਨੀ ਸਾਹਿਬ ਨੂੰ ਜਲੰਧਰ ਤੋਂ ਉਤਾਰਤਾ ਜਾਂਦਾ, ਮੇਰੀ ਵੈਸੇ ਨਿੱਜੀ ਜਿਹੜੀ ਮੈਨੂੰ ਲੱਗਦਾ ਹੈ ਕਿ ਚੰਨੀ ਗੁਰ ਜਿਹੜੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਆ, ਉਹ ਇਲੈਕਸ਼ਨ ਲੜਨ ਚ ਰੁਚੀ ਨਹੀਂ ਰੱਖਦੇ, ਕਿਉਂਕਿ ਉਹਨਾਂ ਦਾ ਇਹ ਮੰਨਣਾ, ਉਹਨਾਂ ਦੇ ਨੇੜਿਆਂ ਦਾ ਮੰਨਣਾ ਕਿ ਜਦੋਂ ਇੱਕ ਵਾਰੀ ਬੰਦਾ ਉੱਪਰ ਚਲੇ ਜਾਂਦਾ ਫਿਰ ਉਹਦੇ ਥੱਲੇ ਰਾਹ ਖਤਮ ਹੋ ਜਾਂਦੇ ਆ। ਵਿਧਾਨ ਸਭਾ ਤੋਂ ਉੱਪਰ ਗਿਆ ਬੰਦਾ ਜਿਹੜਾ ਨਾ ਜੀ ਪੰਜਾਬ, ਉਹ ਦੁਬਾਰਾ ਮੁੱਖ ਮੰਤਰੀ ਬਣਨ ਦੀ ਇੱਛਾ ਪਾਲਦੇ ਜੇ ਵੀ। ਸੋ ਸਦਾ ਹਮੀਰ ਸਿੰਘ ਜੀ, ਟੋਟਲ ਪਰਿਸਥਿਤੀਆਂ ਦੇ ਵਿੱਚ ਚੀਜ਼ਾਂ ਟੇਢੀਆਂ ਮੇਢੀਆਂ ਹੋ ਗਈਆਂ, ਕਿਵੇਂ ਲੈਂਦੇ ਹੋ? ਬਿਲਕੁਲ, ਇਹ ਮਾਹੌਲ ਤਾਂ ਹੈ ਜਿਹੜੀ ਦੂਲੋਂ ਉਹਨਾਂ ਦੀ ਹੈ। ਵੈਸੇ ਦੂਲੋਂ ਤੇ ਹੋਰ ਕਈ ਜਿਹੜੇ ਸੀਨੀਅਰ ਕਾਂਗਰਸ ਆਗੂ ਨੇ ਜਿਹੜੇ ਪਹਿਲਾਂ ਪ੍ਰਧਾਨ ਵੀ ਰਹੇ, ਮੰਤਰੀ ਰਹੇ, ਉਹ ਅੱਜ ਕੱਲ੍ਹ ਨਿਗਲੈਕਟਡ ਫੀਲ ਤਾਂ ਕਰ ਹੀ ਰਹੇ ਨੇ, ਔਰ ਇਸੇ ਕਰਕੇ ਨਵਜੋਤ ਸਿੱਧੂ ਦੇ ਇਰਦ ਗਿਰਦ ਵੀ ਜਾਂਦੇ ਨੇ, ਗੱਲਬਾਤ ਕਰਦੇ ਨੇ ਨਵਜੋਤ ਦੇ ਨਾਲ, ਚਾਹੇ ਲਾਲ ਸਿੰਘ ਦਾ ਬੇਟਾ ਉਹਨਾਂ ਨਾਲ ਜਾਂਦਾ, ਚਾਹੇ ਦੂਲੋਂ ਜਾਂਦੇ ਨੇ, ਚਾਹੇ ਵੱਖ ਵੱਖ ਮਾਮਲਿਆਂ ਦੇ ਵਿੱਚ ਤਾਂ ਹੈਗਾ ਹੀ। ਪਰ ਇੱਕ ਗੱਲ ਉਹਦੇ ਨਾਲ ਦੀ ਨਾਲ ਇੱਕ ਹੋਰ ਵੀ ਹੈ, ਦੂਲੋਂ ਨੀ ਆਪਣੇ ਆਪ ਨੂੰ ਜਿੰਨੀ ਵਾਰ ਵੀ ਮੀਟਿੰਗਾਂ ਇਹਨਾਂ ਦੀਆਂ ਹੁੰਦੀਆਂ ਸੀ, ਅੰਦਰ ਵੀ ਉਹ ਬੇਬਾਕੀ ਨਾਲ ਬੋਲਦੇ ਨੇ ਮੀਟਿੰਗਾਂ ਦੇ ਵਿੱਚ, ਕਈ ਵਾਰ ਬਾਹਰ ਵੀ ਬੋਲ ਦਿੰਦੇ ਨੇ ਕਦੇ ਕਦੇ, ਹੁਣ ਏਜ ਹੋ ਗਈ ਹੈ ਤੇ, ਪਰ ਉਹ ਆਪਦੇ ਆਪ ਨੂੰ ਟਕਸਾਲੀ ਕਾਂਗਰਸੀ ਮੰਨਦੇ ਨੇ ਕਿ ਅਸੀਂ ਤਾਂ ਕਾਂਗਰਸੀ ਹਾਂ ਵਿਚਾਰਧਾਰਾ ਦੇ ਨਾਲ, ਅਸੀਂ ਵੈਸੇ ਨਹੀਂ ਹਾਂ। ਤੇ ਜਿਹੜੇ ਓਪਨਲੀ ਬੀਜੇਪੀ ਦੀ ਹਿੰਦੂਤਵ ਦਾ ਮਿੱਤਰ, ਉਹ ਉਸ ਲੋਟ ਚੋਂ ਨਹੀਂ ਆਏ ਪੋਲੀਟਿਕਸ ਦੇ ਵਿੱਚ, ਜਿਹੜੇ ਤੁਰੰਤ ਜਦੋਂ ਪਾਵਰ ਪੋਲੀਟਿਕਸ ਹੀ ਆਈ ਆ ਵੀ ਜਾਂ ਤਾਂ ਬਣਾਉਂਦੇ ਹੋ ਤਾਂ ਦਿਓ ਨਹੀਂ ਤਾਂ ਮੈਂ ਚੱਲੇ ਹਾਂ, ਉਹ ਥੋੜਾ ਜਿਹਾ ਉਸ ਜਨਰੇਸ਼ਨ ਚੋਂ ਆਏ ਹੋਏ ਲੱਗਦੇ ਨੇ, ਜਦੋਂ ਲੋਕ ਇਹ ਸੋਚਦੇ ਸੀ ਵੀ ਸਾਡੀ ਸੈਕੂਲਰ ਵਿਚਾਰਧਾਰਾ ਤੁਹਾਡੀ ਦੂਜੀ ਫਲਾਣੇ ਦੀ ਫਲਾਣੀ ਇਹਦੇ ਚੋਂ। ਹੁਣ ਜੇਕਰ ਉਹਨਾਂ ਦਾ ਟਿਲਟ ਹੈ ਤਾਂ ਇਟ ਮੀਨ ਜੇ ਗੱਲ ਹੋਊਗੀ ਕਿ ਫਲਾਣੀ ਜਿਹੜੀ ਸਾਰੀ ਪੀੜ੍ਹੀਆਂ ਨੇ, ਜਿਹੜੀ ਪੀੜ੍ਹੀ ਚੋਂ ਮਰਜ਼ੀ ਬੰਦਾ ਆਇਆ, ਉਹਨਾਂ ਲਈ ਆਈਡਿਆਲੋਜੀ ਦਾ, ਉਹਨਾਂ ਲਈ ਵਿਚਾਰ ਦਾ ਕੋਈ ਮਾਨਾ ਰਹਿ ਨਹੀਂ ਗਿਆ, ਕੇਵਲ ਉਸੇ ਲੈਵਲ ਤੇ। ਪਹਿਲਾਂ ਵੀ ਜਦੋਂ ਦੋਨੋਂ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਕਲੇਮ ਕੀਤਾ ਸੀਗਾ ਵੱਖ ਵੱਖ ਮਾਮਲਿਆਂ ਦੇ ਵਿੱਚ, ਤਾਂ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ ਗਿਆ ਸੀ, ਮਤਲਬ ਰਾਜ ਸਭਾ ਦੇ ਵਿੱਚ ਨੋਮੀਨੇਟ ਕਰ ਦਿੱਤਾ ਗਿਆ ਸੀ। ਹਾਲਾਂਕਿ ਇੱਕ ਹਰ ਬੰਦੇ ਦਾ ਇੱਕ ਪੀਰੀਅਡ ਹੁੰਦਾ ਹੈ, ਪੋਲੀਟੀਕਲ ਵੀ ਪੀਕ ਵੀ ਹੁੰਦੀ ਹੈ ਤੇ ਦੋਹੇ ਢਾ ਵੀ। ਬੇਅੰਤ ਸਿੰਘ ਮਿਨਿਸਟਰ, ਬੇਅੰਤ ਸਿੰਘ ਦੀ ਮਿਨਿਸਟਰੀ ਚ ਇਹ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਹੁੰਦੇ ਸੀ, ਉਦੋਂ ਬਾਅਦ ਵੀ ਲਗਾਤਾਰ ਜਦੋਂ ਵੀ ਕਿਤੇ ਮੌਕਾ ਮਿਲਿਆ ਤਾਂ ਮੰਤਰੀ ਰਹੇ ਉਸ ਲੈਵਲ ਦੇ ਉੱਤੇ। ਤੇ ਉਹ ਮਿਲਣੀ ਕੀ ਇੱਕ ਧਾਰਮਿਕ ਫੰਕਸ਼ਨ ਦੇ ਵਿੱਚ ਸੀ, ਉਹ ਫੋਟੋ ਮਤਲਬ ਉਹਦਾ ਮਤਲਬ ਵੀ ਐਡਾ ਪੋਲੀਟੀਕਲ ਹੋ ਜਾਏਗਾ ਕਿ ਦੂਲੋ ਸਾਹਿਬ ਕਿਤੇ ਕੈਂਡੀਡੇਟ ਹੋ ਜਾਣਗੇ ਉਹਨਾਂ ਮਾਮਲਿਆਂ ਦੇ ਵਿੱਚ, ਤਾਂ ਜ਼ਰੂਰ ਇੱਕ ਚਰਚਾ ਜ਼ਰੂਰ ਚੱਲੂਗੀ ਇਹਦੇ ਨਾਲ, ਇੱਕ ਕਾਂਗਰਸ ਨੂੰ ਇਹ ਲੌਸ ਜ਼ਰੂਰ ਹੋਏਗਾ ਕਿ ਤੁਹਾਡੇ ਟਕਸਾਲੀ ਬੰਦਿਆਂ ਦਾ ਪ੍ਰਭਾਵ ਘੱਟ ਗਿਆ ਜਾਂ ਨਹੀਂ ਘੱਟ ਗਿਆ ਉਹ ਅਲੱਗ ਗੱਲ ਹੈ, ਪਰ ਜਿਹੜੀ ਗ੍ਰਿਪ ਸੀ ਤੁਹਾਡੀ ਪਾਰਟੀ ਦੀ, ਇੱਕ ਵੀ ਉਹ ਵਿਚਾਰਕ ਬੰਦੇ ਜਿਹੜੇ ਜਿੰਨੇ ਵੀ ਤੁਹਾਡੇ ਨਾਲ ਸੀ ਹੁਣ ਉਹ ਵੀ ਕਰ ਰਹੇ ਨੇ, ਇਹ ਨੁਕਸਾਨ ਜ਼ਰੂਰ ਦਿਖਾਈ ਦੇਊਗਾ ਉਸ ਸਾਰੇ ਮਾਮਲੇ ਚ। ਦੂਜਾ, ਦੂਲੋ ਹਮੇਸ਼ਾ ਹੀ ਇਹ ਗੱਲ ਓਪਨਲੀ ਕਹਿੰਦੇ ਰਹੇ, ਜਦੋਂ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀਗੇ ਦੂਲੋ ਪ੍ਰਧਾਨ ਸੀ, ਇਹਨਾਂ ਦਾ ਟੈਨਿਓਰ ਇਕੱਠਾ ਵੀ ਰਿਹਾ ਇੱਕ ਸਮੇਂ, ਤੇ ਉਦੋਂ ਵੀ ਉਦੋਂ ਓਪਨਲੀ ਪ੍ਰੈਸ ਕਾਨਫਰੰਸਾਂ ਚ ਕਹਿੰਦੇ ਸੀ ਵੀ ਰਜਵਾੜਾ ਸਾਹੀ ਜਿਹੜੀ ਹੈ ਉਹ ਭਾਰੂ ਹੋ ਗਈ ਹੈ। ਮੇਰੇ ਯਾਦ ਹੈ ਇੱਥੇ ਡਾਕਟਰ ਮਨਮੋਹਨ ਸਿੰਘ ਆਏ ਹੋਏ ਸੀ, ਬੀ ਕੇ ਪ੍ਰਾਈਮ ਮਿਨਿਸਟਰ ਸਾਂਝੀ ਸਟੇਜ ਲੱਗੀ, ਚੀਫ ਮਿਨਿਸਟਰ ਵੀ ਬੈਠਾ, ਦੂਲੋ ਪਏ ਜੇ ਪ੍ਰਧਾਨ, ਤੇ ਪੂਰਾ ਜੱਜ ਕੇ ਬੋਲੇ ਆਪਣੇ ਚੀਫ ਮਿਨਿਸਟਰ ਦੇ ਖਿਲਾਫ, ਆਪਣੇ ਉਹਨਾਂ ਦੇ ਖਿਲਾਫ ਵੀ ਆ ਸਾਰੇ ਹੁਣ ਉਹ ਆ ਗਏ ਨੇ ਬੰਦੇ ਜਿਹਨਾਂ ਨੇ ਲੁੱਟਿਆ ਕੁੱਟਿਆ, ਤੇ ਕਿੱਥੇ ਰਹਿ ਗਿਆ ਗਰੀਬ ਆਦਮੀ, ਕਿੱਥੇ ਦਲਿਤ ਰਹਿ ਗਿਆ, ਕਿੱਥੇ ਬਾਕੀ ਰਹਿ ਗਿਆ, ਮਤਲਬ ਇਹ ਬੇਬਾਕੀ ਹੈਗੀ ਹੈ ਉਹਨਾਂ ਚ ਉਸ ਸਾਰੇ ਮਾਮਲੇ ਦੇ ਵਿੱਚ। ਪਰ ਇਹਦੇ ਬਾਵਜੂਦ ਇਹ ਨੀ ਸਮਝ ਆਈ ਕਿ ਉਹ ਪੰਜਾਬ ਚ ਦਲਿਤਾਂ ਦਾ ਵੱਡਾ ਚਿਹਰਾ ਕਿਉਂ ਨੀ ਬਣ ਸਕੇ, ਪੰਜਾਬ ਲੈਵਲ ਤੇ ਪਹਿਲ ਪੰਜਾਬ ਲੀਡਰਸ਼ਿਪ ਕਿਉਂ ਨੀ ਆਈ, ਇਹ ਇੱਕ ਆਪਦੇ ਆਪ ਚ ਵੀ ਮਤਲਬ ਦੁਬੰਧ ਹੈਗੀਆਂ ਨੇ ਇਹ ਚੀਜ਼ਾਂ ਦੇ ਵਿੱਚ, ਰੀਜਨ ਕੀ ਹੈ ਉਹ ਅਲੱਗ। ਬਾਕੀ ਬੀਜੇਪੀ ਵੀ ਐਡੀ ਮਤਲਬ ਹਲਕੀ ਨਹੀਂ, ਉਹ ਦੇਖ ਕੇ ਟਰਮ ਚ ਕਰੂਗੀ ਕਿ ਜੇ
ਜੇ ਉਹਨੂੰ ਲੱਗੂਗਾ ਉਹਦਾ ਫਾਇਦਾ ਹੁੰਦਾ ਨੁਕਸਾਨ ਹੁੰਦਾ, ਉਦੋਂ ਬਾਅਦ ਹੀ ਟਿਕਟਾਂ ਟੁਕਟਾਂ ਤੱਕ ਪਹੁੰਚਦੀ ਹੈ, ਨਹੀਂ ਤਾਂ ਉਹ ਤਾਂ ਪੰਨਾ ਪ੍ਰਮੁੱਖ ਤੱਕ ਜਾਂਦੀ ਹੈ ਨਾ, ਵੀ ਕਿਹਦਾ ਕੀ ਹੈ, ਜਿੱਤੋ ਨਹੀਂ ਜਿੱਤੋ, ਕੀ ਕਰਨਾ ਕੀ ਨਹੀਂ, ਹਜੇ ਇੰਨਾ ਜ਼ਿਆਦਾ ਵੀ ਅੰਦਾਜ਼ਾ ਮੇਰੇ ਖਿਆਲ ਨਹੀਂ ਲੱਗ ਲਾਇਆ ਜਾਣਾ ਚਾਹੀਦਾ ਕਿ ਸ਼ਾਇਦ ਉੱਥੇ ਤੱਕ ਹੀ ਬਾਕੀ ਗੱਲ। ਇਹ ਖਬਰ ਹੋਰ ਕੁਝ ਨਾ ਕਰੇ, ਕਰੇ ਨਾ ਕਰੇ, ਮੈਨੂੰ ਲੱਗਦਾ ਕਿਤੇ ਅਮਰ ਸਿੰਘ ਹੋਰਾਂ ਦੀ ਫਤਿਹਗੜ੍ਹ ਸਾਹਿਬ ਤੋਂ ਟਿਕਟ ਨਾ ਕਟਾ ਦੇਣ ਦੋਲੋ ਸਾਹਿਬ, ਵੀ ਜਿਹੜੇ ਵੱਡੇ ਘਾਗ ਨੇ ਉਤਾਰੋ, ਵੱਡੇ ਘਾਗਾਂ ਚ ਫਿਰ ਇਹਨਾਂ ਨੂੰ ਕਹਿਣਗੇ ਤੁਸੀਂ ਚਲੋ ਜਾਓ ਜੀ ਫਤਿਹਗੜ੍ਹ ਸਾਹਿਬ, ਤੁਸੀਂ ਜਾਇਓ ਨਾ ਜੀ। ਅੱਜ ਕੱਲ੍ਹ ਕਾਂਗਰਸ ਆਪਣੇ ਬੰਦਿਆਂ ਨੂੰ ਬਚਾਉਣ ਚ ਵੀ ਲੱਗੀ ਹੋਈ ਆ। ਸੋ ਮੈਨੂੰ ਲੱਗਦਾ ਵੀ ਜੇ ਤਾਂ ਖਬਰ ਪਲਾਂਟਡ ਹੈ, ਜੇ ਤਾਂ ਖਬਰ ਜੇ ਤਾਂ ਇਹ ਖਬਰ ਅਦਰਵਾਈਜ਼ ਜੇ ਮੀਟਿੰਗ ਹੋਈ ਵੀ ਆ ਸਾਰੀ ਗੱਲ, ਤਾਂ ਇਹ ਕੁੱਲ ਮਿਲਾ ਕੇ ਦੋਲੋ ਨੂੰ ਤਾਂ ਲਾਈਮ ਲਾਈਟ ਚ ਲਿਆਈ ਆ। ਹਾਲਾਂਕਿ ਉਹ ਉਦਾਂ ਔਖਾ ਹੁੰਦਾ ਇਸ ਉਮਰ ਦੇ ਵਿੱਚ ਇੱਕ ਇਰਰੈਲੀਵੈਂਟ ਹੋ ਰਹੇ ਬੰਦੇ ਨੂੰ ਮੁੜ ਕੇ ਮੇਨ ਸਟੇਜ ਦੇ ਵਿੱਚ ਸੁਰਖੀਆਂ ਦੇ ਵਿੱਚ ਦੇਖਣਾ, ਨੈਸ਼ਨਲ ਲੈਵਲ ਤੇ ਖਬਰ ਬਣ ਜਾਏ। ਮੈਂ ਕਿਉਂਕਿ ਇਹ ਕਾਫੀ ਅਹਿਮ ਸਵਾਲ ਆ ਕਿ ਚੰਨੀ ਔਰ ਦੁੱਲੋ ਜੇ ਇੱਕ ਦੂਜੇ ਦੇ ਖਿਲਾਫ ਜਲੰਧਰੋਂ ਖੜੇ ਹੁੰਦੇ ਆ, ਰੌਚਕ ਬੜੀ ਬਣ ਜਾਂਦੀ ਹੈ ਸਥਿਤੀ। ਪਰ ਦੁੱਲੋ ਸਾਹਿਬ ਦਾ ਜਲੰਧਰ 'ਚ ਆਧਾਰ ਕੀ ਹੈ ਤੇ ਉਹਨਾਂ ਦਾ ਪਿਛਲਾ ਆਪਣਾ ਟਰੈਕ ਰਿਕਾਰਡ ਕੀ ਹੈ? ਇਹ ਤੁਹਾਡੀ ਗੱਲ ਠੀਕ ਹੈ ਕਿ ਬੀਜੇਪੀ ਬੜੀ ਕੈਲਕੂਲੇਸ਼ਨ ਨਾਲ ਹੀ ਅੱਗੇ ਵੱਧਦੀ ਹੈ। ਮੈਂ ਲਾਸਟ ਵਿੱਚ ਦੋ ਬੜੀਆਂ ਅਹਿਮ ਚੀਜ਼ਾਂ ਸੀ ਜਿਨ੍ਹਾਂ ਦੇ ਉੱਤੇ ਜਾਣਾ ਚਾਹੁੰਦਾ, ਅਸੀਂ ਬਹੁਤ ਅੱਗੇ ਲੰਘ ਆਏ ਹਾਂ, 50ਵੇਂ ਮਿੰਟ 'ਚ ਅਸੀਂ ਦਾਖਲ ਹੋ ਗਏ ਹਾਂ। ਕੱਲ੍ਹ ਵੈਸੇ ਤਾਂ ਇਹ 2 ਦਿਨ ਪਹਿਲਾਂ ਤੋਂ ਅੰਮ੍ਰਿਤਪਾਲ ਦੇ ਪੇਰੈਂਟਸ ਔਰ ਉਹ ਸਾਰੇ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ NSA ਅਧੀਨ, ਉਹਨਾਂ ਦੇ ਮਾਪੇ ਬੈਠੇ ਹੋਏ ਸੀ ਵਿਰਾਸਤੀ ਮਾਰਗ ਤੇ ਔਰ ਉਹਨਾਂ ਨੇ ਉੱਥੇ ਭੁੱਖ ਹੜਤਾਲ ਕੀਤੀ ਹੋਈ ਆ, ਇਹ ਮੰਨਿਆ ਜਾ ਰਿਹਾ ਜੋ ਖਬਰਾਂ ਆ ਰਹੀਆਂ ਨੇ। ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਮਿਲਦੇ ਆ ਔਰ ਇਸ ਤੋਂ ਬਾਅਦ ਇੱਕ ਗੱਲ ਤੁਰਨੀ ਸ਼ੁਰੂ ਹੋ ਗਈ ਕਿ ਇਹਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਕੋਈ ਗੱਲ ਕਰ ਸਕਦੇ ਨੇ। ਉੱਧਰ ਬੰਦੀ ਸਿੱਖਾਂ ਦਾ ਮੁੱਦਾ ਪੁਰਾਣਾ ਖੜਾ, ਬੰਦੀ ਸਿੱਖਾਂ ਦਾ ਮੁੱਦਾ ਵੀ ਉੱਥੇ ਉਸ ਸਟੇਜ ਤੇ ਆ ਰਿਹਾ। ਸਿਮਰਨਜੀਤ ਸਿੰਘ ਮਾਨ ਵੀ ਗਏ ਸੀਗੇ। ਪੰਜਾਬ ਦੀ ਜਿਹੜੀ ਇਹ ਧਰਾਤਲ ਹੈ ਇਹਦੇ 'ਚ ਇਹ ਸਿੱਖ ਬਹੁਲ ਏਰੀਏ, ਇਹ ਸਿੱਖ ਬਹੁਲ ਜਿਹੜੀ ਗਿਣਤੀ ਹੈ ਉਹਦੇ ਨਾਲ ਸੰਬੰਧਿਤ ਮਾਮਲੇ ਜੇ ਐਡਰੈਸ ਹੋਣਗੇ ਅੱਗੇ ਇਲੈਕਸ਼ਨ ਆ, ਅਕਾਲੀ ਦਲ ਲਈ ਸੰਕਟ ਗਹਿਰਾਉਂਦਾ ਹੈ। ਕੁੱਲ ਮਿਲਾ ਕੇ ਗੱਲ ਸਾਰੀ ਇੱਥੇ ਹੀ ਆ ਜਾਂਦੀ ਹੈ ਕਿ ਸਿੱਖ ਲੀਡਰਸ਼ਿਪ ਨਦਾਰਦ ਜੀ ਲੱਗਦੀ ਹੈ। ਸੋ ਇਹ ਇੱਕ ਚੀਜ਼ ਹਲਕੀ ਜਿਹੀ ਜੇ ਤੁਸੀਂ ਇਹਦੇ ਤੇ ਛੋਟੇ ਜਿਹੇ ਗੱਲ ਕਰ ਸਕੋ। ਮੈਨੂੰ ਲੱਗਦਾ ਅਕਾਲ ਤਖ਼ਤ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਤੋਂ ਪਰੇ ਨਹੀਂ ਹੈ ਤੇ ਇਹਦੇ ਵਿੱਚ ਕਰਨ ਕਰਾਉਣ ਲਈ ਬਹੁਤਾ ਕੁਝ ਨਹੀਂ ਹੈ ਕਿ ਸਰਕਾਰ ਜੇ ਬਾਕੀ ਗੱਲਾਂ ਨਹੀਂ ਮੰਨ ਰਹੀ ਤੇ ਇੱਥੇ ਜੇ ਮੁਦਾਖਲਤ ਹੁੰਦੀ ਵੀ ਤੇ ਉਹ ਮੰਨ ਜਾਊ ਕਿ ਨਹੀਂ, ਇਹ ਅਜੇ ਸ਼ੱਕ ਦੇ ਦਾਇਰੇ 'ਚ। ਨਹੀਂ ਬਿਲਕੁਲ, ਇਦੋਂ ਪਹਿਲਾਂ ਤੁਸੀਂ ਦੇਖੋ ਅਕਾਲ ਤਖ਼ਤ ਦੇ ਜਥੇਦਾਰ ਜਦੋਂ ਈਵਨ ਇਹ ਉਹਨਾਂ ਨੂੰ NSA ਲਾ ਕੇ ਭੇਜਿਆ ਗਿਆ, ਗਿਆਨੀ ਹਰਪ੍ਰੀਤ ਸਿੰਘ ਕੋਲ ਚਾਰਜ ਸੀਗਾ, ਉਦੋਂ ਵੀ ਉਹਨਾਂ ਨੇ ਵਿਰੋਧ ਕੀਤਾ ਸੀਗਾ NSA ਲਾਉਣਾ ਗਲਤ ਹੈ, ਤੇ ਹੁਣ ਵੀ ਉਹ ਤਾਂ ਕੋਈ ਗੱਲ ਨਹੀਂ ਹੈ। ਦੂਜੀ ਗੱਲ ਇਹ ਹੈ ਕਿ NSA ਇੱਕ ਐਸਾ ਨਾਂ ਹੈ ਜਿਹੜਾ ਬਸਤੀਵਾਦੀ ਮਾਨਸਿਕਤਾ ਦੇ ਆਧਾਰ ਤੇ ਚੱਲਦਾ, ਪੁਰਾਣੇ ਤਰੀਕੇ ਦਾ ਚੱਲਦਾ, ਈਵਨ ਪਾਕਿਸਤਾਨ 'ਚ ਐਬੋਰਸ ਹੋ ਗਿਆ। ਇੱਕ ਕੋਲੈਕਟਿਵ ਅਸੀਂ ਕਿਉਂ ਨਹੀਂ ਇਹਦੇ ਤੇ ਡਿਮਾਂਡ, ਓਵਰਆਲ ਹਿਊਮਨ ਰਾਈਟਸ ਜਿਹੜੇ ਬਾਕੀ ਸਾਰੇ ਰਲ ਕੇ ਕਰਦੇ ਦੇਸ਼ ਦੇ ਵਿੱਚ, ਕਿ NSA ਦਾ ਕੀ ਮਤਲਬ ਹੈ ਆਜ਼ਾਦ ਭਾਰਤ ਦੇ ਵਿੱਚ NSA ਦਾ, ਕਿ 1 ਸਾਲ ਤੱਕ ਕੋਈ ਦੇਖਣਾ ਹੀ ਨਹੀਂ ਬੰਦਾ, ਬਸ ਨਾ ਦਲੀਲ ਨਾ ਵਕੀਲ ਨਾ ਅਪੀਲ, ਇੱਕ ਬੋਰਡ ਬਣੇਗਾ ਉਹ ਦੇਖੇਗਾ, ਫਿਰ ਉਦੋਂ ਬਾਅਦ ਜਾ ਕੇ ਉਹ ਵੀ ਕੀ ਕਹਿੰਦਾ, ਬੋਰਡ ਵੀ ਜਿਵੇਂ ਬਣਦੇ ਨੇ ਆਪਾਂ ਨੂੰ ਪਤਾ ਹੀ ਹੈ, ਉਹ ਸਾਰਾ ਕੁਝ ਹੀ ਹੈ। ਇਸ ਕਰਕੇ ਇੱਕ ਤਾਂ ਪ੍ਰਿੰਸੀਪਲੀ NSA ਨੂੰ ਅਬੋਲਿਸ਼ ਕਰਨ ਦਾ ਤੇ NSA ਨੂੰ ਹਟਾਏ ਦਾ ਟੋਟਲ ਇਹ ਗੱਲ ਹੋਣੀ ਚਾਹੀਦੀ ਹੈ ਉਸ ਪੱਧਰ ਦੇ ਉੱਤੇ। ਦੂਸਰੀ ਗੱਲ ਇਹ ਹੈ ਕਿ ਇਹਨਾਂ ਦੇ ਮਾਮਲੇ 'ਚ ਐਡਾ ਕੋਈ ਇਹੋ ਜਿਹਾ ਕ੍ਰਾਈਮ ਨਜ਼ਰ ਹੀ ਨਹੀਂ ਆਇਆ ਕਿ NSA ਨੂੰ ਇਹੋ ਜਿਹੀ ਕੋਈ ਘਟਨਾ, ਪੁਰਾਣੇ ਕੋਈ ਕੇਸਾਂ ਦਾ ਪਿਓਰਾ ਇਸ ਲੈਵਲ ਦਾ, ਬਾਕੀ ਦੀਆਂ ਚੀਜ਼ਾਂ ਕੁਝ ਵੀ ਨਹੀਂ ਸੀ, NSA ਲਾਉਣ ਦਾ ਕੋਈ ਮਤਲਬ ਨਹੀਂ ਸੀਗਾ। ਪਰ ਹੁਣ ਸਵਾਲ ਸਭ ਤੋਂ ਬੜਾ ਇਹ ਹੈ ਕਿ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਔਰ ਉਹ ਕਹਿੰਦੇ ਨੇ ਜਥੇਦਾਰ ਸਾਹਿਬ ਨਾਲ ਵੀ ਗੱਲ ਕਰਾਂਗੇ, ਉਹ ਵੀ ਕਹਿ ਦਿੰਦੇ ਨੇ
ਤਾਂ ਉਹ ਕਹਿਣਗੇ ਕਿ ਇਹਨੂੰ ਹਟਾਉਣਾ ਕਿਹਨੇ, ਹਟਾਉਣਾ ਗੌਰਮੈਂਟ ਆਫ ਇੰਡੀਆ ਨੇ ਨਾ। ਜਥੇਦਾਰ ਸਾਹਿਬ ਨੇ ਤਾਂ ਕਮੇਟੀ ਵੀ ਬਣਾ ਤੀ 5 ਮੈਂਬਰੀ, ਰਾਜੋਆਣਾ ਦੇ ਮਾਮਲੇ ਦੇ ਵਿੱਚ ਵੀ ਬਣਾਈ ਔਰ ਬੰਦੀ ਸਿੰਘਾਂ ਦੇ ਮਾਮਲੇ ਚ ਬਣਾਈ ਕਿ ਉਹ ਗੱਲ ਕਰਕੇ ਇਹਨਾਂ ਨੂੰ ਸ਼ਾਰਟ ਆਊਟ ਕਰੇ, ਔਰ ਉਹ 27 ਜਨਵਰੀ ਰਾਜੋਆਣਾ ਦੇ ਮਾਮਲੇ ਚ ਤਾਂ ਅੱਗੇ ਵੀ ਚਲੀ ਗਈ ਔਰ ਨਾਲੇ ਕਿਹਾ ਸੀ ਉਸ ਤੋਂ ਬਾਅਦ ਫਿਰ ਮਰਸੀ ਪਟੀਸ਼ਨ ਤੇ ਫੈਸਲਾ ਲੈ ਲਿਓ। ਔਰ ਇੱਕ ਗੱਲ ਇਹ ਵੀ ਮੈਨੂੰ ਨੀ ਸਮਝ ਆਈ ਪਈ, ਹੁਣ ਸਾਰੇ ਚਾਰੇ ਪਾਸੇ ਖਾਮੋਸ਼ੀ ਹੈ, ਨਾ IGPC ਨੇ ਉੱਥੇ ਕੋਈ ਗੱਲ ਕੀਤੀ, ਨਾ ਜਥੇਦਾਰ ਸਾਹਿਬ ਨੇ ਮੁੜ ਕੇ ਤੇ ਨਾ ਰਾਜੋਆਣਾ ਉਹਨਾਂ ਨੇ ਗੱਲ ਕੀਤੀ ਹੈ ਕਿ ਹੁਣ ਉਸ ਤੋਂ ਬਾਅਦ ਇਹਦੇ ਤੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ। ਤੇ ਬੰਦੀ ਸਿੰਘਾਂ ਦੇ ਇਸ਼ੂ ਤੇ ਉਹਨਾਂ ਤੇ ਤਾਂ ਟਾਈਮ ਹੀ ਨਹੀਂ ਮਿਲਿਆ ਹੋਮ ਮਿਨਿਸਟਰੀ ਤੋਂ, ਜਾਂ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਕਹਿਤਾ ਸੀ ਉਹ ਆਇਆ ਸੀ ਇੱਕ ਕਿ ਤੁਸੀਂ ਹੋਮ ਮਿਨਿਸਟਰੀ ਨਾਲ ਕੰਟੈਕਟ ਕਰੋ, ਤੇ ਜੇ ਟਾਈਮ ਹੀ ਨਹੀਂ ਮਿਲਦਾ ਤਾਂ ਜਥੇਦਾਰ ਸਾਹਿਬ ਦਾ ਵੀ ਉਹਦੇ ਚ ਕਹਿ ਦੇਣਾ ਇੱਕ ਗੱਲ ਦਾ, ਫਿਰ ਇੱਕ ਕਹੀ ਕਹਿਣੀ ਤੱਕ ਸੀਮਤ ਹੋ ਜੂ, ਪ੍ਰੈਕਟਿਸ ਨਹੀਂ ਹੋਏਗੀ। ਇਹ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਹਿਊਮਨ ਰਾਈਟਸ ਦੇ ਸਵਾਲ, ਬਾਕੀ ਉਹਦੇ ਲਈ ਕੋਈ ਸਾਡੇ ਕੋਲ ਪਾਰਟੀਕੁਲਰ ਜਦੋਂ ਜਾਹਿਦ ਕਰਨ ਵਾਲੀਆਂ ਧਿਰਾਂ ਨਹੀਂ ਹੈ, ਜਿਹੜੀਆਂ ਉਹਨੂੰ ਕੰਟੀਨਿਊਟੀ ਚ ਉਠਾਉਣ, ਕੰਟੀਨਿਊਟੀ ਚ ਸੜਕ ਤੇ ਉਠਾ ਕੇ ਓਵਰਆਲ ਵੱਡਾ ਮੁੱਦਾ ਬਣਾਉਣ, ਤਾਂ ਕਿ ਦੇਸ਼ ਦੀਆਂ ਸਰਕਾਰਾਂ ਨੂੰ ਉਹ ਸੁਣਨਾ ਪਵੇ। ਇਹ ਸਾਡੇ ਮਾਮਲੇ ਦੇ ਵਿੱਚ ਬੜੀ, ਸਾਡੇ ਪੂਰੇ ਕੰਟਰੀ ਚ ਘਾਟ ਹੈ, ਪੰਜਾਬ ਚ ਵੀ ਇਹ ਘਾਟ ਹੈ ਉਸ ਪੱਧਰ ਦੇ ਉੱਤੇ। ਬਹੁਤ ਸਾਰੇ ਦੇਸ਼ਾਂ ਚ ਨਾ ਡੈਡੀਕੇਟਡ ਹਿਊਮਨ ਰਾਈਟਸ ਆਰਗੇਨਾਈਜੇਸ਼ਨਾਂ ਹੁੰਦੀਆਂ ਨੇ ਜਿਹੜੀਆਂ ਲਗਾਤਾਰ ਉਹਨਾਂ ਇਸ਼ੂਜ ਨੂੰ ਕਾਨੂੰਨੀ ਵੀ ਤੇ ਮਾਸ ਲੈਵਲ ਤੇ ਵੀ ਟੇਕ ਅਪ ਕਰਦੀਆਂ ਰਹਿੰਦੀਆਂ ਨੇ, ਜਿਹਦੇ ਨਾਲ ਕੋਈ ਫਾਇਦਾ ਉਸ ਲੈਵਲ ਤੇ ਹੋ ਜਾਂਦਾ ਹੈ। ਔਰ ਇਹ ਜ਼ਰੂਰ ਇੱਕ ਗੱਲ ਹੈ ਕਿ ਮੁੱਦਾ ਹੈਗਾ, ਪਰ ਮੁੱਦਾ ਤੇ ਲੋਕ ਅਸਰ ਅੰਦਾਜ਼ ਨਹੀਂ ਹਜੇ ਉਸ ਲੈਵਲ ਦੇ ਉੱਤੇ ਕਿ ਇਹਨਾਂ ਤੇ ਕੋਈ ਅਸਰ ਪਵਾ ਸਕੇ। ਕੱਲ ਇੱਕ ਦਿਲਚਸਪ ਸਥਿਤੀ ਉਦੋਂ ਬਣ ਗਈ ਸਰਦਾਰ ਹਮੀਰ ਸਿੰਘ ਜੀ, ਜਦੋਂ ਗੂਗਲ ਨੂੰ ਜਿਹੜੀ ਆਪਣੀ IT ਮੰਤਰਾਲਾ ਉਹਦੇ ਵੱਲੋਂ ਇੱਕ ਨੋਟਿਸ ਦੀ ਗੱਲ ਆਉਣੀ ਸ਼ੁਰੂ ਹੋ ਗਈ ਮੀਡੀਆ ਦੇ ਵਿੱਚ। ਗੂਗਲ, ਇਸ ਤੋਂ ਪਹਿਲਾਂ ਮਾਈਕਰੋਸਾਫਟ ਨੇ ਵੀ ਆਪਣਾ ਇੱਕ ChatGPT ਨਾਂ ਦਾ ਸੋਫਟਵੇਅਰ ਦਿੱਤਾ ਹੋਇਆ ਕਿ ਤੁਸੀਂ ਕੁਛ ਵੀ ਪੁੱਛਣੇ ਹੋ ਤਾਂ ਉਹ ਤੁਹਾਨੂੰ ਡਿਟੇਲ ਉਹਦੇ ਵਿੱਚ, ਤੁਸੀਂ ਮੰਨ ਲਓ ਇਹਨਾਂ ਦਾ ਇਹ ਫਾਇਦਾ ਹੈ, ਅੱਜ ਕੱਲ੍ਹ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਇੰਨੀ ਹੋ ਗਈ ਕਿ ਅਸੀਂ ਜੋ ਵੀ ਕਰਦੇ ਰਹਿੰਦੇ ਹਾਂ ਉਹ ਸਾਡੇ ਕੋਲੋਂ ਸਾਡੇ ਸਵਾਲਾਂ ਜਵਾਬਾਂ ਨੂੰ ਇਕੱਠਿਆਂ ਕਰਕੇ ਤੇ ਉਹ ਕਿਸੇ ਵੀ ਸਵਾਲ ਦਾ ਜਵਾਬ ਦਿੰਦੇ ਆ। ਮੰਨ ਲਓ ਤੁਸੀਂ ਕਿਸੇ ਬੱਚੇ ਦਾ ਨਾਂ ਰੱਖਣਾ ਤੇ ਤੁਸੀਂ ਕਹੋ ਵੀ ਇੱਦਾਂ ਦਾ ਰੱਖਣਾ ਤੇ ਉਹ ਨਾਲ ਤੁਹਾਨੂੰ 100 ਨਾਂ ਦੇ ਦੇਣਗੇ, ਤੁਸੀਂ ਫਰਮ ਦਾ ਨਾਂ ਰੱਖਣਾ ਤੇ ਉਹਨਾਂ ਤੋਂ ਪੁੱਛ ਲਓ, ਤੁਹਾਨੂੰ ਲੱਗਦਾ ਹੈ ਕਿ ਇਹ ਸਵਾਲ ਇੱਕ ਮੈਂ ਪੁੱਛ ਲੈਣਾ ਤੇ ਇਹਦਾ ਆਨਸਰ ਉਹ ਉਸੇ ਵੇਲੇ ਤੁਹਾਨੂੰ ਬਣਾ ਕੇ ਦਿੰਦੇ। ਔਰ ਇਹ ਜਦੋਂ ਕੰਪੀਟੀਸ਼ਨ ਦੇ ਵਿੱਚ ਗੂਗਲ ਨੇ ਜੈਮਨਾਈ, ਆਪਣਾ ਜੈਮਨੀ ਕਹਿੰਦੇ ਅਦਰਵਾਈਜ਼ ਤਾਂ, ਉਹ ਸ਼ੁਰੂ ਕੀਤਾ ਤਾਂ ਪਿੱਛੇ ਰੌਲਾ ਵੀ ਪਿਆ ਸੀ, ਆਪਾਂ ਗੱਲ ਵੀ ਕਰ ਰਹੇ ਸੀ ਅਮਰਜੀਤ ਗਰੇਵਾਲ, ਸੁਰਜੀਤ ਪਾਤਰ ਹੋਰੀ, ਕਿ ਪੰਜਾਬੀ ਨੂੰ ਉਹਨਾਂ ਨੇ ਸ਼ਾਮਲ ਨਹੀਂ ਕੀਤਾ, ਬਾਕੀ ਕਾਫੀ ਭਾਸ਼ਾਵਾਂ, 9 ਭਾਸ਼ਾਵਾਂ ਜਾਂ 8 ਭਾਸ਼ਾਵਾਂ ਇੰਡੀਆ ਦੀਆਂ ਕੀਤੀਆਂ। ਕੱਲ ਉਸੇ ਹੀ ਉਹਨਾਂ ਦੇ ਪਲੈਟਫਾਰਮ IT ਆਰਟੀਫਿਸ਼ਲ ਇੰਟੈਲੀਜੈਂਸ ਜੈਮਨਾਈ ਪਲੈਟਫਾਰਮ ਤੇ ਇੱਕ ਸਵਾਲ ਪੁੱਛ ਲਿਆ ਗਿਆ ਕਿ ਮੋਦੀ ਜੀ ਦੇ ਬਾਰੇ, ਔਰ ਉਹਦੇ ਉੱਤੇ ਗੂਗਲ ਨੇ ਬੜਾ ਆਖੇ ਗਲਤ ਜਵਾਬ ਦਿੱਤਾ ਹੈ ਜੀ, ਇਹਦੇ ਉੱਤੇ ਰੌਲਾ ਪੈ ਗਿਆ। ਤੇ ਇਹੀ ਸਵਾਲ, ਮਤਲਬ ਸਤਿਮ ਜਰੀਫੀ ਆਖੇ ਜੀ, ਜਦੋਂ ਟਰੰਪ ਦੇ ਬਾਰੇ ਪੁੱਛਦੇ ਆ ਤਾਂ ਕਹਿੰਦੇ ਤੁਸੀਂ ਗੂਗਲ ਤੇ ਜਾ ਕੇ ਸਰਚ ਕਰੋ, ਮਤਲਬ ਸਿੱਧਾ ਜਵਾਬ ਨਹੀਂ ਦਿੰਦੇ। ਤੇ ਮੋਦੀ ਜੀ ਦੇ ਬਾਰੇ 'ਚ ਜਵਾਬ ਆਪ ਦੇ ਰਹੀ ਹੈ ਉਹਨਾਂ ਦੀ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਸਾਈਟ ਹੈ ਜੈਮਿਨੀ, ਤੇ ਉਹਦੇ ਵਿੱਚ ਉਹ ਕਾਫੀ ਇਤਰਾਜ਼ਯੋਗ ਆਖੇ ਗੱਲਾਂ ਕਰ ਰਹੇ ਆ, ਉਹਨਾਂ ਨੂੰ ਨੋਟਸ ਦੀ ਗੱਲ। ਮੈਂ ਸਮਝਣਾ ਚਾਹੁੰਦਾ ਤੁਹਾਡੇ ਤੋਂ ਇਹ ਚੀਜ਼ਾਂ ਜਿਹੜੀਆਂ ਵਿਹਾਰਕਤਾ ਦੇ ਨਜ਼ਰੀਏ ਤੋਂ ਔਖੀਆਂ ਹੋ ਜਾਣਗੀਆਂ ਅੱਗੇ ਇਲੈਕਸ਼ਨ ਆ, ਇੱਥੇ ਇੰਟਰਨੈਸ਼ਨਲ ਪਲੈਟਫਾਰਮਸ ਲਈ ਵੀ ਕੰਮ ਕਰਨਾ ਥੋੜਾ ਜਿਹਾ, ਜਿੱਦਾਂ ਐਕਸ ਨੇ ਗੱਲ ਕਹਿਤਾ ਸੀ ਪੁਰਾਣੇ ਟਵਿੱਟਰ ਨੇ ਕਿ ਸਾਨੂੰ ਜਿਹੜਾ ਸਾਨੂੰ ਕਿਹਾ ਜਾ ਰਿਹਾ ਗੈਰ ਹੋਰੀ ਤਰੀਕੇ ਨਾਲ ਕਿ ਤੁਸੀਂ ਬੰਦ ਕਰ ਦਿਓ ਜੀ, ਇੰਨੇ ਅਕਾਊਂਟ ਬੰਦ ਕਰ ਦਿਓ। ਅਸੀਂ ਅਕਾਊਂਟ ਬੰਦ ਕਰਤੇ ਆ ਇੰਡੀਆ 'ਚ, ਪਰ ਅਸੀਂ ਇੰਟਰਨੈਸ਼ਨਲੀ ਅਕਾਊਂਟ ਨਹੀਂ ਬੰਦ ਕਰ ਰਹੇ, ਮਤਲਬ ਉਹ ਜਿਹੜੇ ਓਪਰੇਟਰ ਨੇ ਉਹ ਜੇ ਕੁਛ ਲਿਖਣਗੇ ਤਾਂ ਇੰਟਰਨੈਸ਼ਨਲੀ ਤਾਂ ਜਾਂਦਾ ਰਹੂਗਾ। ਇਹਦਾ ਮਤਲਬ ਗਵਰਨਮੈਂਟ ਸਾਹਮਣੇ ਇਹ ਵੀ ਇੱਕ ਸੰਕਟ ਖੜਾ ਹੋ ਗਿਆ ਕਿ ਤੁਸੀਂ
ਇਹ ਜਿਹੜੀਆਂ ਪਰਿਭਾਸ਼ਾਵਾਂ ਹੈਗੀਆਂ ਨੇ, ਡੈਫੀਨੇਸ਼ਨ ਹੈਗੀਆਂ, ਆਪੇ ਘੜੀਆਂ ਹੋਈਆਂ ਤੇ ਇੰਟਰਨੈਸ਼ਨਲ ਸਟੈਂਡਰਡ, ਇਹਨਾਂ ਦੇ ਵਿੱਚ ਵਿਵਾਦ ਤਾਂ ਪਊਗਾ। ਮੈਂ ਇੱਕ ਲਾਸਟ ਟਿੱਪਣੀ ਤੁਹਾਡੀ। ਬਿਲਕੁਲ, ਇਹ ਦਬੰਧ ਨੇ ਇੱਕ ਸਮੇਂ ਲੋਕਾਂ ਨੇ ਕਿਹਾ ਸੀ ਨਾ ਵੀ ਸੋਸ਼ਲ ਮੀਡੀਆ ਹੈ, ਆਈਟੀ ਦਾ ਦੌਰ ਹੈ, ਬਾਕੀ ਹੈ, ਸਾਰੇ ਇੱਕ ਲਿਬਰੇਸ਼ਨ ਹੋ ਜਾਏਗੀ, ਸਾਰੇ ਲੋਕ ਆਪਣੀ ਗੱਲ ਕਹਿ ਸਕਣਗੇ। ਪਰ ਉਹਦਾ ਵੀ ਸਭ ਤੋਂ ਬੜਾ ਕੁਐਸਚਨ ਇਹੀ ਹੈ ਕਿ ਜਿਹੜਾ ਡਾਟਾ ਵੀ ਹੈ ਜਾਂ ਸਾਰੀਆਂ ਸਾਰਾ ਸੈਟਅਪ ਆਈ ਟੀ ਦਾ ਵੀ, ਉਹ ਵੀ ਕਿਤੇ ਤਾਂ ਕੰਟਰੋਲਡ ਹੈ ਨਾ। ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਹੈ ਉਹਦਾ ਕੰਟਰੋਲ ਕਿਹਦੇ ਕੋਲ ਹੈ ਔਰ ਉਹ ਕਿਵੇਂ ਉਹਨੂੰ ਯੂਜ ਕਰਦਾ, ਕਿਵੇਂ ਉਹਨੂੰ ਟੂਲ ਦੇ ਤੌਰ ਤੇ ਵਰਤਦਾ। ਹੁਣ ਇਹ ਇੰਟਰਨੈਸ਼ਨਲ ਫੋਰਮ ਨੇ, ਸਾਰੇ ਗੌਰਮੈਂਟਾਂ ਚਾਹ ਰਹੀਆਂ ਨੇ ਕਿ ਕੰਟਰੋਲ ਤਾਂ ਅਸੀਂ ਉਹ ਹੋਵਾਂਗੇ, ਸਾਡੇ ਦੇਸ਼ ਚ ਤੁਸੀਂ ਚਲਾਉਣਾ ਤੇ ਜੋ ਅਸੀਂ ਕਰਾਂਗੇ ਉਹ ਕਰਨਾ ਪਊ, ਦੂਜਾ ਨਹੀਂ। ਇਹਦੇ ਚ ਦਬੰਧ ਇਸੇ ਕਰਕੇ ਨੇ ਦੋ। ਨੰਬਰ ਵਨ, ਜੇ ਇੰਟਰਨੈਸ਼ਨਲ ਇਹਨਾਂ ਫੋਰਮਾਂ ਨੂੰ ਫੁੱਲ ਫਰੀਡਮ ਹੋਵੇ, ਮੰਨੋ ਜੋ ਮਰਜ਼ੀ ਚੱਲਦਾ ਰਹੇ ਜੀ, ਤਾਂ ਦੇਸ਼ ਵੀ ਨਹੀਂ ਚੱਲ ਪਾਉਣਗੇ। ਹੋ ਸਕਦਾ ਕੀ ਹੋ ਜਾਏ, ਪਤਾ ਨੀ ਕੀ ਕਰਦਾ ਹੋ ਜਾਏ, ਤਾਂ ਇੱਕ ਦਾਇਰਾ ਹੀ ਨਹੀਂ ਰਹੂਗਾ ਕੋਈ। ਇਹਦਾ ਮਤਲਬ ਸੋਵਰੈਂਟੀ ਤੋਂ ਉੱਪਰ ਹੋ ਗਏ ਤਾਂ ਕੰਟਰੀਆਂ ਦੀ ਸੋਵਰੈਂਟੀ, ਸਰਕਾਰਾਂ ਦਾ ਕੋਈ ਪਿਆਜ ਕੁਝ ਨਹੀਂ ਬਚੂਗਾ ਕਿਸੇ ਲੈਵਲ ਤੇ ਦੁਨੀਆਂ ਦੇ ਵਿੱਚ, ਤੇ ਉਹ ਬਿਜ਼ਨਸ ਵਾਲੇ ਪਲੇਟਫਾਰਮ ਆਪਣੇ ਢੰਗ ਨਾਲ ਕਰਨਗੇ। ਦੂਜਾ ਇੱਕ ਪਹਿਲੂ ਇਹ ਵੀ ਹੈ, ਇਹਨਾਂ ਨੇ ਕਿਹਾ ਸੀ ਇਹ ਗਲੋਬਲ ਨੇ ਜੀ, ਇਹ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰ ਪਰਵਾਹ ਤਾਂ ਇੱਕ ਘੁਰਕੀ ਤੇ ਕਰਦੇ ਨੇ, ਜਦੇ ਚੱਕ ਕੇ ਬੰਦ ਕਰ ਦਿੰਦੇ ਨੇ ਸਭ ਦੇ, ਬਾਕੀ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ, ਤਾਂ ਫਿਰ ਉਹ ਕਾਹਦਾ ਇੰਡੀਪੈਂਡੈਂਟ ਪਲੇਟਫਾਰਮ ਹੋਏ, ਕਿਸ ਲੈਵਲ ਤੇ ਹੋਏ, ਲੋਕਾਂ ਨੂੰ ਭੁਲੇਖੇ ਚ ਕਿਉਂ ਰੱਖ ਰਹੇ ਨੇ ਕਿ ਉਹ ਇੰਡੀਪੈਂਡੈਂਟ ਨੇ ਉਸ ਪੱਧਰ ਦੇ ਉੱਤੇ। ਹੁਣ ਇਹਦਾ ਕੋਈ ਵਾਇਆ ਮੀਡੀਆ ਕੀ ਨਿਕਲੇ ਕਿ ਗੌਰਮੈਂਟਾਂ ਦੀ ਬਰੂਟੈਲਿਟੀ ਜਾਂ ਬਾਕੀ ਦੀਆਂ ਚੀਜ਼ਾਂ ਜਿਹੜੇ ਉਹ ਉਲੰਘਣਾਵਾਂ ਆਪ ਕਰ ਰਹੇ ਨੇ ਆਪਣੇ ਕੰਸਟੀਟਿਊਸ਼ਨਾਂ ਦੀਆਂ, ਉਹ ਵੀ ਚੈੱਕ ਰਹਿਣ, ਉਹਨਾਂ ਤੇ ਵੀ ਚੈੱਕ ਲੱਗਿਆ ਰਹੇ ਤੇ ਉਹ ਪਰਮਾਨੈਂਟ ਡਿਕਟੇਟਰਾਂ ਦਾ ਰੂਪ ਨਾ ਰਹਿਣ। ਤੇ ਇਹ ਫ੍ਰੀਲਾਂਸਰ ਦੀ ਤਰ੍ਹਾਂ ਜੋ ਮਰਜ਼ੀ ਕਰਨੇ ਪਲੇਟਫਾਰਮ, ਉਹਦੇ ਲਈ ਵੀ ਕੀ ਹੋਏ, ਮੈਨੂੰ ਲੱਗਦਾ ਕਿ ਗਲੋਬਲ ਨੋਰਮਜ਼ ਬਣਨ ਦਾ ਸਵਾਲ ਹੈ। ਓਵਰਆਲ ਇੱਕ ਤਾਂ ਇੰਡੀਪੈਂਡੈਂਟ ਨੋਰਮਜ਼ ਹੋਣੇ ਚਾਹੀਦੇ ਨੇ ਜਿਹੜੇ ਪਬਲਿਕ ਡੋਮੇਨ ਚ ਚਾਹੀਦੇ ਨੇ ਕਿ ਇਦੋਂ ਆਹ ਹੱਦਾਂ ਨੇ, ਆਹ ਐਥਿਕਸ ਨੇ, ਇਹਨਾਂ ਐਥਿਕਸ ਤੋਂ ਬਾਹਰ ਨਹੀਂ ਜਾ ਸਕਦੀ। ਐਡੇ ਵੱਡੇ ਔਜ਼ਾਰਾਂ ਦੇ, ਐਡੇ ਵੱਡੇ ਟੂਲਸ ਦੇ ਬਿਨਾਂ ਐਥਿਕਸ ਤੋਂ, ਐਥਿਕਸ ਤੋਂ ਬਿਨਾਂ ਤਾਂ ਦੋ ਬੰਦੇ ਚੱਲ ਜਾਣ, ਉਹ ਵੱਡਾ ਨੁਕਸਾਨ ਕਰ ਦਿੰਦੇ ਨੇ, ਇਹ ਤਾਂ ਬਹੁਤ ਨੁਕਸਾਨ ਕਰਨਗੇ। ਉਹ ਐਥਿਕਸ ਵੀ ਇਕੱਲੇ ਤੇ ਇਕੱਲੇ ਇਕੱਲੇ ਯੂਰਪ ਦੀ ਐਥਿਕਸ ਦੀ ਐਥਨੀਸਿਟੀ ਦੇ ਨਾਲ ਜਾਂ ਉਸ ਅਖਲਾਕ ਨਾਲ ਨਹੀਂ ਜੋੜੇ ਜਾਣੇ ਚਾਹੀਦੇ। ਉਹਦਾ ਕੋਈ ਐਵਰੇਜ ਹੋਏਗੀ, ਓਵਰਆਲ ਸਾਰੀ ਦੁਨੀਆਂ ਵਸਦੀ ਹੈ, ਦੁਨੀਆਂ ਚੱਲਣਗੇ, ਔਰ ਉਹ ਸਾਰਿਆਂ ਦੇ ਐਥਿਕਸ ਨੂੰ ਕਲੈਕਟ ਕਰਕੇ ਉਹਦੇ ਚੋਂ ਕਿਸ ਲੈਵਲ ਦੀ ਕੋਈ ਇੰਡੀਪੈਂਡੈਂਟ ਟੀਮਾਂ ਬਣਦੀਆਂ ਨੇ, ਕਿਹੜੇ ਸਿਲੈਕਟ ਹੁੰਦੇ ਨੇ, ਕਿਹੜਾ ਉਹਨਾਂ ਦਾ ਫਿਰ ਪੈਮਾਨਾ ਬਣਦਾ, ਡਿਬੇਟ ਤਾਂ ਉੱਧਰ ਨੂੰ ਚੱਲਣ ਦਾ ਕੁਐਸਚਨ ਹੈ। ਨਹੀਂ ਤਾਂ ਠੀਕ ਹੈ, ਜਿਹੜੇ ਤਕੜੇ ਨੇ ਉਹ ਤਾਂ ਆਪਦਾ ਕਰਾ ਲਿਆ ਕਰਨਗੇ, ਦੂਜਿਆਂ ਦੇ ਖਿਲਾਫ਼ ਚੱਲਦਾ ਰਹੂਗਾ ਉਹੀ ਸਾਰਾ ਕੰਮ। ਇਹ ਨਾਜ਼ੁਕ ਵੀ ਹੈ, ਜਿੱਥੇ ਰਸਤੇ ਖੁੱਲ ਰਹੇ ਨੇ ਉੱਥੇ ਇਹ ਬਹੁਤ ਹੱਦ ਤੱਕ ਖਤਰਨਾਕ ਪਹਿਲੂ ਵੀ ਨੇ। ਔਰ ਜਿਵੇਂ ਪਹਿਲਾਂ ਹੀ ਚੱਲਣ ਲੱਗ ਗਿਆ ਕਿ ਸਰਕਾਰਾਂ ਟੱਪਣ ਕਰਨ ਚ, ਸਰਕਾਰਾਂ ਬਦਲਣ ਚ, ਸਰਕਾਰਾਂ ਬਣਾਉਣ ਚ ਜਾਂ ਤੋੜਨ ਚ, ਇਹਨਾਂ ਇੱਧਰ ਵੱਡਾ ਰੋਲ ਹੈ ਜੀ। ਅਮਰੀਕਾ ਚ ਵੀ ਇਹ ਰੌਲਾ ਚੱਲ ਰਿਹਾ ਕਿ ਰਸ਼ੀਆ ਦਾ ਕਿੰਨਾ, ਸਾਡੇ ਵੀ ਰੌਲਾ ਚੱਲਿਆ ਸੀ ਕਿ ਚੀਨ ਦਾ ਤੇ ਇੱਧਰ ਦਾ ਕੀ ਯੋਗਦਾਨ ਹੈ। ਫਿਰ ਤਾਂ ਇਹੀ ਚੱਲੀ ਜਾਊਗਾ, ਫਿਰ ਲੋਕ ਕਿੱਥੇ ਰਹਿ ਗਏ ਜਿਹਨਾਂ ਨੇ ਸਰਕਾਰਾਂ ਬਣਾਉਣੀਆਂ ਨੇ ਜਾਂ ਤੋੜਨੀਆਂ ਨੇ। ਲੋਕ ਤਾਂ ਸਾਹਮੀਰ ਸਿੰਘ ਜੀ, ਜਦੋਂ ਆਮ ਬੰਦਾ ਇਹ ਸੋਚ ਰਿਹਾ ਹੁੰਦਾ ਹੈ ਕਿ ਉਹ ਬੜਾ ਸੇਫ ਸੁਰੱਖਿਅਤ ਆ, ਤਾਂ ਉਹ ਜਿੰਨਾ ਜਿੰਨਾ ਪਲੈਟਫਾਰਮਸ ਦੇ ਲਗਾਤਾਰ ਕੰਮ ਕਰ ਰਿਹਾ ਹੁੰਦਾ, ਉਹਦੀ ਪ੍ਰਾਈਵੇਸੀ ਨੂੰ ਨਾਲ ਨਾਲ ਹੀ ਲੈ ਜਾਂਦੇ। ਅਸੀਂ ਟਰੈਵਲ ਕਰ ਰਹੇ ਸੀ ਤੇ ਮੇਰੀ ਬੇਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਕੰਮ ਕਰਦੀ ਹੈ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿ ਸਾਨੂੰ ਗੂਗਲ ਮੈਪ ਇੱਕ ਇੱਕ ਸੈਕਿੰਡ ਦੀ ਇਨਫੋਰਮੇਸ਼ਨ ਕਿੱਦਾਂ ਅਪਡੇਟ ਕਰ ਰਿਹਾ, ਤੇ ਅਸੀਂ ਮੰਨ ਲਓ ਫਲਾਣੇ ਥਾਂ ਟ੍ਰੈਫਿਕ ਆ ਜੀ, ਹੁਣ ਟ੍ਰੈਫਿਕ ਨਹੀਂ ਰਹੀ, ਤੇ ਇਹ ਕੋਈ ਸੈਟੇਲਾਈਟ ਦਾ। ਉਹ ਕਹਿੰਦੇ ਨਹੀਂ, ਇਹ ਤੁਹਾਡੇ ਜਿੰਨੇ ਇਸ ਰੂਟ ਤੇ ਜਿੰਨੀਆਂ ਕਾਰਾਂ ਚੱਲ ਰਹੀਆਂ ਉਹਨਾਂ ਸਾਰਿਆਂ ਦਾ ਡਾਟਾ ਸ਼ੇਅਰ ਹੋ ਰਿਹਾ, ਜਿਸ ਜਗ੍ਹਾ ਦੇ ਉੱਤੇ ਜੋ ਵੀ ਟ੍ਰੈਫਿਕ ਦਾ ਸਿਸਟਮ ਹੈ ਇਹ ਤੁਹਾਡਾ, ਜਿਹੜਾ ਜਿਵੇਂ ਤੁਸੀਂ ਇਹਨੂੰ ਅਪਡੇਟ ਕਰ ਰਹੇ ਹੋ ਉਹ ਤੁਹਾਡੇ ਤੋਂ ਲੈ ਰਹੇ। ਤੁਸੀਂ ਗੂਗਲ ਟ੍ਰਾਂਸਲੇਟ ਚ ਜਾਓ,
ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਅਸੀਂ ਪੰਜਾਬੀ ਉਹਦੇ ਉੱਤੇ ਟਾਈਪ ਕਰਦੇ ਸੀਗੇ ਤੇ ਉਹ ਅਰਥਾਂ ਦੇ ਅਨਰਥ ਜੇ ਹੁੰਦੇ ਸੀ, ਕਈ ਵਾਰੀ ਉਹਨੂੰ ਸੋਧਣਾ ਪੈਂਦਾ ਸੀ। ਅੱਜ ਕੱਲ ਇਹ ਵੀ ਮੈਂ ਉਹਨੂੰ ਪੁੱਛਿਆ, ਉਹ ਮੈਨੂੰ ਦੱਸ ਰਹੀ ਸੀਗੀ ਕਿ ਤੁਸੀਂ ਜੋ ਕੰਮ ਇੱਥੇ ਕਰ ਰਹੇ ਹੋ ਤੁਹਾਡੇ ਕੰਮ ਦੀ ਜਿਹੜੀ ਇਨਪੁੱਟ ਹੈ ਆਊਟਪੁੱਟ ਦੇ ਰੂਪ ਚ ਬਾਕੀਆਂ ਨਾਲੋਂ ਸ਼ੇਅਰ ਹੋ ਰਹੀ ਹੈ। ਸੋ ਅਸੀਂ ਮੁਕੰਮਲ ਤੌਰ ਦੇ ਉੱਤੇ ਕੀ ਕਰ ਰਹੇ ਹਾਂ? ਸਾਡੇ ਜਿਹੜੇ ਮੰਨਿਆ ਜਾਂਦਾ ਹੈ ਕਿ ਸਾਡੇ ਜਿਹੜੇ ਮਾਈਕ ਨੇ ਜਿਨ੍ਹਾਂ ਤੋਂ ਅਸੀਂ ਗੱਲ ਕਰਦੇ ਹਾਂ, ਜਿਹੜੇ ਫੋਨ ਦੇ ਵਿੱਚ ਅਸੀਂ ਗੱਲ ਕਰ ਰਹੇ ਹੁੰਦੇ ਹਾਂ, ਜਦੋਂ ਅਸੀਂ ਇਹਨੂੰ ਲਾਗੇ ਰੱਖ ਕੇ ਆਪਸ ਵਿੱਚ ਵੀ ਗੱਲ ਕਰ ਰਹੇ ਹੁੰਦੇ ਹਾਂ, ਤਾਂ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਉਸ ਗੱਲਬਾਤ ਦਾ ਡਾਟਾ ਵੀ ਜਿਹੜਾ ਉਹ ਵੀ ਕਿਸੇ ਜਗ੍ਹਾ ਸਟੋਰ ਹੋ ਰਿਹਾ ਹੋਵੇ ਤੇ ਉਹਦੀ ਵਰਤੋਂ ਹੋ ਰਹੀ ਹੋਵੇ, ਵੀ ਇਹਨਾਂ ਨੂੰ ਹੁਣ ਕਿਸ ਤਰ੍ਹਾਂ ਦੀ ਅਗਲੀ ਐਡ ਸ਼ੋਅ ਕਰਨੀ ਆ, ਇਹ ਕੀ ਗੱਲਾਂ ਕਰ ਰਹੇ ਆ, ਤੁਹਾਡੇ ਫੋਨ ਖੋਲਣ ਤੋਂ ਬਾਅਦ ਤੁਹਾਡੇ ਇਸ ਤਰ੍ਹਾਂ ਦੇ ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਤੁਹਾਨੂੰ ਉਦਾਂ ਦੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਹੁੰਦੀਆਂ। ਸੋ ਮੈਨੂੰ ਲੱਗਦਾ ਕਿ ਸਮੁੱਚਾ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਆ ਉਹ ਸਾਡੇ ਦਿਮਾਗਾਂ ਨਾਲ ਖੇਡ ਰਿਹਾ। ਅਸੀਂ ਜੋ ਵੀ ਕਰ ਰਹੇ ਹਾਂ, ਅਸੀਂ ਜੋ ਵੀ ਇਹਨਾਂ ਫੋਨ ਸਕਰੀਨਾਂ ਤੇ ਕਰ ਰਹੇ ਹਾਂ ਉਹਦੇ ਅਨੁਸਾਰ ਹੀ ਜਵਾਬ ਆ ਰਹੇ ਆ, ਤੇ ਕਈ ਵਾਰੀ ਫਿਰ ਜਵਾਬ ਆਪਣੇ ਲੋਕਾਂ ਦੇ ਵੀ ਇੱਦਾਂ ਦੇ ਹੋ ਸਕਦੇ ਆ। ਸੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ।